वेलकम जी ਸਭ ਦਾ ਸਕਾਈਲਾਈਟ ਅਕੈਡਮੀ ਦੇ YouTube ਚੈਨਲ ਦੇ ਉੱਤੇ ਤੁਹਾਡਾ ਆਪਣਾ ਚੈਨਲ ਹੈਗਾ ਸਕਾਈਲਾਈਟ ਅਕੈਡਮੀ ਦਾ YouTube ਚੈਨਲ ਜਿਹੜਾ ਹੈਗਾ ਤੇ थैंक्स फॉर वेटिंग 2-3 ਮਿੰਟ ਜਿਹੜੀ ਆਪਣੀ ਕਲਾਸ ਆ ਲੇਟ ਹੋ ਗਈ ਆਪਣੀ ਕਲਾਸ ਹੈਗੀ ਅੱਜ ਇੰਗਲਿਸ਼ ਪੈਡਾਗੋਜੀ ਦੀ ਮੈਰਾਥਨ ਕਲਾਸ ਹੈਗੀ ਆ ਬਹੁਤ ਸਾਰੇ ਕੁਐਸਚਨਸ ਹੋਣਗੇ ਆਪਣੀ ਕਲਾਸ ਦੇ ਵਿੱਚ ਅੱਜ ਜਿਹੜੇ ਕੁਐਸਚਨਸ ਆਣਗੇ ਉਹ ਤੁਹਾਨੂੰ ਐਗਜ਼ਾਮ ਦੇ ਵਿੱਚ ਬਹੁਤ ਹੈਲਪ ਹੈਲਪਫੁੱਲ ਹੋਣ ਵਾਲੇ ਹੈਗੇ ਨੇ ਹੈਲਪਫੁੱਲ ਕੁਐਸਚਨਸ ਹੈਗੇ ਨੇ ਨਵੇਂ ਕੁਐਸਚਨਸ ਹੈਗੇ ਨੇ ਬਿਲਕੁਲ ਸਾਡੀ ਟੀਮ ਨੇ ਜਿਹੜੇ ਹੈਗੇ ਨੇ ਨਵੇਂ ਕੁਐਸਚਨਸ ਤਿਆਰ ਕੀਤੇ ਨੇ ਕ੍ਰੀਏਟ ਕੀਤੇ ਨੇ ਤੇ ਬਹੁਤ ਵਧੀਆ ਕੁਐਸਚਨਸ ਜਿਹੜੇ ਹੈਗੇ ਨੇ ਅਸੀਂ ਅੱਜ ਬਣਾਏ ਨੇ ਬਣਾਏ ਨੇ ਤੁਹਾਡੇ ਵਾਸਤੇ ਤੇ ਤੁਹਾਡੇ ਸਭ ਨੂੰ ਜਿਹੜੇ ਹੈਗੇ ਨੇ ਜਿਹੜੀ ਕਲਾਸ ਹੈਗੀ ਆ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਤੇ ਜਿਹੜੀ ਹੈਗੀ ਲਾਈਵ ਐਂਡ ਤੱਕ ਕਲਾਸ ਦੇ ਵਿੱਚ ਬਣੇ ਰਹੋ ਤਾਂ ਕਿ ਤੁਹਾਡੇ ਜਿਹੜੇ ਹੈਗੇ ਨੇ ਇੰਗਲਿਸ਼ ਪੈਡਾਗੋਜੀ ਦੇ 15 ਕੁਐਸਚਨਸ ਜਿਹੜੇ ਕੰਪਰੀਹੈਂਸ਼ਨ ਤੋਂ ਇਲਾਵਾ 15 ਕੁਐਸਚਨਸ ਆਉਂਦੇ ਨੇ ਉਹ ਤੁਹਾਨੂੰ ਕੋਸ਼ਿਸ਼ ਕੀਤੀ ਐ ਇਸ ਕਲਾਸ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ 15 ਚੋਂ 15 ਮਾਰਕਸ ਤੁਹਾਨੂੰ ਮਿਲਣ ਤੇ ਦਾਵਾ ਹੈਗਾ ਪੱਕਾ ਇਹ ਵਾਦਾ ਵੀ ਹੈਗਾ ਕਿ ਵੱਧ ਤੋਂ ਵੱਧ ਕੁਐਸਚਨਸ ਵੱਧ ਤੋਂ ਵੱਧ ਕੁਐਸਚਨਸ ਆਪਣੇ ਜਿਹੜੇ ਕੁਐਸਚਨਸ ਅੱਜ ਦੀ ਕਲਾਸ ਦੇ ਵਿੱਚ ਹੋਣਗੇ ਉਹਨਾਂ ਵਿੱਚੋਂ ਹੀ ਪੈਣਗੇ ਉਹਨਾਂ ਵਿੱਚੋਂ ਹੀ ਜਿਹੜੇ ਹੈਗੇ ਨੇ ਐਗਜ਼ਾਮ ਦੇ ਵਿੱਚ ਕੁਐਸਚਨਸ ਪੈਣੇ ਨੇ ਆਪਾਂ ਜਿਹੜੇ ਕੁਐਸਚਨਸ ਹੈਗੇ ਨੇ ਉਹ ਬਹੁਤ ਤਾਰੋਂ ਇੱਕ ਸਟੱਡੀ ਕਰਕੇ ਕੁਐਸਚਨਸ ਕ੍ਰੀਏਟ ਕੀਤੇ ਨੇ ਵਧੀਆ ਤਰੀਕੇ ਨਾਲ ਬਹੁਤ ਵਧੀਆ ਅੱਜ ਕਲਾਸ ਹੋਣ ਵਾਲੀ ਆ ਤੇ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰ ਫੇਰ ਆਪਣੇ ਕਲਾਸ ਜਿਹੜੀ ਹੈਗੀ ਆ ਸ਼ੇਅਰ ਕਰ ਦਿਓ ਸਟਾਰਟ ਕਰਦੇ ਆ ਇੰਗਲਿਸ਼ ਪੈਡਾਗੋਜੀ ਦੀ ਆਪਣੀ ਮੈਰਾਥਨ ਕਲਾਸ ਹੈਗੀ ਆ 10:30 ਵਜੇ ਹੋਣੀ ਸੀ 5 ਮਿੰਟ ਆਪਾਂ ਲੇਟ ਹੋ ਗਏ ਸੌਰੀ ਫਾਰ ਵੇਟਿੰਗ ਥੈਂਕਸ ਫਾਰ ਵੇਟਿੰਗ ਤੇ ਸਬਸਕ੍ਰਾਈਬ ਕਰਨਾ ਹੈ ਆਪਣਾ ਚੈਨਲ ਜੇ ਕੋਈ ਨਵਾਂ ਸਟੂਡੈਂਟ ਆਪਣਾ ਚੈਨਲ ਆਪਣੀ ਕਲਾਸ ਪਹਿਲੀ ਵਾਰੀ ਵੇਖ ਰਿਹਾ ਹੈ ਤਾਂ ਉਹ ਜਿਹੜਾ ਹੈਗਾ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਵੇ ਕਿਉਂਕਿ ਇਸ ਦੇ ਉੱਤੇ ਆਪਾਂ ਨੂੰ ਪੀਐਸਟੈਟ ਰਿਗਾਰਡਿੰਗ ਸੀਟੈਟ ਰਿਗਾਰਡਿੰਗ ਤੇ ਪੰਜਾਬ ਗਵਰਨਮੈਂਟ ਦੇ ਹੋਰ ਵੀ ਜਿਹੜੇ ਐਗਜ਼ਾਮਸ ਆ ਗਏ ਨੇ ਉਹਨਾਂ ਰਿਗਾਰਡਿੰਗ ਜਿਹੜੀਆਂ ਹੈਗੀਆਂ ਨੇ ਕਲਾਸਾਂ ਆਪਣੇ ਚੈਨਲ ਤੇ ਬਣੀਆਂ ਹੋਈਆਂ ਨੇ ਤੇ ਹੋਰ ਵੀ ਡੇਲੀ ਬਣ ਰਹੀਆਂ ਨੇ ਬੈਲ ਆਈਕਨ ਵੀ ਪ੍ਰੈਸ ਕਰਨਾ ਹੈਗਾ ਨਾਲ ਦੀ ਨਾਲ ਤਾਂ ਕਿ ਤੁਹਾਨੂੰ ਤੁਹਾਡੇ ਕੰਮ ਦੀ ਜਿਹੜੀ ਵੀਡੀਓ ਹੈ ਉਹਦੀ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲਦੀ ਰਹੇ ਨੈਕਸਟ ਜੇ ਕਿਸੇ ਬੱਚੇ ਨੇ ਕੋਈ ਸਕਾਈਲਾਈਟ ਅਕੈਡਮੀ ਅਬੋਰ ਤੋਂ ਪੈਡ ਕੋਰਸ ਪੈਡ ਕੋਰਸ ਯਾਨੀ ਕਿ ਜੇ ਕੋਈ ਆਨਲਾਈਨ ਵੇਚ ਆਨਲਾਈਨ ਵੇਚ ਲੈਣਾ ਹੋਵੇ ਕਿਸੇ ਵੀ ਐਗਜ਼ਾਮ ਦਾ ਕਿਸੇ ਵੀ ਪੰਜਾਬ ਗਵਰਨਮੈਂਟ ਦੇ ਐਗਜ਼ਾਮ ਦਾ ਤਾਂ ਸਕਾਈਲਾਈਟ ਅਕੈਡਮੀ ਅਬੋਰ ਦੇ ਨਾਮ ਤੋਂ ਆਪਣੀ ਐਪ ਬਣੀ ਹੋਈ ਹੈਗੀ ਆ ਪਲੇ ਸਟੋਰ ਦੇ ਉੱਤੇ ਇਹ ਐਪ ਆਪਾਂ ਡਾਊਨਲੋਡ ਕਰਨੀ ਹੈ ਤੇ ਸਰ ਤੋਂ ਇਸ ਨੰਬਰ ਦੇ ਉੱਤੇ ਆਪਾਂ ਕੰਟੈਕਟ ਕਰਕੇ ਕਿਸੇ ਵੀ ਗਵਰਨਮੈਂਟ ਐਗਜ਼ਾਮ ਦਾ ਜਿਹੜਾ ਹੈਗਾ ਵੇਚ ਆਪਾਂ ਲੈ ਸਕਦੇ ਆਂ ਸਟਾਰਟ ਕਰਦੇ ਆ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸलाम ਨਮਸਤੇ ਸ਼ਬਦ ਧੰਨਵਾਦ ਜੀ ਸ਼ਬਦ ਦਾ ਧੰਨਵਾਦ ਜਿਹੜਾ ਹੈਗਾ ਇੱਥੇ ਆਉਣ ਲਈ ਤੇ ਬਣੇ ਰਹੋ ਤੇ ਕਲਾਸ ਨੂੰ ਆਪਾਂ ਜਿਹੜੀ ਹੈਗੀ ਐ ਸਿਰ ਕਰ ਦਿਓ ਕਲਾਸ ਜਿਹੜੀ ਹੈਗੀ ਐ ਬਹੁਤ ਵਧੀਆ ਕਲਾਸ ਆਉਣ ਵਾਲੀ ਹੈਗੀ ਆ ਤੁਹਾਨੂੰ ਬਹੁਤ ਕੁਝ ਅੱਜ ਦੀ ਕਲਾਸ ਦੇ ਵਿੱਚ ਸਿਖਾਵਾਂਗੇ ਕੋਸ਼ਿਸ਼ ਇਹ ਹੀ ਰਹੇਗੀ ਕਿ ਅੱਜ ਦੀ ਕਲਾਸ ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਐ ਇੰਗਲਿਸ਼ ਪੈਡਾਗੋਜੀ ਦੀ ਸਾਰੀ ਟਾਈਮ ਲਾਈਨ ਕਵੈਸਚਨਸ ਦੇ ਰਹੀ ਕਰਵਾ ਦਈਏ ਇੰਗਲਿਸ਼ ਪੈਡਾਗੋਜੀ ਕਰਵਾਉਣ ਦੀ ਤੁਹਾਨੂੰ ਕਿ ਜਿਹੜੀ ਹੈਗੀ ਕੋਸ਼ਿਸ਼ ਰਹੇਗੀ ਨਾਲ ਦੀ ਨਾਲ ਜਿਹੜੇ ਆਪਣਾ ਕੁਐਸਚਨ ਹੈਗਾ ਪਹਿਲਾ ਆਪਣੇ ਕੋਲ ਆ ਗਿਆ ਪਹਿਲਾ ਆਪਣੇ ਕੋਲ ਕੁਐਸਚਨ ਜਿਹੜਾ ਹੈਗਾ ਆ ਗਿਆ ਇਫ ਲੈਂਗੁਏਜ ਟੀਚਰ ਹੈਜ਼ ਪੁਟ ਦਾ ਵਰਡ ਸਕੂਲ ਟੀਚਰ ਹੈਡਮਾਸਟਰ ਪੀਐਨ ਇਨ ਅ ਗਰਪ देन ਸੀ ਇਜ਼ ਫੋਲੋਇੰਗ ਸਿਮੈਂਟਿਕ ਗਰਪ ਫ੍ਰੈਟਿਕ ਗਰਪ ਗ੍ਰੈਮੈਟੀਕਲ ਗਰਪ ਔਰ ਲੈਕਸਿਕਲ ਗਰੂਪਿੰਗ ਔਰ ਲੈਕਸਿਕਲ ਗਰੂਪਿੰਗ ਟੈਕਸ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕੰਗ੍ਰੈਚੁਲੇਸ਼ਨਸ ਜੀ 우ਰਾਜ ਸਿੰਘ ਜੀ ਤੁਸੀਂ ਜੋ ਸਿਲੈਕਟਡ ਹੋ ਗਏ ਹੋ ਤਾਂ ਕੁਐਸਚਨ ਆਪਣਾ ਹੈਗਾ ਵੀ ਕੋਈ ਟੀਚਰ ਹੈਗਾ ਤੇ ਉਹ ਜਿਹੜਾ ਹੈਗਾ ਬੱਚਿਆਂ ਨੂੰ ਪੜਾ ਰਿਹਾ ਤੇ ਇਹ ਵਰਡ ਜੋ ਯੂਜ਼ ਕਰ ਰਿਹਾ ਸਕੂਲ ਟੀਚਰ ਹੈਡਮਾਸਟਰ ਪੀਐਨ ਇੱਕ ਗਰੁੱਪ ਗਰੂਪਿੰਗ ਤੇ ਸਿਲੈਕਸ਼ਨ ਦਾ ਆਪਣੇ ਕੋਲ ਇੱਕ ਪ੍ਰਿੰਸੀਪਲ ਹੈਗਾ ਉਸ ਪ੍ਰਿੰਸੀਪਲ ਦੇ ਹਿਸਾਬ ਨਾਲ ਉਹ ਜਿਹੜਾ ਟੀਚਰ ਹੈਗਾ ਇਹ ਜਿਹੜੇ ਚਾਰ ਵਰਡਸ ਹੈਗੇ ਨੇ ਉਸ ਨੇ ਗਰੁੱਪ ਦੇ ਵਿੱਚ ਰੱਖ ਕੇ ਪੜ੍ਹਾਏ ਹੈ ਤੇ ਉਹ ਜਿਹੜੀ ਗਰੂਪਿੰਗ ਹੈਗੀ ਆ ਇਸ ਨੂੰ ਆਪਾਂ ਕਿਹੜੀ ਗਰੂਪਿੰਗ ਕਹਿੰਦੇ ਆ ਸਿਮੈਂਟਿਕ ਫੋਨੇਟਿਕ ਗ੍ਰੈਮੈਟੀਕਲ ਔਰ ਲੈਕਸਿਕਲ ਗਰੂਪਿੰਗ ਡੀ ਅਨਸਰ ਡੀ ਅਨਸਰ ਡੀ ਅਨਸਰ ਸੀ ਅਨਸਰ ਡੀ ਅਨਸਰ ਡੀ ਅਨਸਰ ਬੀ ਅਨਸਰ ਵੀ ਆਇਆ ਇੱਕ ਲੈਕਸਿਕਲ ਗਰੂਪਿੰਗ ਬੀ ਆਇਆ ਹੈਗਾ ਲੈਕਸਿਕਲ ਗਰੂਪਿੰਗ ਆਇਆ ਏ ਵੀ ਅਨਸਰ ਆਇਆ ਇਹਦਾ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਕੁਐਸਚਨਸ ਕਰ ਰਹੇ ਹੋ ਅਟੈਂਪਟ ਕਰਦੇ ਰਿਹਾ ਕਰੋ ਭਾਵੇਂ ਤੁਹਾਡਾ ਗਲਤ ਹੋਵੇ ਕੋਈ ਦਿੱਕਤ ਨਹੀਂ ਹੈਗੀ ਆ ਜਦੋਂ ਮੈਂ ਸਹੀ ਦੱਸਾਂਗਾ ਤਾਂ ਉਸ ਤੋਂ ਬਾਅਦ ਜਦੋਂ ਵੀ ਜੇ ਮੰਨ ਲਓ ਇਹ ਸੇਮ ਕੁਐਸਚਨ ਤੁਹਾਡਾ ਐਗਜ਼ਾਮ ਦੇ ਵਿੱਚ ਆਇਆ ਤਾਂ ਜੇ ਤੁਸੀਂ ਇੱਥੇ ਗਲਤ ਕੀਤਾ ਤਾਂ ਫਿਰ ਇਹ ਪੱਕੀ ਗਾਰੰਟੀ ਹੈ ਕਿ ਐਗਜ਼ਾਮ ਦੇ ਵਿੱਚ ਗਲਤ ਨਹੀਂ ਹੋਏਗਾ ਇਹਦਾ ਆਪਣੇ ਕੋਲ ਕੁਐਸਚਨ ਦਾ ਆਨਸਰ ਹੈਗਾ ਸਿਮੈਂਟਿਕ ਗਰੁੱਪ ਇਹ ਜਿਹੜੀ ਗਰੂਪਿੰਗ ਹੈਗੀ ਆ ਇਹ ਸਿਮੈਂਟਿਕ ਗਰੂਪਿੰਗ ਹੈਗੀ ਆ ਜੀ ਸਿਮੈਂਟਿਕ ਗਰੂਪਿੰਗ ਸਿਮੈਂਟਿਕ ਗਰੂਪਿੰਗ ਸਿਮੈਂਟਿਕ ਗਰੂਪਿੰਗ ਦਾ ਮੀਨਿੰਗ ਆਪਣੇ ਕੋਲ ਕੀ ਹੋਇਆ ਸਿਮੈਂਟਿਕ ਸਿਮੈਂਟਿਕ ਦਾ ਮੀਨਿੰਗ ਹੁੰਦਾ ਹੈ ਸਿਮੈਂਟਿਕ ਸਿਮੈਂਟਿਕ ਜੋ ਵਰਡ ਹੈਗਾ ਉਹ ਰਿਲੇਟਡ ਹੈਗਾ ਮੀਨਿੰਗ ਨਾਲ ਸਿਮੈਂਟਿਕ ਜਿਹੜਾ ਹੈਗਾ ਉਹ ਮੀਨਿੰਗ ਨਾਲ ਰਿਲੇਟਡ ਹੈਗਾ ਤੇ ਇਹ ਜਿਹੜੇ ਜਦੋਂ ਵੀ ਆਪਾਂ ਸਕੂਲ ਟੀਚਰ ਹੈਡਮਾਸਟਰ ਜਾਂ ਪੀਐਮ ਦੀ ਗੱਲ ਕਰਦੇ ਆ ਤਾਂ ਆਪਣੇ ਜਿਹੜੀ ਹੈਗੀ ਹੈ ਮਾਈਂਡ ਦੇ ਵਿੱਚ ਗੱਲ ਆਂਦੀ ਹੈ ਆਪਣੇ ਆਪ ਹੀ ਮੀਨਿੰਗ ਆ ਜਾਂਦਾ ਹੈ ਐਜੂਕੇਸ਼ਨ ਦਾ ਜਦੋਂ ਆਪਾਂ ਸਕੂਲ ਟੀਚਰ ਹੈਡਮਾਸਟਰ ਜਾਂ ਪੀਐਨ ਦੀ ਗੱਲ ਕਰਦੇ ਆ ਤਾਂ ਆਪਣੇ ਆਪ ਦਿਮਾਗ ਦੇ ਵਿੱਚ ਆਪਣੇ ਮੀਨਿੰਗ ਬਣ ਜਾਂਦਾ ਹੈ ਕਿ ਜਦੋਂ ਜਿੱਥੇ ਟੀਚਰ ਹੈਡਮਾਸਟਰ ਤੇ ਸਕੂਲ ਸਟੂਡੈਂਟਸ ਪੀਐਨ ਹੋਣਗੇ ਉੱਥੇ ਐਜੂਕੇਸ਼ਨ ਵੀ ਹੋਏਗੀ ਇਹ ਸਿਮੈਂਟਿਕ ਗਰੂਪਿੰਗ ਹੈਗੀ ਹੈ ਜੀ ਜਿਵੇਂ ਕਿ ਆਪਾਂ ਸਿਮੈਂਟਿਕ ਗਰੂਪਿੰਗ ਦੀ ਇੱਕ ਹੋਰ ਐਗਜ਼ਾਮਪਲ ਲਈਏ ਤਾਂ ਜਿਵੇਂ ਡਾਕਟਰ ਡਾਕਟਰ ਤੇ ਹਸਪੀਟਲ ਡਾਕਟਰ ਤੇ ਹਸਪੀਟਲ ਨਰਸ ਇਹ ਜਿਹੜੇ ਆਪਾਂ ਤਿੰਨ ਵਰਡਸ ਜਿਹੜੇ ਰੱਖੇ ਆ ਇਹ ਵੀ ਸਿਮੈਂਟਿਕ ਗਰੂਪਿੰਗ ਸਿਮੈਂਟਿਕ ਗਰੂਪਿੰਗ ਹੋਏਗੀ ਲੈਕਸਿਕਲ ਕੀ ਹੁੰਦਾ ਇਹ ਵੀ ਦੱਸਾਂਗੇ ਜੀ ਲੈਕਸਿਕਲ ਕੀ ਹੁੰਦਾ ਫੋਨੇਟਿਕ ਜਿਹੜੀ ਹੈਗੀ ਆ ਫੋਨੇਟਿਕ ਗਰੂਪਿੰਗ ਫੋਨੇਟਿਕ ਗਰੂਪਿੰਗ ਯਾਨੀ ਕਿ ਇੱਕੋ ਵਰਗੇ ਆਵਾਜ਼ ਵਾਲੇ ਇੱਕੋ ਵਰਗੇ ਸਾਊਂਡ ਵਾਲੇ ਇੱਕੋ ਵਰਗੇ ਸਾਊਂਡ ਵਾਲੇ ਜਿਹੜੇ ਹੈਗੇ ਨੇ ਵਰਡਸ ਜਿਵੇਂ ਬਾਉਂਡ ਤੇ ਮੁੰਡ ਜਾਂ ਫਿਰ ਆਪਾਂ ਗੱਲ ਕਰੀਏ ਕੁੱਡ ਵੁੱਡ ਸੇਮ ਜੀ ਜਿਨ੍ਹਾਂ ਦੀ ਸਾਊਂਡਸ ਸੇਮ ਸੇਮ ਆਵਣ ਸੇਮ ਆਵੇ ਜਿਨ੍ਹਾਂ ਦੀ ਸਾਊਂਡ ਸੇਮ ਆਵੇ ਉਹ ਆਪਣੀ ਫੋਨੇਟਿਕ ਗਰੂਪਿੰਗ ਤੇ ਗ੍ਰੈਮੈਟੀਕਲ ਗਰੂਪਿੰਗ ਗ੍ਰੈਮੈਟੀਕਲ ਗਰੂਪਿੰਗ ਗ੍ਰਾਮਰ ਦੇ ਵਿੱਚ ਆਪਣੇ ਕੋਲ ਕੀ ਹੁੰਦੇ ਨੇ ਪਾਰਟਸ ਆਫ ਸਪੀਚ ਗ੍ਰੈਮੈਟੀਕਲ ਗਰੂਪਿੰਗ ਆਪਣੇ ਕੋਲ ਹੋਗੇ ਨਾਉਨਸ ਪ੍ਰੋਨਾਉਨਸ ਇਹਨਾਂ ਨੂੰ ਮੰਨ ਲਓ ਕਿ ਇੱਕੋ ਸੀਕੁਐਂਸ ਦੇ ਵਿੱਚ ਰੱਖਣ ਰੱਖ ਕੇ ਉਹ ਪੜਾਣਗੇ ਪ੍ਰੋਨਾਉਂਸ ਨਾਉਨ ਜਾਂ ਐਡਜੈਕਟਿਵ ਜਾਂ ਪ੍ਰੀਪੋਜੀਸ਼ਨ ਜੋ ਵੀ ਹੈਗੀਆਂ ਨੇ ਉਹੀ ਗ੍ਰੈਮੇਟੀਕਲ ਆਪਣੀ ਗਰੂਪਿੰਗ ਹੈਗੀ ਹੈ ਲੈਕਸੀਕਲ ਗਰੂਪਿੰਗ ਲੈਕਸੀਕਲ ਗਰੂਪਿੰਗ ਲੈਕਸੀਕਲ ਉਹ ਵਰਡਸ ਹੁੰਦੇ ਨੇ ਜਿਹੜੇ ਕਿ ਕੰਟੈਂਟ ਵਰਡ ਹੁੰਦੇ ਨੇ ਲੈਕਸੀਕਲ ਜਿਹੜੇ ਹੈਗੇ ਨੇ ਕੰਟੈਂਟ ਵਰਡ ਕੰਟੈਂਟ ਵਰਡ ਹੁੰਦੇ ਨੇ ਕੰਟੈਂਟ ਵਰਡ ਕੰਟੈਂਟ ਵਰਡਸ ਕੰਟੈਂਟ ਵਰਡ ਉਹ ਹੁੰਦੇ ਨੇ ਜਿਨ੍ਹਾਂ ਦਾ ਕੋਈ ਨਾ ਕੋਈ मीनिंग ਹੁੰਦਾ ਜਿਨ੍ਹਾਂ ਦਾ ਕੋਈ ਨਾ ਕੋਈ मीनिंग ਹੁੰਦਾ ਲੈਕਸੀਕਲ ਗਰੂਪਿੰਗ ਇਸ ਵਾਸਤੇ ਨਹੀਂ ਹੈਗੀ ਕਿਉਂਕਿ ਲੈਕਸੀਕਲ ਸਿਮੈਂਟਿਕ ਗਰੂਪਿੰਗ ਇਸ ਵਾਸਤੇ ਹੈਗੀ ਹੈ ਕਿਉਂਕਿ ਆਪਾਂ ਨੂੰ ਸਾਰੇ ਨਾਮ ਪੜ੍ਹ ਕੇ ਇੱਕ ਕਾਮਨ ਆਈਡੀਆ ਇੱਕ ਕਾਮਨ मीनिंग ਨਿਕਲਦਾ ਸਭ ਨਾਮਾਂ ਤੋਂ ਲੈਕਸੀਕਲ ਗਰੂਪਿੰਗ ਇਸ ਲਈ ਨਹੀਂ ਹੈਗੀ ਕਿਉਂਕਿ ਆਪਾਂ ਵੱਖਰੇ ਵੱਖਰੇ ਵਰਡਸ ਵੀ ਆਪਾਂ ਲੈਕਸੀਕਲ ਗਰੂਪਿੰਗ ਜਿਹੜੀ ਹੈਗੀ ਆ ਉਹਦੇ ਵਿੱਚ ਰੱਖ ਸਕਦੇ ਹਾਂ ਲੈਕਸੀਕਲ ਗਰੂਪਿੰਗ ਲੈਕਸੀਕਲ ਉਹ ਹੁੰਦਾ ਵਰਡ ਜਿਹਦਾ ਕੋਈ मीनिंग ਹੋਵੇ ਜਿਹਦਾ ਕੋਈ मीनिंग ਹੋਵੇ ਜਿਹੜੇ ਲੈਕਸਿਕਲ ਵਰਡ ਉਹ ਅਸਲ ਦੇ ਵਿੱਚ ਉਹ ਹੁੰਦੇ ਨੇ ਜਿਹੜੇ ਕਿ ਆਪਾਂ ਨੂੰ ਕਿਸੇ ਡਿਕਸ਼ਨਰੀ ਦੇ ਵਿੱਚ ਲਿਖੇ ਮਿਲਦੇ ਨੇ ਜਿਹੜੇ ਡਿਕਸ਼ਨਰੀ ਦੇ ਵਿੱਚ ਲਿਖੇ ਮਿਲਦੇ ਨੇ ਸਟੈਂਡਰਡ ਡਿਕਸ਼ਨਰੀ ਹੁੰਦੀ ਹੈ ਇੱਕ ਇੰਗਲਿਸ਼ ਦੀ ਉਹਦੇ ਵਿੱਚ ਜਿਹੜੇ ਵਰਡਸ ਹੈਗੇ ਨੇ ਉਹਨਾਂ ਨੂੰ ਲੈਕਸਿਕਲ ਕਿਹਾ ਜਾਂਦਾ ਹੈ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ 2 2 ਹਾਂਜੀ 2 2 ਹੈਗਾ ਜਿਹੜਾ ਫਾਰ ਐਗਜ਼ਾਮਪਲ ਦੱਸ ਦਿਓ ਸਰ ਲੈਕਸਿਕਲ ਦੇ ਲੈਗਜ਼ੀਕਲ ਜਿਹੜੇ ਹੈਗੇ ਨੇ ਲੈਗਜ਼ੀਕਲ ਆਪਣੇ ਲੈਗਜ਼ੀਕਲ ਆਪਣੇ ਵਰਡਸ ਜਿਹੜੇ ਹੈਗੇ ਨੇ ਸਾਰੇ ਕੰਟੈਂਟ ਵਰਡਸ ਲੈਗਜ਼ੀਕਲ ਵਰਡਸ ਸਾਰੇ ਕੰਟੈਂਟ ਵਰਡ ਜਿਹੜੇ ਹਨ ਹੈਗੇ ਨੇ ਉਹ ਸਾਰੇ ਜਿਵੇਂ मीनिंग ਡਾਕਟਰ ਹਸਪੀਟਲ ਨਾਉਨ ਕੁੱਡ ਵੁੱਡ ਨਾਉਨਸ ਪ੍ਰੋਨਾਉਨਸ ਇਹ ਸਾਰੇ ਵਰਡਸ ਸਾਰੇ ਵਰਡਸ ਜਿਹੜੇ ਹੈਗੇ ਨੇ ਸਾਰੇ ਹੀ ਲੈਗਜ਼ੀਕਲ ਵਰਡਸ ਹੈਗੇ ਨੇ ਸਾਰੇ ਹੀ ਲੈਗਜ਼ੀਕਲ ਵਰਡਸ ਹੈਗੇ ਨੇ ਯਾਨੀ ਕਿ ਜਿਵੇਂ ਆਪਣੇ ਕੋਲ ਆਪਣੇ ਕੋਲ ਅੱਗੇ ਵੀ ਕੁਐਸਚਨਸ ਆਣਗੇ ਆਪਾਂ ਹੋਰ ਵਧੀਆ ਤਰੀਕੇ ਨਾਲ ਇਸ ਨੂੰ ਕਲੀਅਰ ਕਰਾਂਗੇ ਲੈਂਗੁਏਜ ਲੈਬਰੇਟਰੀ ਇਜ਼ ਦਾ ਪਲੇਸ ਵੇਅਰ ਦਾ ਲਰਨਰਸ ਹੈਵ ਟੂ ਲਿਸਨ ਔਨ ਹੈੱਡਫੋਨ ਦਾ ਲੈਂਗੁਏਜ ਲੈब्स ਆਰ ਸੈਟ ਅਪ ਵਿਦ ਊ ਟੂ ਪ੍ਰੋਵਾਈਡ ਲਿਸਨਿੰਗ ਐਕਟੀਵਿਟੀਆਂ ਇਨ ਆਰਡਰ ਟੂ ਡਿਵੈਲਪ ਸਪੀਚ ਹੈਬਿਟ ਕ੍ਰਿਟੀਸਾਈਜ਼ਿੰਗ ਹੈਬਿਟ ਲਿਸਨਿੰਗ ਐਕਟੀਵਿਟੀਆਂ ਐਨਾਲਿਸਿਸ ਹੈਬਿਟ ਹਾਂਜੀ ਆਨਸਰ ਸੀ ਆਇਆ ਆਨਸਰ ਸੀ ਆਇਆ ਹੈ ਕਵੈਸਚਨ ਸਮਝ ਲਓ ਇੱਕ ਵਾਰੀ ਲੈਂਗੁਏਜ ਲੈਬੋਰਟਰੀ ਇਜ਼ ਦਾ ਪਲੇਸ ਕਹਿੰਦਾ ਵੀ ਲੈਂਗੁਏਜ ਲੈਬੋਰਟਰੀ ਜਿਹੜੀ ਹੈਗੀ ਆ ਉਹ ਇੱਕ ਪਲੇਸ ਹੈਗਾ ਜਿੱਥੇ ਆਪਾਂ ਹੈੱਡਫੋਨ ਲਾ ਕੇ ਹੈੱਡਫੋਨ ਲਾ ਕੇ ਜਿਹੜਾ ਹੈਗਾ ਉਹ ਲਰਨਰ ਸੁਣਦਾ ਹੈ ਤੇ ਇਹ ਜਿਹੜੀ ਲਰਨਿੰਗ ਸੁਣਦਾ ਹੈ ਉਹ ਲਿਸਨਿੰਗ ਐਕਟੀਵਿਟੀ ਹੈਗੀ ਆ ਇਸ ਨਾਲ ਉਸ ਨੇ ਆਰਡਰ ਟੂ ਇਨ ਆਰਡਰ ਟੂ ਡਿਵੈਲਪ ਕੀ ਚੀਜ਼ ਕਿਹੜੀ ਚੀਜ਼ ਦਾ ਵਿਕਾਸ ਕਿਹੜੀ ਚੀਜ਼ ਦੀ ਡਿਵੈਲਪਮੈਂਟ ਹੁੰਦੀ ਹੈ ਸਪੀਚ ਹੈਬਿਟ ਕ੍ਰਿਟੀਸਾਈਜ਼ਿੰਗ ਹੈਬਿਟ ਲਿਸਨਿੰਗ ਐਕਟੀਵਿਟੀਆਂ ਔਰ analysis habit aur analysis habit c hega ji answer c aaya hai c aaya hai c aaya hai c aaya hai bahut hi tricky question hega ye bahut tricky question hega question nu dobare pad lo dobare dhyan naal jada hega question nu dobare dekh lo the language labs are set up with view to provide listening activities in order to develop ਇੰਦਾ ਵੀ ਲਿਸਨਿੰਗ ਐਕਟੀਵਿਟੀਜ਼ ਆਪਾਂ ਕਰਵਾਉਂਦੇ ਆਂ ਕਰਵਾਉਂਦੇ ਕਿਹਦੇ ਵਾਸਤੇ ਆ ਕੀ ਡਿਵੈਲਪ ਕਰਨਾ ਹੁੰਦਾ ਆਪਾਂ ਲਿਸਨਿੰਗ ਐਕਟੀਵਿਟੀਜ਼ ਕਰਾ ਕੇ ਸਪੀਚ ਹੈਬਿਟ ਕ੍ਰਿਟੀਸਾਈਜ਼ਿੰਗ ਹੈਬਿਟ ਔਰ ਲਿਸਨਿੰਗ ਐਕਟੀਵਿਟੀਜ਼ ਐਨਾਲਿਸਿਸ ਹੈਬਿਟਸ ਬੀ ਆ ਰੇ ਨੇ ਅਨਸਰ ਸੀ ਵੀ ਆ ਰਿਹਾ ਏ ਆ ਰਿਹਾ ਓਕੇ ਸਰ ਕੁਐਸਚਨ ਕਰਵਾ ਕੇ ਪਲੀਜ਼ ਸਾਈਡ ਹੋ ਜਾਇਆ ਕਰੋ ਹਾਂਜੀ ਸਾਈਡ ਹੀ ਹੈਗਾ ਜੀ ਮੈਂ ਸਾਈਡ ਹੀ ਹੈਗਾ ਜੀ ਕੁਐਸਚਨ ਤੋਂ ਬਾਅਦ ਡੀ ਤੇ ਏ ਫਿਰ ਤੋਂ ਏ ਆਨਸਰ ਆਇਆ ਹੈ ਇਹਦਾ ਆਪਣੇ ਕੋਲ ਕਰੈਕਟ ਆਨਸਰ ਏ ਹੈਗਾ ਜੀ ਏ ਸਪੀਚ ਹੈਬਿਟ ਲਿਸਨਿੰਗ ਜਿਹੜੀ ਐਕਟੀਵਿਟੀਆਂ ਹੁੰਦੀਆਂ ਨੇ ਲਿਸਨਿੰਗ ਲਿਸਨਿੰਗ ਜਿਹੜੀ ਲੈਂਗੁਏਜ ਲੈਬੋਰਟਰੀ ਹੈਗੀ ਹੈ ਲੈਂਗੁਏਜ ਲੈਬੋਰਟਰੀ ਜਿਹੜੀ ਹੈਗੀ ਹੈ ਉਹ ਆਪਣੀ ਪ੍ਰੋਨੰਸੀਏਸ਼ਨ ਕਰੈਕਟ ਕਰਨ ਵਾਸਤੇ ਹੁੰਦੀਆਂ ਨੇ ਪ੍ਰੋਨੰਸੀਏਸ਼ਨ ਕਰੈਕਟ ਕਰਨ ਵਾਸਤੇ ਜਿਹੜੀਆਂ ਹੈਗੀਆਂ ਨੇ ਲੈਂਗੁਏਜ ਲੈਬਸ ਦੇ ਵਿੱਚ ਆਪਾਂ ਨੂੰ ਜਿਹੜੀ ਹੈਗੀ ਹੈ ਅਲ ਹੈੱਡਫੋਨ ਦੁਆਰਾ ਆਪਾਂ ਨੂੰ ਕੋਈ ਲੈਸਨ ਸੁਣਾਇਆ ਜਾਂਦਾ ਲੈਂਗੁਏਜ ਲੈਬ ਦੇ ਵਿੱਚ ਤਾਂ ਕਿ ਆਪਣੀ ਜਿਹੜੀ ਪਰਨੰਸੀਏਸ਼ਨ ਸਹੀ ਹੋਵੇ ਜਿਹੜੀ ਹੈਗੀ ਪਰਨੰਸੀਏਸ਼ਨ ਨਹੀਂ ਜੀ ਪਰਨੰਸੀਏਸ਼ਨ ਆਪਣੀ ਸਹੀ ਕਰਦੀ ਹੈ ਲਿਸਨਿੰਗ ਐਕਟੀਵਿਟੀ ਜੋ ਵੀ ਹੋਏਗੀ ਤੁਹਾਨੂੰ ਦੱਸਿਆ ਸੀ ਕਿ ਲਿਸਨਿੰਗ ਤੇ ਲਿਸਨਿੰਗ ਤੇ ਸਪੀਕਿੰਗ ਲਿਸਨਿੰਗ ਤੇ ਸਪੀਕਿੰਗ ਜਿਹੜੀ ਹੈਗੀ ਹੈ ਉਹ ਜਿਹੜੀ ਹੈਗੀ ਹੈ ਇੰਟਰ ریلیਟਡ ਟਰਮਸ ਹੈ ਜਿਆਨੇ ਜਿੱਥੇ ਲਿਸਨਿੰਗ ਹੋਏਗੀ ਉਥੇ ਸਪੀਕਿੰਗ ਹੋਏਗੀ ਤੇ ਜਿੱਥੇ ਸਪੀਕਿੰਗ ਹੋਏਗੀ ਉਥੇ ਲਿਸਨਿੰਗ ਵੀ ਹੋਏਗੀ ਤੇ ਜਦੋਂ ਆਪਾਂ ਬੱਚੇ ਕੋਲੋਂ ਲਿਸਨਿੰਗ ਐਕਟੀਵिटीज ਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਬੱਚਿਆਂ ਨੂੰ ਲੈਂਗੁਏਜ ਲੈਬੋਰਟਰੀ ਦੇ ਵਿੱਚ ਤਾਂ ਆਪਾਂ ਉਹਦੀ ਜਿਹੜੀ ਹੈ ਸਪੀਚ ਹੈਬਿਟ ਜਿਹੜੀ ਸਪੀਕਿੰਗ ਸਕਿੱਲ ਹੈਗੀ ਹੈ ਉਹਨੂੰ ਸਹੀ ਕਰਨ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਤੇ ਇਹਦੇ ਨਾਲ ਜਿਹੜੀ ਹੈਗੀ ਉਹਦੀ ਸਪੀਕਿੰਗ ਸਕਿੱਲ ਜਿਹੜੀ ਹੈਗੀ ਹੈ ਡਿਵੈਲਪ ਹੁੰਦੀ ਹੈ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਇੰਟੈਂਸਿਵ ਰੀਡਿੰਗ ਰੈਫਰਸ ਟੂ ਇੰਟੈਂਸਿਵ ਰੀਡਿੰਗ ਜਿਹੜੀ ਹੈਗੀ ਆ ਉਹ ਕਿਸ ਚੀਜ਼ ਨੂੰ ਬਿਲੋਂਗ ਕਰਦੀ ਹੈ ਰੀਡਿੰਗ ਅ ਟੈਕਸਟ ਫਾਰ ਡਿਟੇਲਡ ਇਨਫੋਰਮੇਸ਼ਨ ਰੀਡਿੰਗ ਅ ਟੈਕਸਟ ਫਾਰ ਪਲੇజర్ ਰੀਡਿੰਗ ਅ ਟੈਕਸਟ ਫਾਰ ਐਡੀਟਿੰਗ ਰੀਡਿੰਗ ਅ ਟੈਕਸਟ ਫਾਰ ਸਮਵਨ ਐਲਸ ਹਾਂਜੀ ਆਨਸਰ ਸੁਣ ਕੇ ਸਹੀ ਬੋਲ ਸਕਦੇ ਆ ਹਾਂਜੀ ਸੁਣ ਕੇ ਸਹੀ ਬੋਲ ਸਕਦੇ ਆ ਇਹ ਜਿਹੜਾ ਹੈਗਾ ਪ੍ਰਿੰਸੀਪਲ ਆਪਣੇ ਕੋਲ ਆ ਜਾਂਦਾ ਇਮਿਟੇਸ਼ਨ ਦਾ ਪ੍ਰਿੰਸੀਪਲ ਜਿਹੜਾ ਹੈਗਾ ਉਹ ਵਰਕ ਕਰਦਾ ਜਦੋਂ ਆਪਾਂ ਲਿਸਨਿੰਗ ਤੋਂ ਸਪੀਕਿੰਗ ਸਿੱਖਦੇ ਆ ਏ ਅਨਸਰ ਏ ਅਨਸਰ ਏ ਅਨਸਰ ਏ ਅਨਸਰ ਰੀਡਿੰਗ ਅ ਟੈਕਸਟ ਫॉर ਡਿਟੇਲਡ ਇਨਫਰਮੇਸ਼ਨ ਇੰਟੈਂਸਿਵ ਰੀਡਿੰਗ ਇੰਟੈਂਸਿਵ ਰੀਡਿੰਗ ਕਿਹੜੀ ਹੈ ਜੀ ਇੰਟੈਂਸਿਵ ਰੀਡਿੰਗ ਕਿਹੜੀ ਹੈ ਜੀ ਡਿਟੇਲਡ ਡਿਟੇਲਡ ਜਿਹੜੀ ਹੈਗੀ ਆ ਬਿਲਕੁਲ ਬਿਲਕੁਲ ਆਪਣਾ ਕਰੈਕਟ ਅਨਸਰ ਏ ਹੈਗਾ ਤੇ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਨੇ ਬਿਲਕੁਲ ਸਹੀ ਕਰ ਰਹੇ ਨੇ ਅਨਸਰ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਨੇ ਬਿਲਕੁਲ ਸਹੀ ਲਗਭਗ ਸਾਰੇ ਹੀ ਸਟੂਡੈਂਟਸ ਸਹੀ ਕਰ ਰਹੇ ਨੇ ਬਹੁਤ ਸਾਰੇ ਰੀਡਿੰਗ ਅ ਟੈਕਸਟ ਫਾਰ ਪਲੇజర్ ਪਲੇజర్ ਦੇ ਵਾਸਤੇ ਜਿਹੜੀ ਆਪਣੀ ਰੀਡਿੰਗ ਹੈਗੀ ਆ ਉਹ ਆਪਣੀ ਰੀਡਿੰਗ ਹੈਗੀ ਆ ਐਕਸਟੈਂਸਿਵ ਉਹ ਆਪਣੀ ਰੀਡਿੰਗ ਹੈਗੀ ਆ ਐਕਸਟੈਂਸਿਵ ਉਹ ਆਪਣੀ ਰੀਡਿੰਗ ਆ ਗਈ ਆਪਣੇ ਕੋਲ ਐਕਸਟੈਂਸਿਵ ਰੀਡਿੰਗ ਜਿਹੜੀ ਹੈਗੀ ਆ ਉਹ ਰੀਡਿੰਗ ਫਾਰ ਪਲੇజర్ ਹੁੰਦੀ ਆ ਤੇ ਇੰਟੈਂਸਿਵ ਰੀਡਿੰਗ ਜਿਹੜੀ ਹੈਗੀ ਆ ਉਹ ਡਿਟੇਲਡ ਰੀਡਿੰਗ ਹੁੰਦੀ ਹੈ ਡਿਟੇਲਡ ਰੀਡਿੰਗ ਡਿਟੇਲਡ ਰੀਡਿੰਗ ਹੁੰਦੀ ਹੈ ਉਸ ਨੂੰ ਆਪਾਂ ਇੰਟੈਂਸਿਵ ਰੀਡਿੰਗ ਕਹਿੰਦੇ ਆ ਉਸ ਨੂੰ ਐਕਸਟੈਂਸਿਵ ਫਾਰ ਪਲੇਜ਼ਰ ਹਾਂਜੀ ਐਕਸਟੈਂਸਿਵ ਜਿਹੜੀ ਹੈਗੀ ਰੀਡਿੰਗ ਫਾਰ ਟੈਕਸਟ ਐਡੀਟਿੰਗ ਤੇ ਰੀਡਿੰਗ ਇਹ ਜਿਹੜੀਆਂ ਆਪਸਨ ਆਫ ਦੋ ਹੈਗੀਆਂ ਨੇ ਇਹ ਐਵੇਂ ਹੀ ਚਾਰ ਕਰਨ ਵਾਸਤੇ ਉਹਨਾਂ ਨੇ ਬਣਾ ਕੇ ਰੱਖੀਆਂ ਹੋਈਆਂ ਸੀ ਇਹ ਟੀਚਰ ਬ੍ਰਿੰਗਸ ਅ ਨਿਊਜ਼ਪੇਪਰ ਟੂ ਹਰ ਕਲਾਸ 8 8th class ਦੇ ਵਿੱਚ ਟੀਚਰ ਜਿਹੜਾ ਹੈਗਾ ਉਹ ਨਿਊਜ਼ਪੇਪਰ ਇੱਕ ਅਖਬਾਰ ਲੈ ਕੇ ਆਂਦਾ ਐ ਐਂਡ ਆਸਕਸ देम ਟੂ ਫਾਈਂਡ ਸਮ ਐਡਵਰਟਾਈਜ਼ਮੈਂਟ ਤੇ ਉਹਨਾਂ ਵਿੱਚ ਕੁਝ ਵਿਗਿਆਪਨ ਜਿਹੜੇ ਹੈਗੇ ਆ ਬੱਚੇ ਬੱਚਿਆਂ ਨੂੰ ਕਹਿੰਦਾ ਵੀ ਇਹਨਾਂ ਵਿੱਚੋਂ ਕੁਝ ਵਿਗਿਆਪਨ ਆਪਾਂ ਜਿਹੜੇ ਹੈਗੇ ਨੇ ਭਾਲਨੇ ਨੇ ਸਰਚ ਕਰਨੇ ਨੇ ਸੀ देन ਆਸਕਸ देम ਟੂ ਲਿਸਟ ਆਊਟ ਹਾਊ ਐਡਵਰਟਾਈਜ਼ਮੈਂਟਸ ਆਰ ਡਿਜ਼ਾਈਨਡ ਐਂਡ ਵਟ ਐਨ ਐਡਵਰਟਾਈਜ਼ਮੈਂਟ ਕੰਟੇਨਸ ਫੇਰ ਉਹ ਕਹਿੰਦੀ ਆ ਵੀ ਆਪਾਂ ਜਿਹੜਾ ਹੈਗਾ ਇਹ ਗੱਲ ਨੋਟ ਕਰਨੀ ਹੈ ਜਾਂ ਲਿਸਟ ਆਊਟ ਕਰਨੀ ਹੈ ਵੀ ਐਡਵਰਟਾਈਜ਼ਮੈਂਟ ਜਿਹੜੀਆਂ ਹੈਗੀਆਂ ਨੇ ਵਿਗਿਆਪਨ ਜਿਹੜੇ ਹੈਗੇ ਨੇ ਉਹਨਾਂ ਦਾ ਡਿਜ਼ਾਈਨ ਕੀ ਹੁੰਦਾ ਹੈ ਤੇ ਉਹ ਜਿਹੜੀਆਂ ਹੈਗੀਆਂ ਵਿਗਿਆਪਨ ਦੇ ਵਿੱਚ ਹੁੰਦਾ ਕੀ ਹੈ ਵਾਟ ਇਜ਼ ਦਾ ਨਿਊਜ਼ਪੇਪਰ ਹੈ ਤੇ ਨਿਊਜ਼ਪੇਪਰ ਜਿਹੜਾ ਕੁਸਚਨ ਆਪਣੇ ਕੋਲ ਇਹ ਹੈਗਾ ਵੀ ਜਿਹੜਾ ਨਿਊਜ਼ਪੇਪਰ ਹੈਗਾ ਇੱਥੇ ਕੀ ਚੀਜ਼ ਹੈਗਾ ਨਿਊਜ਼ਪੇਪਰ ਕਹਿੰਦੇ ਵੀ ਫਾਰ ਰੀਡਿੰਗ ਹੈਗਾ ਐਨ ਇਨਸਟਰੂਮੈਂਟ ਆਫ ਲੈਂਗੁਏਜ ਲਰਨਿੰਗ ਹੈਗਾ ਐ ਟੈਕਨਿਕ ਆਫ ਲੈਂਗੁਏਜ ਲਰਨਿੰਗ ਹੈਗਾ ਇਹ ਮਟੀਰੀਅਲ ਆਫ ਲੈਂਗੁਏਜ ਲਰਨਿੰਗ ਹੈਗਾ ਸੀ ਤੇ ਡੀ ਅਨਸਰ ਆ ਰਹੇ ਨੇ ਸੀ ਤੇ ਡੀ ਸੀ ਤੇ ਡੀ ਅਨਸਰ ਆਨੇ ਨੇ ਫੇਰ ਤੋਂ ਡੀ ਅਨਸਰ ਆਇਆ ਬਹੁਤ ਵਧੀਆ ਜੀ ਬਹੁਤ ਵਧੀਆ ਅਨਸਰਜ਼ ਆ ਰਹੇ ਨੇ ਬਹੁਤ ਵਧੀਆ ਅਨਸਰਜ਼ ਆ ਰਹੇ ਨੇ ਨਿਊਜ਼ਪੇਪਰ ਇੱਕ ਹੈਗਾ ਟੀਚਰ ਉਹ ਕਲਾਸ ਦੇ ਵਿੱਚ ਕਲਾਸ ਹੈਗੀ 8ਵੀਂ ਤੇ ਉਹ ਇੱਕ ਨਿਊਜ਼ਪੇਪਰ ਲੈ ਕੇ ਆਇਆ ਜਾਂ ਲੈ ਕੇ ਆਏ ਮੈਡਮ ਤੇ ਉਹਨਾਂ ਨੇ ਬੱਚਿਆਂ ਨੂੰ ਕਿਹਾ ਵੀ ਆਪਾਂ ਇਸ ਦੇ ਵਿੱਚੋਂ ਐਡਵਰਟਾਈਜ਼ਮੈਂਟ ਜਿਹੜੀਆਂ ਹੈਗੀਆਂ ਨੇ ਔਰ ਫਾਈਂਡ ਆਊਟ ਕਰਨੀਆਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਐਡਵਰਟਾਈਜ਼ਮੈਂਟ ਨਿਊਜ਼ਪੇਪਰ ਦੇ ਵਿੱਚ ਲੱਭਣੀਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਇਹ ਲੱਭਣਾ ਕਿ ਐਡਵਰਟਾਈਜ਼ਮੈਂਟ ਦੇ ਵਿੱਚ ਕੀ ਕੀ ਕੰਟੈਂਟ ਹੈਗੇ ਨੇ ਐਡਵਰਟਾਈਜ਼ਮੈਂਟ ਕਿਸ-ਕਿਸ ਚੀਜ਼ ਦੀਆਂ ਹੈਗੀਆਂ ਤੇ ਐਡਵਰਟਾਈਜ਼ਮੈਂਟ ਦੇ ਜਿਹੜੇ ਹੈਗੇ ਨੇ ਡਿਜ਼ਾਈਨ ਕੀ ਹੈਗੇ ਨੇ ਤਾਂ ਫਿਰ ਇਹ ਜਿਹੜਾ ਆਪਣੇ ਕੋਲ ਨਿਊਜ਼ਪੇਪਰ ਹੈਗਾ ਜਿਹੜਾ ਨਿਊਜ਼ਪੇਪਰ ਲੈ ਕੇ ਆਏ ਸੀ ਉਹ ਕੀ ਚੀਜ਼ ਹੈਗੀ ਹੈ ਮਟੀਰੀਅਲ ਟੈਕਨੀਕ ਇਨਸਟਰੂਮੈਂਟ ਡੀ ਆਨਸਰ ਹੈਗਾ ਆਪਣੇ ਕੋਲ கரੈਕਟ ਆਪਣੇ ਕੋਲ கரੈਕਟ ਆਨਸਰ ਹੈਗਾ ਡੀ ਮਟੀਰੀਅਲ ਹੈਗਾ ਜੀ ਇਹ ਜਿਹੜੀ ਹੈਗੀ ਆ ਆਪਣੇ ਕੋਲ ਨਿਊਜ਼ਪੇਪਰ ਜਿਹੜਾ ਹੈਗਾ ਇਹ ਹੁਣ ਆਪਣੇ ਕੋਲ ਇੱਕ ਟੀਚਿੰਗ ਐਡ ਟੀਚਿੰਗ ਐਡ ਜਿਹੜੀ ਹੈਗੀ ਹੈ ਬਣ ਕੇ ਆਇਆ ਹੈ ਟੀਚਿੰਗ ਐਡ ਬਣ ਕੇ ਆਇਆ ਹੈ ਤੇ ਜਿਹੜਾ ਟੀਚਿੰਗ ਐਡ ਹੁੰਦਾ ਉਹ ਇੱਕ ਮਟੀਰੀਅਲ ਹੁੰਦਾ ਟੈਕਨੀਕਸ ਆਫ ਲੈਂਗੁਏਜ ਲਰਨਿੰਗ ਟੈਕਨੀਕਸ ਜਿਹੜੀਆਂ ਹੈਗੀਆਂ ਨੇ ਲੈਂਗੁਏਜ ਲਰਨਿੰਗ ਦੀਆਂ ਜਿਹੜੀਆਂ ਹੈਗੀਆਂ ਨੇ ਆਪਣੇ ਕੋਲ ਜਿਹੜੀਆਂ ਜਿਵੇਂ ਕਿ ਆਪਾਂ ਇਮਿਟੇਸ਼ਨ ਤੋਂ ਸਿੱਖਦੇ ਹਾਂ ਜਾਂ ਆਪਣੇ ਆਪ ਸਿੱਖਦੇ ਹਾਂ ਉਹ ਜਿਹੜੀਆਂ ਟੈਕਨੀਕਸ ਇਨਸਟਰੂਮੈਂਟਸ ਆਫ ਲੈਂਗੁਏਜ ਲਰਨਿੰਗ ਇਨਸਟਰੂਮੈਂਟਸ ਯਾਨੀ ਕਿ ਆਪਣੇ ਕੋਲ ਸਾਧਨ ਕਿਹੜੇ ਹੈਗੇ ਨੇ ਜਿਹੜੇ ਮੈਥਡਸ ਹੈਗੇ ਨੇ ਜਿਹੜੇ ਮੈਥਡਸ ਹੈਗੇ ਨੇ ਜਿਹੜੀਆਂ ਅਪਰੋਚਸ ਹੈਗੀਆਂ ਨੇ ਉਹ ਆਪਣੇ ਇਨਸਟਰੂਮੈਂਟਸ ਫਾਸਟ ਨਹੀਂ ਇਹੀ ਆ ਗਈ ਆਪਣੀ ਸਪੀਡ ਫਾਸਟ ਇਸ ਤੋਂ ਫਾਸਟ ਹੋ ਨਹੀਂ ਸਕਦੀ اس پیکنگ ایکٹیویٹی کین بی میڈ مور परपसफुल بائے تو فاسٹ اس واسطے بھی نہیں کیونکہ جڑی ہے گی اپنی ایک اپنی پیڈاگوجی ایک اپنی پیڈاگوجی کسی بھی سبجیکٹ دی تے ایک اپنی جڑی ہے گی سائیکالوجی ایک اپنی سائیکالوجی جڑے ہے گے نے یہ دو سبجیکٹس جڑے ہے گے نے یہ دو سبجیکٹس جڑے ہے گے نے یہ انڈرسٹینڈنگ واسطے ہوندے نے ਤੇ ਦੂਜੇ ਜਿਹੜੇ ਹੈਗੇ ਨੇ ਦੂਜੇ ਤਾਂ ਆਪਾਂ ਦੂਜੇ ਤਾਂ ਆਪਾਂ ਸਿੰਪਲੀ ਯਾਦ ਕਰਨੇ ਹੁੰਦੇ ਨੇ ਥਿਉਰੈਟਿਕਲ ਹੁੰਦੇ ਨੇ ਇਹ ਜਿਹੜੇ ਹੈਗੇ ਨੇ ਇਹ ਪ੍ਰੈਕਟੀਕਲ ਸਬਜੈਕਟਸ ਹੈਗੇ ਨੇ ਤੇ ਇਹਨਾਂ ਨੂੰ ਸਾਈਕੋਲੋਜੀ ਤੇ ਪੈਡਾਗੋਜੀ ਨੂੰ ਸਮਝਣ ਵਾਸਤੇ ਟਾਈਮ ਲੱਗਦਾ ਤੇ ਅੰਡਰਸਟੈਂਡਿੰਗ ਤੋਂ ਹੀ ਇਹਨਾਂ ਦੇ ਕੁਐਸਚਨਸ ਆਪਾਂ ਸਹੀ ਕਰ ਸਕਦੇ ਆ ਸਾਈਕੋਲੋਜੀ ਤੇ ਜਿਹੜੀ ਪੈਡਾਗੋਜੀ ਦੇ ਕੁਐਸਚਨਸ ਹੈਗੇ ਨੇ ਉਹ ਆਪਾਂ ਜੇ ਵਧੀਆ ਤਰੀਕੇ ਨਾਲ ਸਮਝਾਂਗੇ ਨਹੀਂ ਤਾਂ ਫਿਰ ਕੁਐਸਚਨਸ ਦੇ ਅਨਸਰਸ ਗਲਤ ਹੋਣ ਦੀਆਂ ਸੰਭਾਵਨਾਵਾਂ ਬਹੁਤ ਵੱਧ ਜਾਂਦੀਆਂ ਨੇ ਇਸ ਲਈ ਜਿਹੜਾ ਹੈਗਾ ਸਾਈਕੋਲੋਜੀ ਤੇ ਪੈਡਾਗੋਜੀ ਦੀਆਂ ਕਲਾਸਿਸ ਜੋ ਵੀ ਪੈਡਾਗੋਜੀ ਜਿਸੇ ਵੀ ਕਿਸੇ ਵੀ ਕਲਾਸ ਦੀ ਵਿੱਚ ਕਿਸੇ ਵੀ ਸਬਜੈਕਟ ਦੀ ਪੈਡਾਗੋਜੀ ਲਾਓ ਜਾਂ ਕਿਸੇ ਵੀ ਸਰ ਦੀ ਸਾਈਕੋਲੋਜੀ ਲਾਓ ਤਾਂ ਉਸ ਨੂੰ ਆਰਾਮ ਨਾਲ ਅੰਡਰਸਟੈਂਡ ਕਰਿਆ ਕਰੋ ਕਾਲ ਨਾ ਕਰਿਆ ਕਰੋ ਸਪੀਕਿੰਗ ਐਕਟੀਵਿਟੀ ਕੈਨ ਬੀ ਮੇਡ ਮੋਰ ਪਰਪਸਫੁਲ ਕਹਿੰਦਾ ਵੀ ਸਪੀਕਿੰਗ ਐਕਟੀਵਿਟੀ ਹੈਗੀ ਹੈ ਜਿਹੜੀ ਉਸ ਨੂੰ ਆਪਾਂ ਮੋਰ ਪਰਪਸਫੁਲ ਮੋਰ ਪਰਪਸ ਫੁੱਲ ਯਾਨੀ ਕਿ ਫਲਦਾਇਕ ਉਹਨੂੰ ਆਪਾਂ ਕਿਵੇਂ ਬਣਾ ਸਕਦੇ ਆ ਇਨਸਿਸਟਿੰਗ ਔਨ ਕਰੈਕਟ ਸਟਰਕਚਰ ਐਂਡ ਪ੍ਰੋਨੰਸੀਏਸ਼ਨ ਇੰਟਰਪਟਿੰਗ ਦਾ ਐਕਟੀਵਿਟੀ ਵਿਦ ਸਮ ਰਾਈਟਿੰਗ ਰੀਡਿੰਗ ਮੋਟੀਵੇਟਿੰਗ ਸਟੂਡੈਂਟਸ ਟੂ ਕੰਪਲੀਟ ਅ ਟਾਸਕ ਐਟ ਦਾ ਐਂਡ ਪ੍ਰੋਵਾਈਡਿੰਗ ਅ ਸਪੈਸੀਫਿਕ ਲਿਸਟ ਆਫ ਵੋਕੈਬਲਰੀ ਟੂ ਯੂਜ਼ ਹਾਂਜੀ ਆਨਸਰ ਹਾਂਜੀ ਆਨਸਰ ਸਰ ਜੀ ਆਨਸਰ ਏ ਏ ਆ ਰਿਹਾ ਹੈ ਏ ਆ ਰਿਹਾ ਹੈ ਨੀਡ ਏ ਆ ਰਹੀ ਹੈ ਜੋ ਤੋ ਜੋ ਜਾ ਕੇ ਸਰ ਨੂੰ ਕਹਿੰਦਾ ਕੀ ਮਤਲਬ ਹੈ ਵਿਚਾਲੇ ਹੀ ਲੜਾਈ ਨਾ ਕਰਿਆ ਕਰੋ ਵੀ ਕਮੈਂਟਸ ਦੇ ਤੇ ਇੱਕ ਵਾਰੀ ਆਪਣੀ ਜਿਹੜੀ ਕਲਾਸ ਸ਼ੇਅਰ ਇੱਕ ਵਾਰੀ ਫੇਰ ਕਰ ਦਿਓ 11:00 ਵੱਜ ਗਏ ਅੱਧਾ ਘੰਟਾ ਆਪਣੀ ਕਲਾਸ ਨੂੰ ਹੋ ਗਿਆ ਸਪੀਕਿੰਗ ਐਕਟੀਵਿਟੀ ਜਿਹੜੀ ਹੈਗੀ ਹੈ ਉਹ ਨੂੰ ਮੋਰ ਪਰਪਸਫੁਲ ਆਪਾਂ ਬਣਾਣਾ ਹੈ ਮੋਰ ਪਰਪਸਫੁਲ ਯਾਨੀ ਕਿ ਉਸ ਤੋਂ ਆਪਾਂ ਬਹੁਤ ਕੁਝ ਸਿੱਖਣਾ ਹੈ ਸਪੀਕਿੰਗ ਐਕਟੀਵਿਟੀ ਤੋਂ ਆਪਾਂ ਬਹੁਤ ਕੁਝ ਸਿਖਾਣਾ ਹੈ ਬੱਚੇ ਨੂੰ ਤਾਂ ਜਿਹੜਾ ਹੈਗਾ ਆਪਾਂ ਕੀ ਕਰਾਂਗੇ ਇਨਸਿਸਟਿੰਗ ਔਨ ਕਰੈਕਟ ਸਟਰਕਚਰ ਐਂਡ ਪਰਨੰਸੀਏਸ਼ਨ ਇੰਟਰਰਪਟਿੰਗ ਦਾ ਐਕਟੀਵਿਟੀ ਮੋਟੀਵੇਟਿੰਗ ਸਟੂਡੈਂਟਸ ਟੂ ਕੰਪਲੀਟ ਅ ਟਾਸਕ ਐਟ ਦਾ ਐਂਡ ਐਂਡ ਪ੍ਰੋਵਾਈਡਿੰਗ ਅ ਸਪੈਸਿਫਿਕ ਲਿਸਟ ਆਫ ਵੋਕੈਬਲਰੀ ਟੂ ਯੂਜ਼ ਹਾਂਜੀ ਆਨਸਰ ਏ ਤੇ ਡੀ ਏ ਤੇ ਡੀ ਏ ਤੇ ਡੀ ਤੇ ਸੀ ਵੀ ਆਨਸਰਸ ਆ ਰਹੇ ਨੇ ਕਈ ਵਾਰ ਫਿਰ ਤੋਂ ਏ ਆਨਸਰ ਆਇਆ ਏ ਆਨਸਰ ਫਿਰ ਤੋਂ ਆਇਆ ਐਦਾ ਆਪਣੇ ਕੋਲ ਕਰੈਕਟ ਆਨਸਰ ਹੈਗਾ ਮੋਟੀਵੇਸ਼ਨ ਕਰੈਕਟ ਆਨਸਰ ਹੈਗਾ ਮੋਟੀਵੇਸ਼ਨ ਮੋਟੀਵੇਸ਼ਨ ਦਾ ਜਿਹੜਾ ਹੈਗਾ ਲਰਨਿੰਗ ਜਿਹੜਾ ਹੈਗਾ ਲਰਨਿੰਗ ਦੇ ਨਾਲ ਮੋਟੀਵੇਸ਼ਨ ਦਾ ਬਹੁਤ ਤਗੜਾ ਇੱਕ ਕਨੈਕਸ਼ਨ ਹੈਗਾ ਜਦੋਂ ਤੱਕ ਬੱਚੇ ਜਿਹੜੇ ਹੈਗੇ ਨੇ ਮੋਟੀਵੇਟਿਡ ਨਹੀਂ ਹੋਣਗੇ ਉਹ ਨਹੀਂ ਸਿੱਖਣਗੇ ਜਿੰਨਾ ਤੱਕ ਜਦੋਂ ਤੱਕ ਬੱਚੇ ਜਿਹੜੇ ਹੈਗੇ ਨੇ ਮੋਟੀਵੇਟਿਡ ਨਹੀਂ ਹੋਣਗੇ ਉਹ ਨਹੀਂ ਸਿੱਖਣਗੇ ਕੋਈ ਵੀ ਲੈਂਗੁਏਜ ਤੇ ਇਹਦਾ ਆਨਸਰ ਮੋਟੀਵੇਟਿੰਗ ਸਟੂਡੈਂਟਸ ਟੂ ਕੰਪਲੀਟ ਅ ਟਾਸਕ ਐਟ ਦਾ ਐਂਡ ਇਹਦਾ ਵੀ ਜਿਹੜੀ ਸਪੀਕਿੰਗ ਐਕਟੀਵਿਟੀ ਜਿਹੜੀ ਹੈਗੀ ਆ ਉਸ ਦੇ ਐਂਡ ਵਿੱਚ ਸਪੀਕਿੰਗ ਐਕਟੀਵਿਟੀ ਜਿਹੜੀ ਹੈਗੀ ਆ ਉਸ ਦੇ ਐਂਡ ਵਿੱਚ ਜੇ ਆਪਾਂ ਮੋਟੀਵੇਟ ਕਰੀਏ ਸਟੂਡੈਂਟ ਨੂੰ ਬੇ ਕੋਈ ਕੋਈ ਨਾ ਕੋਈ ਜਿਹੜਾ ਹੈਗਾ ਉਸ ਨੂੰ ਕੋਈ ਟਾਸਕ ਦਿੱਤਾ ਜਾਵੇ ਐਂਡ ਦੇ ਵਿੱਚ ਸਪੀਕਿੰਗ ਐਕਟੀਵਿਟੀ ਖਤਮ ਹੋਣ ਤੋਂ ਬਾਅਦ ਜਿਹੜਾ ਬੱਚੇ ਨੂੰ ਕੋਈ ਨਾ ਕੋਈ ਟਾਸਕ ਦਿੱਤਾ ਜਾਵੇ ਕੋਈ ਟਾਸਕ ਦਿੱਤਾ ਜਾਵੇ ਕੋਈ ਯਾਨੀ ਕਿ ਉਸ ਨੂੰ ਕੁਝ ਐਕਸਰਸਾਈਜ਼ ਦਿੱਤੀ ਜਾਵੇ ਜਿਹੜੀ ਕਿ ਔਰ ਸਟੂਡੈਂਟ ਪੂਰੀ ਕਰੇ ਤੇ ਉਸ ਟਾਸਕ ਨੂੰ ਪੂਰਾ ਕਰਨ ਵਾਸਤੇ ਉਸ ਐਕਸਰਸਾਈਜ਼ ਉਹ ਜਿਹੜੀ ਐਕਸਰਸਾਈਜ਼ ਐਕਸਰਸਾਈਜ਼ ਜਿਹੜੀ ਆਪਾਂ ਦਵਾਂਗੇ ਐਕਸਰਸਾਈਜ਼ ਐਕਸਰਸਾਈਜ਼ ਜਿਹੜੀ ਆਪਾਂ ਦੇਣੀ ਹੈ ਉਸ ਨੂੰ ਪੂਰਾ ਕਰਨ ਵਾਸਤੇ ਉਸ ਨੂੰ ਪੂਰਾ ਕਰਨ ਵਾਸਤੇ ਆਪਾਂ ਸਟੂਡੈਂਟ ਨੂੰ ਮੋਟੀਵੇਟ ਵੀ ਕਰਨਾ ਹੈ ਨੈਕਸਟ ਆਪਣੇ ਕੋਲ ਹੈਗਾ ਐ ਪੈਸੇਜ ਐਕਸਪਲੇਨਿੰਗ ਅ ਪਲੇਸ ਇਨ ਸੱਚ ਅ ਵੇਅ ਥੈਟ ਅ ਪਿਕਚਰ ਇਜ਼ formed in the reader's mind is a called passage passage means ki ek para huga ji ek para huga ek para huga jeda ki explain karda ek jagah nu jeda ki ek place nu explain karda kar hai is tarah explain karda hai ki us jagah di jehdi hagi hai picture apne mind de vich aa jandi hai is tarike nal oh jeda huga picture ਐਕਸਪਲੇਨ ਕਰਦਾ ਕਿਸੇ ਜਗ੍ਹਾ ਨੂੰ ਇੱਕ ਪੈਰਾ ਤੇ ਉਸ ਦੀ ਜਿਹੜੀ ਪਿਕਚਰ ਹੈਗੀ ਆ ਉਹ ਆਪਣੇ ਮਾਈਂਡ ਦੇ ਵਿੱਚ ਆ ਜਾਂਦੀ ਹੈ ਤਾਂ ਉਹ ਜਿਹੜਾ ਪੈਰਾਗ੍ਰਾਫ ਹੈਗਾ ਉਹ ਕਿਹੜੀ ਟੈਕਨੀਕ ਨਾਲ ਲਿਖਿਆ ਹੋਇਆ ਹੈ ਕਿਹੜੀ ਟੈਕਨੀਕ ਨਾਲ ਨੈਰੇਟਿਵ ਟੈਕਨੀਕ ਨਾਲ ਐਕਸਪੋਜ਼ਿਟਰੀ ਟੈਕਨੀਕ ਨਾਲ ਆਰਗੂਮੈਂਟੇਟਿਵ ਟੈਕਨੀਕ ਨਾਲ ਔਰ ਡਿਸਕ੍ਰਿਪਟਿਵ ਟੈਕਨੀਕ ਨਾਲ ਹਾਂਜੀ ਐਂਸਰਸ ਐਂਸਰਸ ਡੀ ਆਰ ਐ ਡੀ ਆਰ ਐ DNA ਇਸ ਤਰੀਕੇ ਦਾ ਇੱਕ ਕੁਐਸਚਨ ਹਰ ਵਾਰੀ ਆਂਦਾ ਇੱਕ ਤਰੀਕੇ ਇਸ ਤਰੀਕੇ ਦਾ ਇੱਕ ਕੁਐਸਚਨ ਹਰ ਵਾਰੀ ਆਂਦਾ ਤੇ ਇਹ ਜਿਹੜੇ ਹੈਗੇ ਨੇ ਆਪਣੇ ਕੋਲ ਤਿੰਨ ਚਾਰ ਜਿਹੜੇ ਆਪਸ਼ਨਸ ਬਣਾਏ ਹੋਏ ਨੇ ਇਹਨਾਂ ਵਿੱਚੋਂ ਹੀ ਇੱਕ ਆਪਸ਼ਨ ਦੇ ਰਿਗਾਰਡਿੰਗ ਜਿਹੜਾ ਹੈਗਾ ਇੱਕ ਕੁਐਸਚਨ ਆਂਦਾ ਨਰੇਟਿਵ ਐਕਸਪੋਜੀਟਰੀ ਡਿਸਕ੍ਰਿਪਟਿਵ ਹਾਂਜੀ ਇਹ ਤੇ ਡੀ ਤੇ ਬੀ ਇਹ ਤੇ ਡੀ ਤੇ ਬੀ ਜਿਹੜੇ ਹੈਗੇ ਨੇ ਮਿਕਸਡ ਕੁਐਸਚਨਸ ਮਿਕਸਡ ਆਨਸਰਸ RNA ਆਪਣੇ ਕੋਲ ਪੈਸੇਜ ਐਕਸਪਲੇning a place in such a way that a picture is formed in the reader's mind is called ਜਿਹੜਾ ਰੀਡਰ ਹੈਗਾ ਉਹਦੇ ਮਾਈਂਡ ਦੇ ਵਿੱਚ ਉਸ ਜਗ੍ਹਾ ਦੀ ਤਸਵੀਰ ਬਣ ਗਈ ਜਿਹੜਾ ਕਿ ਪੈਸੇਜ ਦੇ ਵਿੱਚ ਲਿਖਿਆ ਹੋਇਆ ਜਿਹੜੀ ਜਗ੍ਹਾ ਪੈਸੇਜ ਦੇ ਵਿੱਚ ਕਿਸੇ ਪੈਰੇ ਦੇ ਵਿੱਚ ਲਿਖੀ ਗਈ ਹੈ ਤਾਂ ਇਹ ਜਿਹੜੀ ਆਪਣੀ ਟੈਕਨੀਕ ਹੈਗੀ ਲਿਖਣ ਦੀ ਇਹ ਜਿਹੜੀ ਹੈਗੀ ਇੱਕ ਲਿਖਣ ਦੀ ਟੈਕਨੀਕ ਹੈਗੀ ਡਿਸਕ੍ਰਿਪਟਿਵ ਰਾਈਟਿੰਗ ਹੁੰਦੀ ਹੈ ਇਹ ਰਾਈਟਿੰਗ ਦੀ ਟੈਕਨੀਕ ਹੈਗੀ ਹੈ ਡਿਸਕ੍ਰਿਪਟਿਵ ਹੁੰਦਾ ਕਿ ਡਿਸਕ੍ਰਾਈਬ ਕਰਨਾ ਡਿਸਕ੍ਰਿਪਟਿਵ ਬਣਿਆ ਆਪਣੇ ਕੋਲ ਡਿਸਕ੍ਰਾਈਬ ਡਿਸਕ੍ਰਾਈਬ ਕਰਨ ਤੋਂ ਡਿਸਕ੍ਰਿਪਟਿਵ ਜਿਹੜਾ ਹੈਗਾ ਆਪਣੇ ਕੋਲ ਵਾਇਡ ਬਣਿਆ ਡਿਸਕ੍ਰਾਈਬ ਡਿਸਕ੍ਰਾਈਬ ਯਾਨੀ ਕਿ ਜਿਹੜਾ ਜਿਹੜਾ ਕੁਝ ਵੀ ਜਿਹੜਾ ਰਾਈਟਰ ਹੈਗਾ ਉਹ ਲਿਖੇਗਾ ਉਹ ਡਿਸਕ੍ਰਿਪਟਿਵ ਅਪਰੋਚ ਜਦੋਂ ਡਿਸਕ੍ਰਿਪਟਿਵ ਰਾਈਟਿੰਗ ਲਿਖੇਗਾ ਤਾਂ ਉਹ ਸਭ ਕੁਝ ਜਿਹੜਾ ਹੈਗਾ ਛੋਟੀ ਤੋਂ ਛੋਟੀ ਡਿਟੇਲ ਵੀ ਡਿਸਕ੍ਰਾਈਬ ਕਰਕੇ ਦੱਸੇਗਾ ਨਰੇਟਿਵ ਜਿਹੜਾ ਹੈਗਾ ਨਰੇਟਿਵ ਜਿਹੜਾ ਹੈਗਾ ਨਰੇਟਿਵ ਨਰੇਟਿਵ ਜਦੋਂ ਆਪਾਂ ਲਿਖਦੇ ਆ ਤਾਂ ਨਰੇਟਿਵ ਜਿਹੜਾ ਹੈਗਾ ਇਹ ਨਰੇਟਿਵ ਦੇ ਵਿੱਚ ਆਪਣੇ ਫਸਟ ਸੈਕਿੰਡ ਤੇ ਥਰਡ ਪਰਸਨਸ ਪਰਸਨਲ ਪ੍ਰੋਨਾਉਂਸ ਪਰਸਨਲ ਪ੍ਰੋਨਾਉਂਸ ਯੋਜ ਹੁੰਦੇ ਨੇ ਇਹਦੇ ਵਿੱਚ ਜਿਹੜੇ ਹੈਗੇ ਨੇ ਪਰਸਨਲ ਪ੍ਰੋਨਾਉਂਸ ਯੋਜ ਹੁੰਦੇ ਨੇ ਤੇ ਨਰੇਟਿਵ ਜਿਹੜਾ ਹੈਗਾ ਵਿਆਖਿਆਤਮਕ ਹੁੰਦਾ ਇੱਕ ਵਿਆਖਿਆਤਮਕ ਹੰਦਲ ਐਕਸਪੋਜੀਟਰੀ ਜਿਹੜਾ ਹੈਗਾ ਇਹ ਇਹ ਜਿਹੜਾ ਹੈਗਾ ਐਕਸਪੋਜੀਟਰੀ ਜਿਹੜਾ ਹੋ ਗਿਆ ਆਪਣੇ ਕੋਲ ਨਰੇਟਿਵ ਨਰੇਟਿਵ ਦੀ ਗੱਲ ਕਰੀਏ ਤਾਂ ਨਰੇਟਿਵ ਦੇ ਵਿੱਚ ਜਿਵੇਂ ਆਪਣੇ ਕੋਲ ਸਟੋਰੀਜ਼ ਵਗੈਰਾ ਹੁੰਦੀਆਂ ਨੇ ਜਿਨ੍ਹਾਂ ਵਿੱਚ ਕਨਵਰਸੇਸ਼ਨਜ਼ ਹੁੰਦੀਆਂ ਨੇ ਉਹ ਪ੍ਰੋਨਾਉਨਸ ਯੋਜ ਹੁੰਦੇ ਨੇ ਤੇ ਐਕਸਪੋਜੀਟਰੀ ਜਿਹੜੀ ਹੈਗੀ ਆ ਆ ਆ ਹੁੰਦੀ ਹੈ ਇਨਫਾਰਮੇਟਿਵ ਇਨਫਾਰਮੇਟਿਵ ਹੁੰਦੀ ਹੈ ਇਹ ਜਿਹੜੀ ਹੈਗੀ ਆਪਣੇ ਕੋਲ ਇਨਫਾਰਮੇਟਿਵ ਰਾਈਟਿੰਗ ਹੁੰਦੀ ਹੈ ਇਹ ਜਿਹੜੀ ਆਪਣੇ ਕੋਲ ਹੁੰਦੀ ਆ ਇਨਫਰਮੇਟਿਵ ਰਾਈਟਿੰਗ ਇਨਫਰਮੇਟਿਵ ਰਾਈਟਿੰਗ ਜਿਵੇਂ ਕਿ ਆਪਾਂ ਗੱਲ ਕਰੀਏ ਆਰਟੀਕਲਸ ਆਰਟੀਕਲਸ ਜਿਹੜੇ ਨਿਊਜ਼ਪੇਪਰ ਦੇ ਵਿੱਚ ਹੁੰਦੇ ਨੇ ਮੈਗਜ਼ੀਨਸ ਦੇ ਵਿੱਚ ਜਿਹੜੇ ਆਰਟੀਕਲਸ ਹੁੰਦੇ ਨੇ ਮੈਗਜ਼ੀਨਸ ਮੈਗਜ਼ੀਨਸ ਦੇ ਵਿੱਚ ਜਿਹੜੇ ਆਰਟੀਕਲਸ ਹੁੰਦੇ ਨੇ ਆਰਗੂਮੈਂਟੇਟਿਵ ਆਰਗੂਮੈਂਟੇਟਿਵ ਵੀ ਉਹੀ ਜਿਹੜੇ ਹੈਗੇ ਨੇ ਆਰਗੂਮੈਂਟੇਟਿਵ ਦੇ ਵਿੱਚ ਹਾਂਜੀ ਇੰਗਲਿਸ਼ ਪੰਜਾਬੀ ਸੀਡੀਪੀ ਸੇਮ ਹੋਗੀ ਹਾਂਜੀ ਇੰਗਲਿਸ਼ ਪੰਜਾਬੀ ਸੀਡੀਪੀ ਬਿਲਕੁਲ ਸੇਮ ਹੁੰਦੀ ਹੈ ਬਿਲਕੁਲ ਸੇਮ ਹੁੰਦੀ ਹੈ ਉਹੀ ਜਿਹੜੇ ਅੱਠ ਟਾਪਿਕ ਜਿਹਦੇ ਵਿੱਚ ਜਿਹੜੀ ਹੈਗੀ ਹੈ ਡਿਵੈਲਪਮੈਂਟ ਡਿਵੈਲਪਮੈਂਟ ਆਫ ਆਈਡੀਆ ਥਰੂ ਆਰਗੂਮੈਂਟਸ ਥਰੂ ਆਰਗੂਮੈਂਟਸ ਆਰਗੂਮੈਂਟਸ ਦੁਆਰਾ ਕੋਈ ਆਈਡੀਆ ਹੁੰਦਾ ਜਿਹੜਾ ਵੀ ਜਿਹੜਾ ਕੁਝ ਵੀ ਰਾਈਟਰ ਲਿਖਦਾ ਉਹਦੇ ਵਿੱਚ ਕੁਝ ਨਾ ਕੁਝ ਮੇਨ ਆਈਡੀਆ ਹੁੰਦਾ ਏ ਜਿਸ ਆਈਡੀਆ ਨੂੰ ਰਾਈਟਰ ਨੇ ਜਿਹੜਾ ਹੈਗਾ ਪ੍ਰੋਡਿਊਸ ਕਰਨਾ ਹੁੰਦਾ ਤੇ ਨਰੇਟਿਵ ਦੇ ਵਿੱਚ ਜਿਹੜਾ ਹੈਗਾ ਪਰਸਨਲ ਪ੍ਰੋਨਾਉਨਸ ਯੂਜ਼ ਕਰਕੇ ਉਹ ਨਰੇਟਿਵ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਵਿਆਖਿਆ ਕਰਕੇ ਉਹ ਜਿਵੇਂ ਆਪਾਂ ਕਹਿੰਦੇ ਵਿਆਖਿਆ ਕਰਦਾ ਉਹ ਜਿਹੜਾ ਹੈਗਾ ਵਿਆਖਿਆ ਕਰਕੇ ਵਿਆਖਿਆ ਕਰਕੇ ਆਪਣਾ ਆਈਡੀਆ ਦੱਸਦਾ ਐਕਸਪੋਜੀਟਰੀ ਦੇ ਵਿੱਚ ਇਨਫੋਰਮੇਟਿਵ ਰਾਈਟਿੰਗ ਹੁੰਦੀ ਹੈ ਜਿਵੇਂ ਕਿ ਆਰਟੀਕਲਸ ਹੋਗੇ ਆਰਗੂਮੈਂਟੇਟਿਵ ਦੇ ਵਿੱਚ ਉਹ ਜਿਹੜਾ ਆਈਡੀਆ ਹੈਗਾ ਉਸ ਨੂੰ ਉਹ ਦੋ ਜਾਂ ਵੱਧ ਜਿਹੜੇ ਕੈਰੈਕਟਰਸ ਲੈ ਕੇ ਦੋ ਜਾਂ ਵੱਧ ਜਿਹੜੇ ਕੈਰੈਕਟਰਸ ਲੈ ਕੇ ਉਹਨਾਂ ਦੇ ਵਿੱਚ ਅਪਸ ਦੇ ਵਿੱਚ ਆਰਗੂਮੈਂਟਸ ਕਰਵਾਉਂਦਾ ਹੈ ਤੇ ਜਿਹੜਾ ਉਹਦਾ ਮੇਨ ਆਈਡੀਆ ਮੇਨ ਥੀਮ ਹੁੰਦੀ ਹੈ ਉਸ ਨੂੰ ਅੱਗੇ ਲੈ ਕੇ ਜਾਂਦਾ ਡਿਸਕ੍ਰਿਪਟਿਵ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਡਿਸਕ੍ਰਿਪਟਿਵ ਜਿਹੜੀ ਹੈਗੀ ਆ ਅਸਲ ਦੇ ਵਿੱਚ ਇਹ ਇੱਕ ਟੈਕਨੀਕ ਹੈਗੀ ਹੈ ਇਹ ਦੂਜੇ ਜਿਹੜੇ ਆਪਣੇ ਕੋਲ ਸਟੋਰੀਜ਼ ਆਪਣੇ ਕੋਲ ਨੋਵਲਸ ਵਗੈਰਾ ਲਿਖੇ ਜਾਂਦੇ ਨੇ ਉਹਦੇ ਵਿੱਚ ਇਹ ਡਿਸਕ੍ਰਿਪਟਿਵ ਟੈਕਨੀਕ ਯੂਜ਼ ਕੀਤੀ ਜਾਂਦੀ ਹੈ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਐਕਟਿਵ ਵੋਕੈਬਲਰੀ ਕੰਸਿਸਟ ਆਫ ਵਰਡਸ ਵਿੱਚ ਐਕਟਿਵ ਵੋਕੈਬਲਰੀ ਵਿੱਚ ਕਿਹੜੇ ਵਰਡਸ ਹੁੰਦੇ ਨੇ ਕੰਸਿਸਟ ਆਫ ਵਰਡਸ ਕਿਹੜੇ ਵਰਡ ਹੁੰਦੇ ਨੇ ਵੀ ਵੀ ਯੂਜ਼ ਓਕੇਜਨਲੀ ਵੀ ਯੂਜ਼ frequently in our daily life a difficult we recognize and understand kehde words hunde ne ji b very good morning ji very good morning b b answer b answer b answer b answer b answer b answer bahut vadiya class chal rahi hai ji apni b hi aida correct answer bhi huga b hi active vocabulary jadi hagi a oh vocabulary hundi hai jadi aap daily use de vich ਅ ਡੇਲੀ ਯੂਜ਼ ਜੋ ਕਰਦੇ ਆ ਜਿਹੜੇ ਵਰਡਸ ਆਪਾਂ ਜਿਹੜੇ ਵਰਡਸ ਆਪਾਂ ਡੇਲੀ ਯੂਜ਼ ਕਰਦੇ ਆ ਉਹ ਆਪਣੀ ਐਕਟਿਵ ਵੋਕੈਬਲਰੀ ਹੈਗੀ ਆ ਜੋ ਜੋ ਅਸੀਂ ਓਕੇਜਨਲੀ ਯੂਜ਼ ਕਰਦੇ ਆ ਓਕੇਜਨਲੀ ਮੀਨਸ ਕਿ ਕਦੇ ਕਦੇ ਓਕੇਜਨਲੀ ਮੀਨਸ ਕਿ ਕਦੇ ਕਦੇ ਓਕੇਜਨਲੀ ਮੀਨਸ ਕਦੇ 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 ਯੂਜ਼ ਕਰਦੇ ਆ ਉਹ ਆਪਣੀ ਪੈਸਿਵ ਵੋਕੈਬਲਰੀ ਹੁੰਦੀ ਆ ਉਹ ਆਪਣੀ ਪੈਸਿਵ ਵੋਕੈਬਲਰੀ ਹੁੰਦੀ ਹੈ ਡਿਫਿਕਲਟ ਐਕਟਿਵ ਵੋਕੈਬਲਰੀ ਜਿਹੜੀ ਹੈਗੀ ਉਹ ਡਿਫਿਕਲਟ ਬਿਲਕੁਲ ਨਹੀਂ ਹੁੰਦੀ ਉਹ ਬਹੁਤ ਈਜੀ ਹੁੰਦੀ ਹੈ ਕਿਉਂਕਿ ਉਹ ਆਪਣੀ ਰੋਟੀ ਰਟਾਈ ਹੁੰਦੀ ਆ ਆਪਾਂ ਡੇਲੀ ਯੂਜ਼ ਕਰਦੇ ਆ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਐਕਸਟੈਂਸਿਵ ਰੀਡਿੰਗ ਇਜ਼ ਹੁਣ ਕਹਿੰਦਾ ਵੀ ਐਕਸਟੈਂਸਿਵ ਰੀਡਿੰਗ ਜਿਹੜੀ ਹੈਗੀ ਉਹ ਕੀ ਚੀਜ਼ ਹੈਗੀ ਹੈ ਰੀਡਿੰਗ ਦਾ ਟੈਕਸਟ ਫਾਰ ਪਲੇਜ਼ਰ ਰੀਡਿੰਗ ਫਾਰ ਇਨਫਰਮੇਸ਼ਨ ਰੀਡਿੰਗ ਟੂ ਨੋ ਦਾ ਮੀਨਿੰਗ ਆਫ ਏਵਰੀ ਵਰਡ ਰੀਡਿੰਗ ਟੂ ਐਕਸਟ੍ਰਾਪੋਲੇਟ ਐਂਡ ਕ੍ਰਿਟਿਕ ਹਾਂਜੀ ਐਕਸਟੈਂਸਿਵ ਰੀਡਿੰਗ ਏ ਤੇ ਬੀ ਸਰ ਪੈਰਾਗ੍ਰਾਫ ਬਾਰੇ ਵੀ ਦੱਸ ਦਿਓ ਉਹ ਵੀ ਅੱਗੇ ਹੈਗੇ ਨੇ ਜੀ ਕੁਐਸਚਨਸ ਪੈਰਾਗ੍ਰਾਫ ਵਾਲੇ ਵੀ ਟੈਕਸਟ ਫਾਰ ਪਲੇਜ਼ਰ ਏ ਏ ਐਂਸਰ ਏ ਐਂਸਰ ਏ ਐਂਸਰ ਏ ਐਂਸਰ ਰੀਡ ਐਕਸਟੈਂਸਿਵ ਜਿਹੜੀ ਹੈਗੀ ਹੈ ਪਲੇਜ਼ਰ ਵਾਸਤੇ ਰੀਡਿੰਗ ਬਿਲਕੁਲ ਬਿਲਕੁਲ ਜੀ ਐਕਸਟੈਂਸਿਵ ਜਿਹੜੀ ਹੈਗੀ ਹੈ ਆਪਣੇ ਰੀਡਿੰਗ ਹੈਗੀ ਹੈ ਐਕਸਟੈਂਸਿਵ ਰੀਡਿੰਗ ਪਲੇਜ਼ਰ ਵਾਸਤੇ ਰੀਡਿੰਗ ਹੈਗੀ ਹੈ ਰੀਡਿੰਗ ਅ ਟੈਕਸਟ ਦਾ ਫਾਰ ਦਾ ਪਲੇਜ਼ਰ ਜਿਵੇਂ ਕਿ ਆਪਾਂ ਕੋਈ ਨੋਵਲ ਕੋਈ ਨੋਵਲ ਸਟੋਰੀ ਕੋਈ ਨੋਵਲ ਸਟੋਰੀ ਵਗੈਰਾ ਪੜਦੇ ਆ ਜਿਹਦਾ ਜਿਹਦੇ ਵਿੱਚੋਂ ਕਿ ਆਪਾਂ ਨੇ ਕੋਈ ਐਗਜ਼ਾਮ ਨਹੀਂ ਦੇਣਾ ਉਹ ਆਪਣੀ ਪਲੇਜ਼ਰ ਰੀਡਿੰਗ ਹੈਗੀ ਹੈ ਜਿਹੜੀ ਐਕਸਟੈਂਸਿਵ ਰੀਡਿੰਗ ਹੈਗੀ ਹੈ ਰੀਡਿੰਗ ਫਾਰ ਇਨਫੋਰਮੇਸ਼ਨ ਫਿਰ ਕਿਹੜੀ ਹੋਈ ਜੀ ਆਪਣੇ ਕੋਲ ਰੀਡਿੰਗ ਫਾਰ ਇਨਫੋਰਮੇਸ਼ਨ ਦੱਸ ਦੋ ਵੀ ਰੀਡਿੰਗ ਫਾਰ ਇਨਫੋਰਮੇਸ਼ਨ ਰੀਡਿੰਗ ਟੂ ਨੋ ਦਾ ਮੀਨਿੰਗ ਆਫ ਏਵਰੀ ਵਰਡ ਰੀਡਿੰਗ ٹو ایکسٹرا پلےٹ اینڈ کریٹک ریڈنگ فار انفارمیشن ریڈنگ فار انفارمیشن دس دو جی کیڑی ہوئی پھر سلیبس ਤੋਂ ਅਲੱਗ ਜੋ ਸਟੱਡੀ ਕਰਾਂਗੇ ਉਹ ਐਕਸਟੈਂਸਿਵ ਰੀਡਿੰਗ ہاں جی ਐਕਸਟੈਂਸਿਵ ਰੀਡਿੰਗ ਉਹ ਜਿਹੜੀ ਆਪਾਂ ਖੁਸ਼ ਹੋ ਕੇ ਜਿਹੜੀ ਰੀਡਿੰਗ ਕਰਦੇ ਆਂ ਜਿਵੇਂ ਕਿ ਆਪਾਂ ਮੈਸੇजेस ਪੜ੍ਹਦੇ ਆਂ WhatsApp ਦੇ ਉੱਤੇ ਚੈਟ ਕਰਦੇ ਆਂ ਜਾਂ ਕਿਸੇ ਵੀ ਹੋਰ سوشل میڈیا ਦੇ ਉੱਤੇ ਜਿਹੜੀ ਚੈਟ ਕਰਦੇ ਆਂ ਤਾਂ ਜਿਹੜੇ ਆਪਾਂ ਪੜ੍ਹਦੇ ਹੈਗੇ ਆ ਉਹ ਉਹ ਆਪਾਂ ਖੁਸ਼ ਹੋ ਕੇ ਪੜ੍ਹਦੇ ਆ ਤਾਂ ਉਹ ਆਪਣੀ ਐਕਸਟੈਂਸਿਵ ਰੀਡਿੰਗ ਉਹਨੂੰ ਆਪਾਂ ਕਹਿ ਸਕਦੇ ਆ ਬਿਲਕੁਲ ਜੀ ਬਿਲਕੁਲ ਖੁਸ਼ ਹੋ ਕੇ ਜਿਹੜਾ ਆਪਾਂ ਪੜ੍ਹਦੇ ਆ ਸਕੈਨਿੰਗ ਐਂਡ ਸਕਿਮਿੰਗ ਬਾਰੇ ਵੀ ਐਕਸਪਲੇਨ ਉਹ ਵੀ ਅੱਗੇ ਆਣ ਗਿਆ ਜੀ ਉਹ ਵੀ ਆਪਣੇ ਕੁਐਸਚਨਸ ਬਣੇ ਹੋਏ ਨੇ ਰੀਡਿੰਗ ਫਾਰ ਇਨਫੋਰਮੇਸ਼ਨ ਕਿਹੜੀ ਹੈਗੀ ਜੀ ਆਪਣੇ ਕੋਲ ਰੀਡਿੰਗ ਫਾਰ ਇਨਫੋਰਮੇਸ਼ਨ ਇਜ਼ ਇੰਟੈਂਸਿਵ ਬਿਲਕੁਲ ਜੀ ਬਿਲਕੁਲ ਰੀਡਿੰਗ ਫਾਰ ਇਨਫੋਰਮੇਸ਼ਨ ਹੈਗੀ ਹੈ ਇੰਟੈਂਸਿਵ ਇੰਟੈਂਸਿਵ intensive intensive ਜਿਹੜੀ ਹੈਗੀ ਡਿਟੇਲਡ ਡਿਟੇਲਡ ਸਟਡੀ ਡਿਟੇਲਡ ਸਟਡੀ ਤੇ ਰੀਡਿੰਗ ਟੂ ਐਕਸਟਰਾਪੋਲੇਟ ਐਂਡ ਕ੍ਰਿਟਿਕ ਇਹ ਫੇਰ ਕਿਹੜੀ ਹੋਈ ਜੀ ਆਪਣੇ ਕੋਲ ਆਪਣੇ ਕੋਲ ਜਿਹੜੇ ਰੀਡਿੰਗ ਇਹ ਜਿਹੜਾ ਐਕਸਟੈਂਸਿਵ ਜਿਹੜੀ ਹੈਗੀ ਹੈ ਇਹ ਆਪਾਂ ਨੂੰ ਰਿਵਿਊ ਰਿਵਿਊ ਵਾਸਤੇ ਹੁੰਦੀ ਹੈ ਇਹ ਆਪਾਂ ਨੂੰ ਇੱਕ ਮੋਟਾ-ਮੋਟਾ ਇੱਕ ਰਿਵਿਊ ਦੇ ਦਿੰਦੀ ਹੈ ਵੀਡੀਓ ਕੋ ਲਾਈਕ ਵੀ ਕਰ ਦਿਓ ਸਭ ਹਾਂਜੀ ਕਰ ਸਕਦੇ ਹੋ ਜੇ ਪਸੰਦ ਆ ਰਹੀ ਹੈ जिमें आई लाइक टू रीड नोवल एंड स्टोरी हाँ जी बिल्कुल बिलकुल नैक्सट अपने को द स्टडी ऑफ uh, वर्ड्स एंड दर मीनिंग इज नोन एज स्टडी ऑफ स्टड्डी ऑफ वर्ड्स एंड दर मीनिंग एंड दर मीनिंग वर्ड तीनिंग दी है इन्होंने एक सीमेंटिक्स लिंग्वस्टिक्स फनैटिक्स या फिर सिंटैक्स सीमेंटिक्स लिंगुवस्टिक्स फनैटिक्स या फिर सिंटैक्स ਏ ਅਨਸਰ ਆ ਰਿਹਾ ਏ ਅਨਸਰ ਜੋਏ ਐਂਡ ਪਲੇਜ਼ਰ ਕੇ ਲਈ ਹੁੰਦੀ ਹੈ ਬਿਲਕੁਲ ਸਿਮੈਂਟਿਕ ਸਿਮੈਂਟਿਕ ਅਨਸਰ ਆ ਰਿਹਾ ਸਿਮੈਂਟਿਕ ਅਨਸਰ ਆ ਰਿਹਾ ਬਿਲਕੁਲ ਬਿਲਕੁਲ ਇਸ ਦਾ ਕਰੈਕਟ ਅਨਸਰ ਆਪਣੇ ਕੋਲ ਸਿਮੈਂਟਿਕ ਹੈਗਾ ਸਿਮੈਂਟਿਕਸ ਜਿਹੜੀ ਹੈਗੀ ਹੈ ਉਹ मीनिंग्स मीनिंग्स ਦੀ ਸਟਡੀ ਹੈਗੀ ਹੈ ਸਿਮੈਂਟਿਕਸ ਦਾ ਜਦੋਂ ਵੀ ਨਾਮ ਆਏਗਾ ਉਹ ਵਰਡਸ ਦੀ मीनिंग ਹੋ ਚਾਹੇ ਆਪਣੇ ਕੋਲ ਵਰਡਸ ਦੀ मीनिंग ਦੀ ਗੱਲ ਕਰਨ ਭਾਵੇਂ ਆਪਣੇ ਕੋਲ ਵਰਡਸ ਦੀ मीनिंग ਦੀ ਗੱਲ ਕਰਨ ਭਾਵੇਂ ਆਪਣੇ ਕੋਲ सेंटेंसिज संटेंसिजनिंग दल करा भी वह स्टडी जीडी हैगी हैटिक्स होएगी तो लिंगवइसटिक अपने कोल की है लिंगविस्टिक हैगी अपने कोल सटिफिक सैंटिफिक स्टडी सैंटिफिक स्टडी ऑफ स्टडी ऑफ लैंगुएज लिंगुविस्टिक अपने कोल जी है सैंटिफिक स्टडी ऑफ लैंग फनैटिक्स अपने को हैगी है स्टडी ऑफ आर्टिकुलेशन स्टडी ऑफ आर्टिकुलेशन ऑफ साउंड आर्टिकुलेशन ऑफ साउंड आर्टिकुलेशन मीनस के अपा साउंड्स जोड़े है किमें प्रोड्यूस करते हैं आर्टिकुलेट आप जो दो तरीके है ਦੋ ਤਰੀਕੇ ਹੈਗੇ ਨੇ ਆਰਟੀਕੂਲੇਸ਼ਨ ਦੇ ਸਿੰਟੈਕਸ ਜਿਹੜੀ ਹੈਗੀ ਹੈ ਸਿੰਟੈਕਸ ਜਿਹੜੀ ਹੈਗੀ ਹੈ ਆਪਣੇ ਕੋਲ ਹੈਗੀ ਹੈ ਸਟੱਡੀ ਆਫ ਸਟ੍ਰਕਚਰ ਸਟੱਡੀ ਆਫ ਸਟ੍ਰਕਚਰ ਸਟ੍ਰਕਚਰ ਸਟੱਡੀ ਆਫ ਸਟ੍ਰਕਚਰ ਸਟੱਡੀ ਆਫ ਆਪਣੇ ਕੋਲ ਹੈਗੀ ਹੈ ਸਟ੍ਰਕਚਰ ਸਟਰਕਚਰ ਦੀ ਜਦੋਂ ਗੱਲ ਆਏਗੀ ਤਾਂ ਆਪਣਾ ਅਨਸਰ ਹੋਏਗਾ ਸਿੰਟੈਕਸ ਸਾਊਂਡਸ ਦੀ ਆਰਟੀਕੂਲੇਸ਼ਨ ਆਰਟੀਕੂਲੇਸ਼ਨ ਦੀ ਜਦੋਂ ਗੱਲ ਆਏਗੀ ਤਾਂ ਆਪਣੀ ਆਪਣਾ ਅਨਸਰ ਹੋਏਗਾ ਫੋਨੇਟਿਕਸ ਤੇ ਜੇ ਕੱਲਾ ਕੱਲਾ ਸਾਊਂਡਸ ਦੀ ਗੱਲ ਆਏਗੀ ਕੱਲਾ ਕੱਲਾ ਸਾਊਂਡਸ ਆਰਟੀਕੂਲੇਸ਼ਨ ਉੱਥੇ ਵਰਡ ਨਹੀਂ ਹੋਇਆ ਕੱਲਾ ਕੱਲਾ ਸਟਡੀ ਆਫ ਸਾਊਂਡਸ ਹੋਇਆ ਤਾਂ ਆਪਣਾ ਅਨਸਰ ਹੋਏਗਾ ਤਾਂ ਫਿਰ ਆਪਣਾ ਤਾਂ ਫਿਰ ਆਪਣਾ ਅਨਸਰ ਹੋਏਗਾ ਫੋਨੋਲੋਜੀ ਫਿਰ ਆਪਣਾ ਅਨਸਰ ਹੋਏਗਾ ਫੋਨੋਲੋਜੀ ਫਿਰ ਆਪਣਾ ਆਨਸਰ ਜੋ ਹੈ ਆਪਣਾ ਆਨਸਰ ਫੋਨੋਲੋਜੀ ਹੋਏਗਾ ਜੇ ਸਟਡੀ ਆਫ ਆਰਟੀਕੂਲੇਸ਼ਨ ਆਫ ਸਾਊਂਡਸ ਹੋਇਆ ਤਾਂ ਫੋਨੇਟਿਕਸ ਹੋਏਗਾ ਸਰ ਤੇ ਜੇ ਆਪਣਾ ਹੋਇਆ ਆਰਟੀਕੂਲੇਸ਼ਨ ਉਹਦੇ ਵਿੱਚ ਨਹੀਂ ਹੋਇਆ ਉਸ ਸੈਂਟੈਂਸ ਦੇ ਵਿੱਚ ਸਟਡੀ ਆਫ ਸਾਊਂਡਸ ਸਿੱਧਾ ਹੋਇਆ ਤਾਂ ਆਪਣਾ ਆਨਸਰ ਹੋਏਗਾ ਫੋਨੋਲੋਜੀ ਲੈਂਗੁਇਸਟਿਕ ਲੈਂਗੁਏਜ ਦੀ ਸਟਡੀ ਹੈਗੀ ਸਿਮੈਂਟਿਕਸ ਜਿਹੜਾ ਹੈਗਾ मीनिंग ਦੀ ਸਟਡੀ ਹੈਗੀ ਹੈ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਕੰਟ੍ਰਾਸਟਿਵ ਪੇਅਰਿੰਗ ਇਜ਼ ਯੂਜ਼ਡ ਫॉर ਟੀਚਿੰਗ ਲਰਨਿੰਗ ਆਫ ਕੰਟ੍ਰਾਸਟਿਵ ਪੇਅਰਿੰਗ ਕੰਟ੍ਰਾਸਟਿਵ ਪੇਅਰਿੰਗ ਕਿਹੜੀ ਹੁੰਦੀ ਹੈ ਜੀ ਕੰਟ੍ਰਾਸਟਿਵ ਪੇਅਰਿੰਗ ਫਨੇਮ ਜਿਹੜਾ ਹੈਗਾ ਉਹ ਸਾਊਂਡ ਹੁੰਦਾ ਜੀ ਇੱਕ ਦੁਨੀ ਫੋਨੇਟਿਕਸ ਇਜ਼ ਦਾ ਸਟਡੀ ਆਫ ਫੋਨੇਟਿਕ ਇਜ਼ ਦਾ ਸਟਡੀ ਆਫ ਆਰਟੀਕੂਲੇਸ਼ਨ ਕਿੱਥੋਂ ਹੁੰਦੀ ਹੈ ਇਸ ਚੀਜ਼ ਦੀ ਹੈਗੀ ਜੀ ਫੋਨੇਟਿਕਸ ਜਿਹੜੀ ਸਟਡੀ ਹੈ ਸਪੀਕਿੰਗ ਰਾਈਟਿੰਗ ਪਰਨੰਸੀਏਸ਼ਨ ਰੀਡਿੰਗ ਕੰਟ੍ਰਾਸਟਿਵ ਪੇਅਰਿੰਗ ਜਿਹੜੀ ਹੈਗੀ ਆ ਉਹ ਕਿਸ ਚੀਜ਼ ਨੂੰ ਸਿਖਾਉਣ ਵਾਸਤੇ ਹੁੰਦੀ ਹੈ ਸਪੀਕਿੰਗ ਰਾਈਟਿੰਗ ਪਰਨੰਸੀਏਸ਼ਨ ਐਂਡ ਰੀਡਿੰਗ ਏ ਤੇ ਸੀ ਐਨਸਰ ਆਰ ਐਨ ਏ ਤੇ ਸੀ ਸੀ ਫੇਰ ਤੋਂ ਐਨਸਰ ਆਇਆ ਇੱਕ ਵਾਰੀ ਫੇਰ ਆਪਣੀ ਕਲਾਸ ਜਿਹੜੀ ਹੈਗੀ ਐ ਸ਼ੇਅਰ ਕਰ ਦਿਓ ਬਹੁਤ ਬੱਚੇ ਘਟ ਲਾਈਵ ਹੋਏ ਨੇ ਆਪਣੇ ਨਾਲ ਸਪੀਕਿੰਗ ਸੀ ਪਰਨੰਸੀਏਸ਼ਨ ਦੇ ਨਾਲ ਇਹ ਹੈਗੀ ਐ ਜੀ ਜਿਹੜੀ ਕੰਟ੍ਰਾਸਟਿਵ ਪੇਅਰਿੰਗ ਜਿਹੜੀ ਹੈਗੀ ਆ ਉਹ ਪਰਨੰਸੀਏਸ਼ਨ ਦੇ ਨਾਲ ਜਿਹੜੀ ਹੈਗੀ ਐ ਰਿਲੇਟਡ ਹੈਗੀ ਐ ਇਹ ਜਿਹੜੀ ਪ੍ਰੋਸੈਸ ਹੈਗੀ ਐ ਕੰਟ੍ਰਾਸਟਿਵ ਵਰਡਸ ਕੰਟ੍ਰਾਸਟਿਵ ਵਰਡਸ ਆਪਣੇ ਕੋਲ ਕਿਵੇਂ ਕਿਹੋ ਜਿਹੇ ਹੋਣਗੇ ਜਿਵੇਂ ਆਪਾਂ ਇੱਕ ਵਰਡ ਲਿਖਿਆ ਬਿਟ ਤੇ ਇੱਕ ਵਰਡ ਆਪਾਂ ਲਿਖਿਆ ਬੈਟ ਇਹ ਜਿਹੜੇ ਦੋ ਵਰਡਸ ਹੋਏ ਆਪਣੇ ਕੋਲ ਕੰਟ੍ਰਾਸਟਿਵ ਵਰਡਸ ਕੰਟ੍ਰਾਸਟਿਵ ਵਰਡਸ ਹੋਣਗੇ ਜਿਵੇਂ ਆਪਾਂ ਇੱਕ ਵਰਡ ਲਿਖਿਆ ਬਿਟ ਬਿਟ ਤੇ ਆਪਾਂ ਇੱਕ ਵਰਡ ਲਿਖਿਆ ਆਪਣੇ ਵਿਦ ਇੱਕ ਵਰਡ ਆਪਾਂ ਲਿਖਿਆ ਵਿਦ ਤਾਂ ਇਹ ਜਿਹੜੇ ਵਰਡਸ ਹੋਣਗੇ ਇਹ ਕੰਟ੍ਰਾਸਟਿਵ ਵਰਡਸ ਹੋਣਗੇ ਤੇ ਦੋ ਵਰਡਸ ਇੱਕੋ ਵਰਗੇ ਸਾਊਂਡਸ ਵਾਲੇ ਉਹਨਾਂ ਵਿੱਚ ਇੱਕ ਸਾਊਂਡ ਦਾ ਫਰਕ ਹੋਏਗਾ ਉਹਨਾਂ ਵਿੱਚ ਇੱਕ ਸਾਊਂਡ ਦਾ ਫਰਕ ਹੋਏਗਾ ਉਹ ਕੰਟ੍ਰਾਸਟਿਵ ਪੇਅਰਿੰਗ ਹੁੰਦੀ ਹੈ ਜੀ ਬਿਲਕੁਲ ਇਹਨਾਂ ਨੂੰ ਮਿਨੀਮਲ ਪੇਅਰ ਵੀ ਆਪਾਂ ਕਹਿ ਸਕਦੇ ਹਾਂ ਸਪੀਕਿੰਗ ਇਹ ਜਿਹੜੀ ਹੈਗੀ ਹੈ ਪਰਨੰਸੀਏਸ਼ਨ ਜਿਹੜੀ ਹੈਗੀ ਹੈ ਕਰੈਕਟ ਕਰਨ ਵਾਸਤੇ ਇਹ ਯੂਜ਼ ਕਰਦੇ ਆ ਟੀਚਰ ਜਿਹੜੇ ਹੈਗੇ ਨੇ ਤਾਂ ਕਿ ਬੱਚੇ ਜਿਹੜੇ ਹੈਗੇ ਨੇ ਇਹਨਾਂ ਸਾਊਂਡਸ ਦੇ ਪਰਨੰਸੀਏਸ਼ਨ ਦੇ ਵਿੱਚ ਕਨਫਿਊਜ਼ ਨਾ ਹੋਣ ਇਸ ਵਾਸਤੇ ਇਹ ਜਿਹੜੇ ਕੰਟ੍ਰਾਸਟਿਵ ਪੇਅਰਿੰਗ ਹੁੰਦੀ ਹੈ ਨੈਕਸਟ ਆਪਣੇ ਕੋਲ ਸੇਮ ਹੀ ਆ ਗਿਆ ਨੈਕਸਟ ਆਪਣੇ ਕੋਲ ਹੈਗਾ ਪ੍ਰੈਡਿਕਸ਼ਨ ਐਜ ਸਬਸਕਿਲ ਇਜ਼ ਅਸੋਸੀਏਟਡ ਵਿਦ ਪ੍ਰੈਡਿਕਸ਼ਨ ਐਜ ਸਬਸਕਿਲ ਇਜ਼ ਪ੍ਰੈਡਿਕਸ਼ਨ ਐਜ ਸਬਸਕਿਲ ਇਹਨਾਂ ਵਿੱਚੋਂ ਪ੍ਰੈਡਿਕਸ਼ਨ ਇੱਕ ਸਬਸਕਿਲ ਹੈਗੀ ਇਹਨਾਂ ਵਿੱਚੋਂ ਕਿਸੇ ਇੱਕ ਜਿਹੜੀ ਹੈਗੀ ਸਕਿੱਲ ਉਹਦੀ ਡਰਾਫਟਿੰਗ ਸਮਰਾਈਜ਼ਿੰਗ ਨੋਟ ਮੇਕਿੰਗ ਔਰ ਰੀਡਿੰਗ ਵਨ ਸਾਊਂਡ ਡਿਫਰ ਕਰਦਾ ਹਾਂਜੀ ਵਨ ਸਾਊਂਡ ਡਿਫਰ ਕਰਦਾ ਮੀਨਿਮਲ ਪੇਅਰਡ ਹੋਣ ਕੰਟ੍ਰਾਸਟਿਵ ਵਰਡਸ ਹੋਣ ਜਿਹੜੇ ਰੀਡਿੰਗ ਬੀ ਆਨਸਰ ਬੀ ਤੇ ਬੀ ਤੇ ਡੀ ਤੇ ਬੀ ਫਿਰ ਡੀ ਫਿਰ ਬੀ ਫਿਰ ਬੀ ਪ੍ਰੈਡਿਕਸ਼ਨ ਐਜ਼ ਅ ਸਬਸਕਿਲ ਇਜ਼ ਐਸੋਸੀਏਟਡ ਵਿਦ ਡਰਾਫਟਿੰਗ ਸਮਰਾਇਜ਼ਿੰਗ ਨੋਟ ਮੇਕਿੰਗ ਔਰ ਰੀਡਿੰਗ ਹਾਂਜੀ ਇਹ ਜਿਹੜੀਆਂ ਲਿਖੀਆਂ ਹੋਈਆਂ ਨੇ ਚੀਜ਼ਾਂ ਆਪਣੇ ਕੋਲ ਆਨਸਰ ਹੈਗਾ ਇਸ ਦਾ ਡੀ ਡੀ ਪ੍ਰੈਡਿਕਸ਼ਨ ਜਿਹੜੀ ਹੈਗੀ ਹੈ ਰੀਡਿੰਗ ਦੇ ਵਿੱਚ ਇੱਕ ਸਬਸਕਿਲ ਇੱਕ ਸਬਸਕਿਲ ਹੈਗੀ ਹੈ ਰੀਡਿੰਗ ਦੇ ਵਿੱਚ ਤੁਹਾਨੂੰ ਜੇ ਤੁਸੀਂ ਪਹਿਲਾਂ ਦੀਆਂ ਕਲਾਸਿਸ ਵੇਖ ਰਹੇ ਹੋ ਤਾਂ ਰੀਡਿੰਗ ਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਜਿਹੜੇ ਹੈਗੇ ਨੇ 5-6 ਸਟੈਪਸ ਹੁੰਦੇ ਨੇ ਤੇ ਉਹੀ ਜਿਹੜਾ ਹੈਗਾ ਸਬਸਕਿਲ ਜਿਹੜੀ ਰੀਡਿੰਗ ਦੀ ਹੁੰਦੀ ਹੈ ਜਿਵੇਂ ਕਿ ਰੀਡਿੰਗ ਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲਾਂ ਆਪਣੇ ਕੋਲ ਹੁੰਦੀ ਹੈ ਪ੍ਰੀਵਿਊ ਸਭ ਤੋਂ ਪਹਿਲਾਂ ਆਪਣੇ ਕੋਲ ਪ੍ਰੀਵਿਊ ਪ੍ਰੀਵਿਊ ਤੋਂ ਬਾਅਦ ਆਪਣੇ ਕੋਲ ਪ੍ਰੈਡਿਕਸ਼ਨ ਹੁੰਦੀ ਹੈ ਪ੍ਰੈਡਿਕਸ਼ਨ 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 ਨੂੰ ਇੱਕ ਪ੍ਰੈਡਿਕਸ਼ਨ ਨੂੰ ਇੱਕ ਹੋਰ ਨਾਮ ਇਹ ਕਹਿੰਦੇ ਆ ਇਨਫਰੈਂਸ ਪ੍ਰੈਡਿਕਸ਼ਨ ਨੂੰ ਇੱਕ ਹੋਰ ਨਾਮ ਕਹਿੰਦੇ ਆ ਇਨਫਰੈਂਸ ਪ੍ਰੈਡਿਕਸ਼ਨ ਨੂੰ ਇੱਕ ਹੋਰ ਨਾਮ ਇਨਫਰੈਂਸ ਵੀ ਕਹਿੰਦੇ ਆ ਉਸ ਤੋਂ ਬਾਅਦ ਹੁੰਦੀ ਹੈ ਆਪਣੇ ਕੋਲ ਸਕਿਮਿੰਗ ਉਸ ਤੋਂ ਬਾਅਦ ਸਕਿਮਿੰਗ ਉਸ ਤੋਂ ਬਾਅਦ ਸਕਿਮਿੰਗ ਸਕਿਮਿੰਗ ਤੋਂ ਬਾਅਦ ਆਪਣੇ ਕੋਲ ਹੈਗੀ ਹੈ ਸੀ ਫੇਰਾ ਫਰੇਜ਼ਿੰਗ ਇਹ ਤੁਹਾਨੂੰ ਜਿਹੜੇ ਹੈਗੇ ਨੇ ਜੇ ਤੁਸੀਂ ਪਹਿਲਾਂ ਦੀਆਂ ਕਲਾਸਿਸ ਵੇਖ ਰਹੇ ਹੋ ਤਾਂ ਇਹ ਜਿਹੜੀਆਂ ਹੈਗੀਆਂ ਨੇ ਸਟੈਪਸ ਮੈਂ ਲਿਖਾਏ ਹੋਏ ਸੀ ਜਦੋਂ ਵੀ ਆਪਣੇ ਕੋਲ ਪ੍ਰੀਵਿਊ ਦੀ ਗੱਲ ਆਏਗੀ ਪ੍ਰੈਡਿਕਸ਼ਨ ਜਾਂ ਇਨਫਰੈਂਸ ਦੀ ਗੱਲ ਆਏਗੀ ਸਕਿਮਿੰਗ ਸਕੈਨਿੰਗ ਦੀ ਗੱਲ ਆਏਗੀ ਗੈਸਿੰਗ ਦੀ ਗੱਲ ਆਏਗੀ ਜਾਂ ਪੈਰਾਫਰੇਜ਼ਿੰਗ ਦੀ ਗੱਲ ਆਏਗੀ ਤਾਂ ਇਹ ਜਿਹੜੀਆਂ ਹੈਗੀਆਂ ਨੇ ਸਾਰੀਆਂ ਐਸੋਸੀਏਟਡ ਹੋਣਗੀਆਂ ਰੀਡਿੰਗ ਸਕਿੱਲ ਰੀਡਿੰਗ ਸਕਿੱਲ ਨਾਲ ਡਰਾਫਟਿੰਗ ਸਮਰਾਈਜ਼ਿੰਗ ਤੇ ਨੋਟ ਮੇਕਿੰਗ ਡਰਾਫਟਿੰਗ ਸਮਰਾਈਜ਼ਿੰਗ ਤੇ ਨੋਟ ਮੇਕਿੰਗ ਇਹ ਆਪਣੀਆਂ ਜਿਹੜੀਆਂ ਹੈਗੀਆਂ ਨੇ ਇਹ ਰਿਲੇਟਡ ਹੈਗੀਆਂ ਨੇ ਰਾਈਟਿੰਗ ਸਕਿੱਲ ਨਾਲ ਇਹ ਆਪਣੀਆਂ ਹੈਗੀਆਂ ਨੇ ਰਾਈਟਿੰਗ ਸਕਿੱਲ ਨਾਲ ਰਿਲੇਟਡ ਡਰਾਫਟਿੰਗ ਸਮਰਾਈਜ਼ਿੰਗ ਐਂਡ ਨੋਟ ਮੇਕਿੰਗ ਇਹ ਜਿਹੜੀਆਂ ਹੈਗੀਆਂ ਨੇ ਆਪਣੇ ਕੋਲ ਰਾਈਟਿੰਗ ਸਕਿੱਲ ਨਾਲ ਰਿਲੇਟਡ ਰਿਮੀਡੀਅਲ ਟੀਚਿੰਗ ਰਿਮੀਡੀਅਲ ਟੀਚਿੰਗ ਰੈਫਰਸ ਟੂ ਟੀਚਿੰਗ ਰਿਮੀਡੀਅਲ ਟੀਚਿੰਗ ਜਿਹੜੀ ਹੈਗੀ ਆ ਉਹ ਕਿਸ ਚੀਜ਼ ਨੂੰ ਰੈਫਰ ਕਰਦੀ ਹੈ ਟੂ ਟੈਸਟ ਲਰਨਰਸ ਲਰਨਰਸ ਪੀਰੀਆਡਿਕਲੀ ਟੂ ਐਡਰੈਸ ਗੈਪਸ ਇਨ ਲਰਨਿੰਗ ਆਫਟਰ ਦਾ ਰੈਗੂਲਰ ਸਕੂਲ ਆਰ ਆਫਟਰ ਦਾ ਰੈਗੂਲਰ ਸਕੂਲ ਆਰ ਆਫਟਰ ਦਾ ਰੈਗੂਲਰ ਟੂ ਹੈਲਪ ਬ੍ਰਾਈਟ ਲਰਨਰਸ ਟੂ ਐਕਸਲ ਹਾਂਜੀ ਰਿਮੀਡੀਅਲ ਟੀਚਿੰਗ ਜਿਹੜੀ ਹੈਗੀ ਆ ਉਹ ਕੀ ਕਰਦੀ ਹੈ ਟੈਸਟ ਕਰਦੀ ਹੈ ਲਰਨਰ ਨੂੰ ਪੀਰੀਆਡਿਕਲੀ ਯਾਨੀ ਕਿ ਸਮੇਂ-ਸਮੇਂ ਤੇ ਟੈਸਟ ਕਰਦੀ ਹੈ ਐਡਰੈਸ ਗੈਪਸ ਇਨ ਲਰਨਿੰਗ ਯਾਨੀ ਕਿ ਜੋ ਸਿੱਖਣ ਦੇ ਵਿੱਚ ਗੈਪ ਰਹਿ ਜਾਂਦਾ ਉਸ ਨੂੰ ਪੂਰਾ ਕਰਦੀ ਹੈ ਆਫਟਰ ਰੈਗੂਲਰ ਸਕੂਲ ਆਵਰ ਸਕੂਲ ਤੋਂ ਬਾਅਦ ਹੁੰਦੀ ਹੈ ਸਕੂਲ ਦੀ ਛੁੱਟੀ ਤੋਂ ਬਾਅਦ ਜਾਂ ਫਿਰ ਜਿਹੜੇ ਬ੍ਰਾਈਟ ਹੈਗੇ ਨੇ ਉਹਨਾਂ ਨੂੰ ਅੱਗੇ ਵਧਣ ਵਿੱਚ ਹੈਲਪ ਕਰਦੀ ਹੈ ਬੀ ਅਨਸਰ ਬੀ ਅਨਸਰ ਬੀ ਅਨਸਰ ਕੀਤਾ ਹੈ ਸਭ ਦਾ ਬੀ ਅਨਸਰ ਆ ਰਿਹਾ ਹੈ ਬਹੁਤ ਵਧੀਆ ਬਹੁਤ ਵਧੀਆ ਤੁਹਾਡੀ ਤਿਆਰੀ ਹੈਗੀ ਹੈ ਬਹੁਤ ਵਧੀਆ ਤੁਹਾਡੀ ਤਿਆਰੀ ਹੈਗੀ ਹੈ ਇਹ ਜਿਹੜੇ ਕੁਐਸਚਨਸ ਹੈਗੇ ਨੇ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈਗੇ ਨੇ ਇਨਾਂ ਵਿੱਚੋਂ ਹੀ ਐਗਜ਼ਾਮ ਦੇ ਵਿੱਚ ਕੁਐਸਚਨਸ ਆਣਗੇ ਇਨਾਂ ਵਿੱਚੋਂ ਹੀ ਐਗਜ਼ਾਮ ਦੇ ਵਿੱਚ ਕੁਐਸਚਨਸ ਆਣਗੇ ਤੇ ਇਸ ਕਲਾਸ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਇਹ ਟੀਚਰ ਯੂजेस ਅ ਰਿਪੋਰਟ ਫਰੋਮ ਅ ਨਿਊਜ਼ਪੇਪਰ ਟੂ ਟੀਚ ਰਾਈਟਿੰਗ ਦਾ ਮਟੀਰੀਅਲ ਯੂਜ਼ਡ ਦਾ ਫੋਰਮ ਟੀਚਿੰਗ ਇਜ਼ ਰੈਫਰਡ ਟੂ ਏਜ ਇਹਦਾ ਵੀ ਇੱਕ ਟੀਚਰ ਜਿਹੜਾ ਹੈਗਾ ਯੋਜਾ ਜੈ ਰਿਪੋਰਟ ਫਰਮ ਉਹ ਜਿਹੜਾ ਹੈਗਾ ਇੱਕ ਰਿਪੋਰਟ ਜਿਹੜੀ ਹੈਗੀ ਆ ਨਿਊਜ਼ਪੇਪਰ ਦੇ ਵਿੱਚੋਂ ਲੈ ਕੇ ਆਂਦਾ ਤੇ ਸਿਖਾਣਾ ਹੀ ਆ ਉਹਨੇ ਰਾਈਟਿੰਗ ਰਾਈਟਿੰਗ ਸਿਖਾਉਣ ਵਾਸਤੇ ਉਹ ਲੈ ਕੇ ਆਇਆ ਇੱਕ ਰਿਪੋਰਟ ਨਿਊਜ਼ਪੇਪਰ ਦੇ ਵਿੱਚੋਂ ਤੇ ਮਟੀਰੀਅਲ ਯੂਜ਼ਡ ਦਸ ਫੋਮ ਟੀਚਿੰਗ ਇਜ਼ ਰੈਫਰਡ ਟੂ ਤੇ ਜਿਹੜਾ ਇਹ ਮਟੀਰੀਅਲ ਹੈ ਇਹ ਕਿਹੜਾ ਮਟੀਰੀਅਲ ਹੋਇਆ ਫਿਰ ਐਕਸਟਰਨਲ ਰੀਅਲਿਸਟਿਕ ਨੇਚਰਲ ਆਥੈਂਟਿਕ ਹਾਂਜੀ ਐਕਸਟਰਨਲ एक्सटर्नल रियलिस्टिक नेचुरल और ऑथेंटिक मटेरियल अपने ਕੋਲ ਮਟੀਰੀਅਲਸ ਹੁੰਦੇ ਨੇ ਰੀਅਲਿਸਟਿਕ ਮਟੀਰੀਅਲ नेचुरल ਮਟੀਰੀਅਲ ऑथेंटिक ਮਟੀਰੀਅਲ ਐਕਸਟਰਨਲ ਮਟੀਰੀਅਲ ਹਾਂਜੀ ਬੀ ਅਨਸਰ ਕਰ ਰਹੇ ਨੇ ਬੀ ਅਨਸਰ ਕਰ ਰਹੇ ਨੇ 83 ਯੂਜ਼ ਰਿਪੋਰਟ ਫਰੋਮ ਅ ਨਿਊਜ਼ਪੇਪਰ ਕੁਐਸਚਨ ਨੂੰ ਪੜ੍ਹ ਲਓ ਜੀ ਧਿਆਨ ਨਾਲ ए टीचर यूजेस द रिपोर्ट फ्रॉम ए न्यूज़पेपर टू टीच राइटिंग एक्सटर्नल मटेरियल रियल स्टिक नेचुरल और ऑथेंटिक बी आंसर्स कर रहे ने बी आंसर कर रहे ने बी आंसर कर रहे ने बी आंसर कर रहे ने ए हैगा जी अपने कोल आंसर ए एक्सटर्नल एक्सटर्नल मटेरियल हैगा जी ए ए जेड़ा हैगा एक एक्सटर्नल ਮਟੀਰੀਅਲ ਹੈਗਾ ਐਕਸਟਰਨਲ ਮਟੀਰੀਅਲ ਹੈਗਾ ਐਕਸਟਰਨਲ ਮਟੀਰੀਅਲ ਯਾਨੀ ਕਿ ਆਮ ਤੌਰ ਤੇ ਜਿਹੜੇ ਕਲਾਸ ਦੇ ਵਿੱਚ ਨਹੀਂ ਯੂਜ਼ ਹੁੰਦੇ ਯਾਨੀ ਕਿ ਜਿਹੜੇ ਆਮ ਤੌਰ ਤੇ ਵਿੱਚ ਕਲਾਸ ਦੇ ਵਿੱਚ ਨਹੀਂ ਯੂਜ਼ ਹੁੰਦੇ ਰੀਅਲਿਸਟਿਕ ਮਟੀਰੀਅਲ ਜਿਹੜੇ ਹੁੰਦੇ ਨੇ ਉਹ ਕੋਈ ਅਸਲ ਚੀਜ਼ ਲਿਆ ਕੇ ਕਲਾਸ ਦੇ ਵਿੱਚ ਵਿਖਾਣੀ ਹੁੰਦੀ ਹੈ ਰੀਅਲਿਸਟਿਕ ਮਟੀਰੀਅਲ ਉਹ ਹੁੰਦਾ ਹੈ ਨੇਚਰਲ ਮਟੀਰੀਅਲ ਜਿਹੜੇ ਕੀ ਨੇਚਰਲੀ ਕਲਾਸ ਦੇ ਵਿੱਚ ਪਾਏ ਜਾਂਦੇ ਨੇ ਆਥੈਂਟਿਕ ਮਟੀਰੀਅਲ ਜਿਹੜਾ ਹੈਗਾ ਜਿਸ ਜਿਸ ਨੂੰ ਆਪਾਂ ਕਹਿ ਸਕੀਏ ਵੀ ਇਹ ਮਟੀਰੀਅਲ ਜਿਹੜਾ ਹੈਗਾ 100% ਕਰੈਕਟ ਮਟੀਰੀਅਲ ਹੈਗਾ ਤੇ ਨਿਊਜ਼ਪੇਪਰ ਦੇ ਵਿੱਚ ਜੇ ਰਿਪੋਰਟ ਹੋਏਗੀ ਆਪਾਂ ਉਸ ਨੂੰ 100% ਕਰੈਕਟ ਨਹੀਂ ਮੰਨ ਸਕਦੇ ਉਹ ਨੇਚਰਲ ਵੀ ਨਹੀਂ ਹੁੰਦੀ ਰੀਅਲ ਸਟਿਕ ਮਟੀਰੀਅਲ ਰੀਅਲ ਸਟਿਕ ਮਟੀਰੀਅਲ ਯਾਨੀ ਕਿ ਕੋਈ ਰੀਅਲ ਥਿੰਗ ਲੈ ਕੇ ਜਿਵੇਂ ਆਪਾਂ ਬੱਚਿਆਂ ਨੂੰ ਬਲੈਕਬੋਰਡ ਜਾਂ ਜਿਹੜਾ ਹੈਗਾ ਆਪਣਾ ਵਾਈਟ ਬੋਰਡ ਬਾਰੇ ਦੱਸਣਾ ਹੈ ਆਪਾਂ ਨੂੰ ਉਸ ਨੂੰ ਵਾਈਟ ਬੋਰਡ ਦਿਖਾ ਕੇ ਰੀਅਲ ਦੇ ਵਿੱਚ ਵੀ ਇਹ ਜਿਹੜਾ ਹੈਗਾ ਇਹ ਵਾਈਟ ਬੋਰਡ ਹੈਗਾ ਫਿਰ ਉਹ ਰੀਅਲਿਸਟਿਕ ਮਟੀਰੀਅਲ ਆਪਣਾ ਹੋਏਗਾ ਨੈਕਸਟ ਆਪਣਾ ਨੈਕਸਟ ਆਪਣਾ ਕੁਐਸਚਨ ਹੈਗਾ ਵਾਈਲ ਰਾਈਟਿੰਗ ਐਲੀਪਸਿਸ ਐਜអេ ਕਹਿੰਦਾ ਵੀ ਰਾਈਟਿੰਗ ਜਦੋਂ ਆਪਾਂ ਕਰਦੇ ਆ ਤਾਂ ਐਲੀਪਸਿਸ ਯੂਜ਼ ਕਰਦੇ ਆ ਇਹ ਜਿਹੜੀਆਂ ਹੈਗੀਆਂ ਨੇ ਐਲੀਪਸਿਸ ਕੀ ਚੀਜ਼ ਹੈਗੀਆਂ ਨੇ ਫ੍ਰੈਜ਼ਲ ਵਰਬਸ ਹੈਗੀਆਂ ਨੇ ਸਿਮੈਂਟਿਕ ਲਿੰਕਰਸ ਹੈਗੀਆਂ ਨੇ ਐਡਜੈਕਟਿਵ ਐਡਜੈਕਟਿਵ ਫੋਮ ਹੈਗੇ ਨੇ ਪ੍ਰੈਪੋਜੀਸ਼ਨਲ ਫਰੇਜ਼ ਹੈਗੇ ਨੇ ਐਲੈਪਸਿਸ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਕਲੀਅਰ ਹੋਵੇ ਵੀ ਐਲੈਪਸਿਸ ਕੀ ਹੁੰਦੇ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਕਲੀਅਰ ਹੋਵੇ ਵੀ ਐਲੈਪਸਿਸ ਜਿਹੜਾ ਇਹ ਨਾਂ ਆਇਆ ਇਹ ਕੀ ਚੀਜ਼ ਹੈਗਾ ਰਾਈਟਿੰਗ ਦੇ ਟਾਈਮ ਇਹ ਚੀਜ਼ ਹੈਗੀ ਜਿਹੜੀ ਯੂਜ਼ ਆਪਾਂ ਕਰਦੇ ਆਂ ਫ੍ਰੈਜ਼ਲ ਵਰਬਸ ਐਲੈਪਸਿਸ ਐਲੈਪਸਿਸ ਜਦੋਂ ਜਿਵੇਂ ਆਪਾਂ ਰਾਈਟਿੰਗ ਰਾਈਟਿੰਗ ਕਰਨ ਲੱਗੇ ਆ ਜਿਵੇਂ ਆਪਾਂ ਤਿੰਨ ਡਾਟਸ ਜਿਵੇਂ ਕਿ ਆਪਾਂ ਲਿਖਦੇ ਆ ਇਟ ਇਜ਼ ਦਾ ਹਾਲ ਸਟੋਰੀ ਐ ਕਰਕੇ ਆਪਾਂ ਜਿਹੜੀਆਂ ਆ ਆ ਜਿਹੜੀ ਬਲੈਂਕ ਥਾਂ ਛੱਡਤੀ ਇਹ ਡਾਟਸ ਲਾਈਆਂ ਨੇ ਤਿੰਨ ਜਾਂ ਚਾਰ ਜਿਹੜੀਆਂ ਡਾਟਸ ਹੈਗੀਆਂ ਨੇ ਇਹਨਾਂ ਡਾਟਸ ਨੂੰ ਇਹਨਾਂ ਡਾਟਸ ਨੂੰ ਇਹਨਾਂ ਡਾਟਸ ਨੂੰ ਐਲਿਪਸਿਸ ਕਿਹਾ ਜਾਂਦਾ ਜੀ ਇਹ ਜਿਹੜੀਆਂ ਡਾਟਸ ਹੈਗੀਆਂ ਨੇ ਆਪਾਂ ਲਾਈਆਂ ਨੇ ਇਸ ਸਟੋਰੀ ਤੋਂ ਬਾਅਦ ਆਪਾਂ ਜਿਹੜਾ ਹੈਗਾ ਡਾਟਸ ਲਾਈਆਂ ਨੇ ਇਹਨਾਂ ਨੂੰ ਐਲਿਪਸਿਸ ਇਹਨਾਂ ਡਾਟਸ ਨੂੰ ਐਲਿਪਸਿਸ ਕਹਿੰਦੇ ਨੇ ਤੇ ਇਹ ਜਿਹੜੇ ਹੈਗੇ ਨੇ ਇਹ ਯੂਜ਼ ਹੁੰਦੇ ਆ ਕਿਉਂਕਿ ਉਹ ਜਿਹੜੇ ਇਹ ਲਿਖੇ ਜਾਂਦੇ ਨੇ ਇਹ ਲਿਖੇ ਜਾਂਦੇ ਨੇ ਤਾਂ ਕਿ ਜਿਹੜਾ ਰੀਡਰ ਹੈਗਾ ਜਿਹੜਾ ਰੀਡਰ ਹੈਗਾ ਉਹ ਆਪਣੇ ਆਪ ਜਿਹੜਾ ਹੈਗਾ मीनिंग ਜਿਹੜਾ ਜਿਹੜਾ मीनिंग ਹੈਗਾ ਉਹ ਆਪਣੇ ਆਪ ਸਮਝ ਲਵੇ ਉਹ ਜਿਹੜਾ ਹੈਗਾ ਰਾਈਟਰ ਜਿਹੜਾ ਹੈਗਾ ਉਸ ਚੀਜ਼ ਦਾ मीनिंग ਲਿਖਦਾ ਨਹੀਂ ਹੈ ਉਸ ਚੀਜ਼ ਨੂੰ ਸਾਰੀ ਪੂਰੀ ਜਿਹੜੀ ਹੈਗੀ ਐ ਐਕਸਪਲੇਨ ਉਹ ਕਰਦਾ ਬਟ ਉਹ ਇਹ ਨਹੀਂ ਦੱਸਣਾ ਚਾਹੁੰਦਾ ਕਿ ਉਸ ਨੇ ਉਸ ਦਾ ਮੇਨ ਆਈਡੀਆ ਕੀ ਹੈਗਾ ਉਹ ਰਾਈਟਰ ਜਿਹੜਾ ਹੈਗਾ ਮੇਨ ਆਈਡੀਆ ਨਹੀਂ ਦੱਸਣਾ ਚਾਹੁੰਦਾ ਉਹ ਜਿਹੜਾ ਹੈਗਾ ਇਹ ਚਾਹੁੰਦਾ ਕਿ ਮੇਨ ਆਈਡੀਆ ਜਿਹੜਾ ਹੈਗਾ ਪੈਰਾਗ੍ਰਾਫ ਜਾਂ ਫਿਰ ਜੋ ਕੁਝ ਵੀ ਉਸ ਰਾਈਟਰ ਨੇ ਲਿਖਿਆ ਉਸ ਦਾ ਮੇਨ ਆਈਡੀਆ ਬੱਚੇ ਜਿਹੜੇ ਹੈਗੇ ਨੇ ਉਹ ਆਪੇ ਗੈਸ ਕਰਨ ਆਪੇ ਗੈਸ ਕਰਨ ਇਸ ਲਈ ਉਹ ਜਿਹੜੇ ਹੈਗੇ ਨੇ ਤਿੰਨ ਡਾਟਸ ਯੂਜ਼ ਕਰਦਾ ਤਾਂ ਕਿ ਇਹ ਜਿਹੜੀ ਥਾਂ ਹੈ ਇਹ ਜਿਹੜੀ ਥਾਂ ਉਹਨੇ ਖਾਲੀ ਛੱਡੀ ਬੱਚੇ ਜਿਹੜੇ ਹੈਗੇ ਨੇ ਜਾਂ ਜਿਹੜਾ ਪੜਨ ਵਾਲਾ ਉਹ ਆਪੇ ਗੈਸ ਕਰਕੇ ਇਸ ਥਾਂ ਨੂੰ ਭਰ ਲਵੇ ਇਸ ਚੀਜ਼ ਨੂੰ ਇਲੈਪਸਿਸ ਕਹਿੰਦੇ ਨੇ ਤੇ ਤੇ ਜਦੋਂ ਫਿਰ मीनिंग ਦੀ ਗੱਲ ਹੋ ਰਹੀ ਹੈ ਤਾਂ ਫਿਰ ਆਪਣੇ ਕੋਲ ਅਨਸਰ ਬਿਲਕੁਲ ਸਿਮੈਂਟਿਕ ਲਿੰਕਰ ਹੋਏਗਾ ਇਹ ਇਲੈਪਸਿਸ ਜਿਹੜਾ ਹੈਗਾ ਸਿਮੈਂਟਿਕ ਲਿੰਕਰਸ ਹੁੰਦੇ ਨੇ ਇਲੈਪਸਿਸ ਜਿਹੜੇ ਹੈਗੇ ਨੇ ਸਿਮੈਂਟਿਕਸ ਲਿੰਕਰ ਹੁੰਦੇ ਨੇ ਕਿਉਂਕਿ ਇਲੈਪਸਿਸ ਜਿਹੜੀ ਹੈਗੀ ਐ ਉਹ ਆਪਾਂ ਨੂੰ ਸੋਚਣ ਵਾਸਤੇ मीनिंग ਕੱਢਣ ਵਾਸਤੇ ਜਿਹੜਾ ਕੁਝ ਉਸ ਨੇ ਪਹਿਲਾਂ ਲਿਖਿਆ ਹੁੰਦਾ ਉਸ ਦਾ मीनिंग ਆਪਾਂ ਨੂੰ ਸੋਚਣ ਵਾਸਤੇ ਜਿਹੜਾ ਹੈਗਾ ਇਲੈਪਸਿਸ ਜਿਹੜਾ ਹੈਗਾ ਮਜਬੂਰ ਕਰਦਾ ਜਿਹੜਾ ਆਪਾਂ ਨੂੰ ਕਹਿੰਦਾ ਫ੍ਰੈਜਲ ਵਰਬਸ ਕਿਹੜੇ ਹੁੰਦੇ ਨੇ ਫਿਰ ਫ੍ਰੈਜਲ ਵਰਬਸ ਜਿਹੜੇ ਜਿਵੇਂ ਆਪਣੇ ਕੋਲ ਹੁੰਦੇ ਨੇ ਚੈੱਕ ਇਨ ਆਪਾਂ ਕਹੀਏ ਚੈੱਕ ਇਨ ਜਿਵੇਂ ਆਪਾਂ ਕਹੀਏ ਕਾਲ ਆਫ ਇਹੋ ਜਿਹੇ ਜਿਹੜੇ ਵਰਡਸ ਹੁੰਦੇ ਨੇ ਜਿਨ੍ਹਾਂ ਵਿੱਚ ਦੋ ਵਰਡਸ ਹੁੰਦੇ ਨੇ ਇੱਕ ਜਿਹੜੀ ਪ੍ਰੀਪੋਜੀਸ਼ਨ ਜਿਹੜੀ ਹੈਗੀ ਆ ਪ੍ਰੀਪੋਜੀਸ਼ਨ ਜਦੋਂ ਇਧਰਲੇ ਪਾਸੇ ਜਦੋਂ ਆਪਣੇ ਰਾਈਟ ਹੈਂਡ ਜਦੋਂ ਸਟਾਰਟਿੰਗ ਦੇ ਵਿੱਚ ਇੱਕ ਕੋਈ ਵਰਡ ਹੋਵੇਗਾ ਨਾਉਨ ਵਰਬ ਜਾਂ ਜੋ ਵੀ ਤੇ ਉਸ ਤੋਂ ਬਾਅਦ ਦੇ ਵਿੱਚ ਪ੍ਰੀਪੋਜੀਸ਼ਨ ਜਦੋਂ ਹੁੰਦੀ ਹੈ ਤਾਂ ਉਹ ਫਰੈਜ਼ਲ ਵਰਬ ਹੁੰਦਾ ਹੈ ਤੇ ਜਦੋਂ ਪਹਿਲਾਂ ਪ੍ਰੀਪੋਜੀਸ਼ਨ ਹੁੰਦੀ ਹੈ ਜਦੋਂ ਪਹਿਲਾਂ ਪ੍ਰੀਪੋਜੀਸ਼ਨ ਹੋਏਗੀ ਤਾਂ ਇਹ ਪ੍ਰੀਪੋਜੀਸ਼ਨਲ ਫਰੇਜ਼ ਹੋਏਗਾ ਜਦੋਂ ਪਹਿਲਾਂ ਕੋਈ ਵਰਡ ਹੋਇਆ ਬਾਅਦ ਦੇ ਵਿੱਚ ਜਿਹੜੀ ਹੈਗੀ ਹੈ ਪ੍ਰੀਪੋਜੀਸ਼ਨ ਹੋਈ ਫਿਰ ਉਹ ਫਰੇਜ਼ਲ ਵਰਬ ਹੁੰਦਾ ਹੈ ਤੇ ਜਦੋਂ ਆਪਣੇ ਕੋਲ ਪਹਿਲਾਂ ਪ੍ਰੀਪੋਜੀਸ਼ਨ ਹੋਈ ਬਾਅਦ ਦੇ ਵਿੱਚ ਕੋਈ ਵਰਡ ਹੋਇਆ ਇਹਨਾਂ ਨੂੰ ਆਪਾਂ ਸਾਂਝਾ ਇਕੱਠਾ ਯੂਜ਼ ਕੀਤਾ ਤਾਂ ਇਹ ਪ੍ਰੀਪੋਜੀਸ਼ਨਲ ਆਪਣੇ ਕੋਲ ਫਰੇਜ਼ ਹੋਇਆ ਐਡਜੈਕਟਿਵਲ ਜਿਹੜੇ ਹੈਗੇ ਨੇ ਉਹ ਕਿਹਜ ਹੁੰਦੇ ਨੇ ਉਹ ਫਿਰ ਆਪਣੇ ਕੋਲ ਜਿਵੇਂ ਸਲੋ ਐਂਡ ਸਟੱਡੀ ਸਲੋ ਐਂਡ ਸਟੱਡੀ ਇਹੋ ਜਿਹਾਂ ਇਹੋ ਜਿਹੇ ਫਰੇਜ਼ ਵੀ ਆਪਾਂ ਯੂਜ਼ ਕਰਦੇ ਹੈਗੇ ਆ ਉਹ ਜਿਹੜੇ ਹੈਗੇ ਨੇ ਉਹ ਆਪਣੇ ਕੋਲ ਐਡਜੈਕਟਿਵ ਐਡਜੈਕਟਿਵ ਵਲ ਜਿਹੜੇ ਹੈਗੇ ਨੇ ਹੋਮ ਜਾਂ ਫ੍ਰੀਜਸ ਜਿਹੜੇ ਹੈਗੇ ਨੇ ਹਾਂਜੀ ਜਿਵੇਂ ਪੁੱਟ ਆਨ ਪੁੱਟ ਆਫ ਪੁੱਟ ਆਨ ਪੁੱਟ ਆਫ ਜਿਹੜੇ ਹੈਗੇ ਨੇ ਫ੍ਰੀਜ਼ਲ ਵਰਬਸ ਹੈਗੇ ਨੇ ਹਾਂਜੀ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਐਲ اے ਸੀ ਸਟੈਂਡਸ ਫਾਰ ਐਲ اے ਸੀ ਹਾਂਜੀ ਐਲ اے ਸੀ ਇਹ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਐਲ اے ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਐਲ اے ਸੀ ਤੁਹਾਨੂੰ ਬਿਲਕੁਲ ਪਤਾ ਹੋਣਾ ਚਾਹੀਦਾ ਹੈ ਲੈਂਗੁਏਜ ਅਕਰੋਸ ਦਾ ਕਰਿਕੂਲਮ ਲੈਂਗੁਏਜ ਐਕਵੀਜ਼ੀਸ਼ਨ ਕਲਚਰ ਲੈਂਗੁਏਜ ਅਕਰੋਸ ਦਾ ਕਲਚਰਜ਼ ਲੈਂਗੁਏਜ ਐਕਵੀਜ਼ੀਸ਼ਨ ਆਫ ਕੰਟੈਂਟ ਹਾਂਜੀ ਆਨਸਰ ਏ ਬੀ ਤੇ ਏ ਆਨਸਰ ਆ ਰਹੇ ਨੇ ਏ ਆਨਸਰ ਆਇਆ ਏ ਆਨਸਰ ਆਇਆ ਹੈ ਏ ਆਨਸਰ ਆਇਆ ਹੈ ਫੇਰ ਤੋਂ ਏ ਆਇਆ ਫੇਰ ਤੋਂ ਏ ਆਇਆ ਫੇਰ ਤੋਂ ਏ ਆਨਸਰ ਆਇਆ ਬਿਲਕੁਲ ਬਿਲਕੁਲ ਕਰੈਕਟ ਜੀ ਏ ਹੀ ਐ ਦਾ ਕਰੈਕਟ ਆਨਸਰ ਵੀ ਹੈਗਾ LAC ਹੈਗਾ LAC سٹینڈ ਕਰਦਾ ਲੈਂਗੁਏਜ ਅਕਰੋਸ ਦਾ ਕਰਿਕੂਲਮ ਲੈਂਗੁਏਜ ਅਕਰੋਸ ਦਾ ਕਰਿਕੂਲਮ ਲੈਂਗੁਏਜ ਅਕਰੋਸ ਦਾ ਕਰਿਕੂਲਮ ਦਾ मीनिंग ਇਹ ਹੋਇਆ ਇਹਦਾ ਅਨਸਰ ਡੀ ਨਹੀਂ ਹੈਗਾ ਜੀ ਇਹਦਾ ਅਨਸਰ ਇਹ ਹੈਗਾ ਲੈਂਗੁਏਜ ਅਕਰੋਸ ਦਾ ਕਰਿਕੂਲਮ ਲੈਂਗੁਏਜ ਅਕਰੋਸ ਦਾ ਕਰਿਕੂਲਮ ਦਾ मीनिंग ਇਹ ਹੋਇਆ ਵੀ ਕਰਿਕੂਲਮ ਯਾਨੀ ਕਿ ਆਪਾਂ ਲੈਂਗੁਏਜ ਤੋਂ ਇਲਾਵਾ ਵੀ ਜਿਹੜੇ ਸਬਜੈਕਟਸ ਪੜ੍ਹਦੇ ਆ ਉਹਨਾਂ ਤੋਂ ਵੀ ਆਪਾਂ ਲੈਂਗੁਏਜ ਸਿੱਖਦੇ ਆ ਲੈਂਗੁਏਜ ਅਕਰੋਸ ਦਾ ਕਰਿਕੂਲਮ ਦਾ ਮੀਨਿੰਗ ਇਹ ਹੁੰਦਾ ਹੈ ਵੀ ਜਿਹੜੇ ਆਪਾਂ ਲੈਂਗੁਏਜ ਆਪਣੀ ਜਿਹੜੀ ਹੈਗੀ ਉਸ ਤੋਂ ਇਲਾਵਾ ਜਿਹੜੇ ਸਬਜੈਕਟ ਪੜ੍ਹਦੇ ਆਂ ਜਿਵੇਂ ਹਿਸਟਰੀ ਪੋਲਿਟੀ ਜਾਂ ਜੋ ਕੁਝ ਵੀ ਐਸਐਸਟੀ ਵਗੈਰਾ ਸਾਇੰਸ ਜਾਂ ਫਿਜ਼ੀਕਲ ਜਾਂ ਜੋ ਕੁਝ ਵੀ ਜਿਹੜਾ ਵੀ ਆਪਣੇ ਕੋਲ ਸਬਜੈਕਟ ਹੈਗੇ ਨੇ ਉਹ ਲੈਂਗੁਏਜ ਦੇ ਵਿੱਚ ਵੀ ਲਿਖੇ ਹੁੰਦੇ ਨੇ ਤੇ ਉਹਨਾਂ ਤੋਂ ਵੀ ਆਪਾਂ ਜਿਹੜੇ ਹੈਗੇ ਨੇ ਲੈਂਗੁਏਜ ਲਰਨ ਕਰਦੇ ਆਂ ਇਹ ਹੈਗੀਆਂ ਐਲ ਏ ਸੀ ਕੰਕ੍ਰੀਟ ኦਪਰੇਸ਼ਨਲ 스테ਜ ਰੈਫਰ ਟੂ ਦਾ ਦੋਜ਼ ਲਰਨਰਸ ਹਾਂਜੀ ਕਹਿੰਦੇ ਕੰਕ੍ਰੀਟ ኦਪਰੇਸ਼ਨਲ 스테ਜ ਕੰਕ੍ਰੀਟ ኦਪਰੇਸ਼ਨਲ 스테ਜ ਕਿਹੜੇ ਲਰਨਰਸ ਵਾਸਤੇ ਹੈਗੀ ਐ ਕਿ ਕੰਕ੍ਰੀਟ ኦਪਰੇਸ਼ਨਲ 스테ਜ ਦੇ ਵਿੱਚ ਕਿਹੜਾ ਟਾਈਮ ਪੀਰੀਅਡ ਹੋਏਗਾ ਅਡੋਲਸੈਂਟ ਮੀਡਲ ਲੈਵਲ ਟੋਡਲਰਸ ਜਾਂ ਅਡਲਟਸ ਹਾਂਜੀ ਕੰਕ੍ਰੀਟ ኦਪਰੇਸ਼ਨਲ 스테ਜ ਜਿਹੜੀ ਹੈਗੀ ਐ ਕੰਕ੍ਰੀਟ ኦਪਰੇਸ਼ਨਲ 스테ਜ ਆਪਾਂ ਦਿੱਤੀ ਸੀ ਜੇਨ ਪਿਆਜੇ ਨੇ ਜੇਨ ਪਿਆਜੇ ਨੇ ਬੀ ਆ ਰਿਹਾ ਅਨਸਰ ਬੀ ਬੀ ਏ ਬੀ ਏ ਬੀ ਫਿਰ ਤੋਂ ਸੀ ਬੀ ਫਿਰ ਤੋਂ ਬੀ ਅਨਸਰ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਅਨਸਰ ਆ ਰਹੇ ਨੇ ਬਹੁਤ ਵਧੀਆ ਅਨਸਰਸ ਆ ਰਹੇ ਨੇ ਬਹੁਤ ਵਧੀਆ ਅਨਸਰਸ ਆ ਰਹੇ ਨੇ ਕੰਕ੍ਰੀਟ ኦਪਰੇਸ਼ਨਲ ਸਟੇਜ ਜਿਹੜੀ ਹੈਗੀ ਆਪਣੀ ਮਿਡਲ ਸਟੇਜ ਮਿਡਲ ਲੈਵਲ ਤੇ ਹੈਗੀ ਹੈ ਮਿਡਲ ਲੈਵਲ ਮਿਡਲ ਲੈਵਲ ਆਪਣਾ ਕਿਹੜਾ ਹੋਇਆ ਮਿਡਲ ਲੈਵਲ ਆਪਣਾ ਕਿਹੜਾ ਹੋਇਆ ਅਡੋਲਸ ਐਂਡ ਟੋਡਲਰਸ ਟੋਡਲਰਸ ਦੀ ਜਿਹੜੀ ਗੱਲ ਕਰੀਏ ਟੋਡਲਰਸ ਤਾਂ ਆਪਣੀ ਟੋਡਲਰਸ ਜਿਹੜੀ ਉਹਨੇ ਤੇ ਅੱਜ ਨੇ ਕਿਹਾ ਸੀ ਵੀ ਸੈਂਸਰੀ ਮੋਟਰ ਜਿਹੜੀ ਉਹ ਕਿਹਾ ਸੀ ਸੈਂਸਰੀ ਮੋਟਰ ਸੈਂਸਰੀ ਮੋਟਰ ਜਿਹੜੀ ਹੈਗੀ ਆ ਸੈਂਸਰੀ ਮੋਟਰ ਸੈਂਸਰੀ ਮੋਟਰ ਦੀ ਜਦੋਂ ਗੱਲ ਹੋएगी ਟੋਡਲਰਸ ਮੀਡਲ ਲੈਵਲ ਦੇ ਉੱਤੇ ਜਿਹੜੀ ਹੈਗੀ ਕੰਕਰੀਟ ኦਪਰੇਸ਼ਨਲ ਸਟੇਜ ਹੁੰਦੀ ਹੈ ਕੰਕਰੀਟ ኦਪਰੇਸ਼ਨਲ ਸਟੇਜ ਹਾਂਜੀ ਸਤ ਤੋਂ ਜਦੋਂ 12 ਸਾਲ ਦਾ ਬੱਚਾ ਹੁੰਦਾ ਹੈ ਉਸੇ ਟਾਈਮ ਦੇ ਵਿੱਚ ਉਹ 6ਵੀਂ ਤੋਂ 8ਵੀਂ ਕਲਾਸ ਦੇ ਵਿੱਚ ਵੀ ਹੁੰਦਾ ਹੈ ਬਿਲਕੁਲ ਬਿਲਕੁਲ ਅ ਸਤ ਤੋਂ ਜਿਹੜਾ ਹੈਗਾ 6ਵੀਂ ਤੋਂ 8ਵੀਂ ਕਲਾਸ ਦੇ ਵਿੱਚ ਮੀਡਲ ਲੈਵਲ ਦੇ ਵਿੱਚ ਅ 5ਵੀਂ 6ਵੀਂ 7ਵੀਂ 8ਵੀਂ ਐਸੇ ਇੱਥੇ ਕਿਤੇ ਹੀ ਉਹ ਬੱਚਾ ਜਿਹੜਾ ਹੁੰਦਾ ਹੈ ਮੀਡਲ ਲੈਵਲ ਤੇ ਐਡੋਲਸੈਂਟ ਜਿਹੜੀ ਹੈਗੀ ਆ ਉਸਨੇ ਕਿਹਾ ਸੀ 12 ਜਾਂ 13 ਤੋਂ 19 ਤੱਕ 19 ਤੱਕ ਐਡੋਲਸੈਂਟ ਹਾਂਜੀ ਹਾਂਜੀ ਬਿਲਕੁਲ ਕਰੈਕਟ ਨੈਕਸਟ ਆਪਣਾ ਕੁਐਸਚਨ ਹੈਗਾ ਦਾ ਪਰਪਸ ਆਫ ਰੈਪਿਡ ਰੀਡਿੰਗ ਰੈਪਿਡ ਰੀਡਿੰਗ ਰੈਪਿਡ ਰੀਡਿੰਗ ਦਾ ਕੀ ਮਕਸਦ ਹੈਗਾ ਰੈਪਿਡ ਰੀਡਿੰਗ ਦਾ ਕੀ ਪਰਪਸ ਹੈਗਾ ਰੈਪਿਡ ਰੀਡਿੰਗ ਦਾ ਕੀ ਮਕਸਦ ਹੈਗਾ ਸਪੈਸੀਫਿਕ ਡਿਟੇਲ ਵਾਸਤੇ ਐਕਸਟੈਂਡਡ ਰੀਡਿੰਗ ਹੁੰਦੀ ਹੈ ਜਾਂ ਫਿਰ ਸੀਕਿੰਗ ਇਨਫਰਮੇਸ਼ਨ ਕੁਝ ਲਭਰੇ ਹੁੰਦੇ ਆ ਜਾਂ ਫਿਰ ਇੰਟਰਸਟ ਵਾਸਤੇ ਹੁੰਦੀ ਹੈ ਰੈਪਿਡ ਰੀਡਿੰਗ ਰੈਪਿਡ ਰੀਡਿੰਗ ਜਿਹੜੀ ਹੈਗੀ ਆ ਉਹ ਸਪੈਸੀਫਿਕ ਡਿਟੇਲ ਵਾਸਤੇ ਹੁੰਦੀ ਹੈ ਐਕਸਟੈਂਡਡ ਰੀਡਿੰਗ ਹੁੰਦੀ ਹੈ ਜਾਂ ਫਿਰ ਕੋਈ ਇਨਫਰਮੇਸ਼ਨ ਔਰ ਦੇ ਵਿੱਚ ਆਪਾਂ ਸਰਚ ਕਰ ਰਹੇ ਹੁੰਦੇ ਹਾਂ ਜਾਂ ਫਿਰ ਇੰਟਰਸਟ ਵਾਸਤੇ ਹੁੰਦੀ ਹੈ ਰੈਪਿਡ ਰੀਡਿੰਗ ਹਾਂਜੀ ਰੈਪਿਡ ਰੀਡਿੰਗ ਕਿਹੜੀ ਹੁੰਦੀ ਹੈ ਸੀਕਿੰਗ ਇਨਫੋਰਮੇਸ਼ਨ ਰੈਪਿਡ ਰੀਡਿੰਗ ਰੈਪਿਡ ਰੀਡਿੰਗ ਰੈਪਿਡ ਰੀਡਿੰਗ اے ਤੇ ਸੀ ਆਰ ਐ ਨਾ ਅਨਸਰ اے ਤੇ ਸੀ ਆਰ ਐ ਨਾ ਅਨਸਰ ਸੀਕਿੰਗ ਇਨਫੋਰਮੇਸ਼ਨ اے ਤੇ ਬੀ ਵੇ ਆਇਆ ਅਨਸਰ ਸੀ ਫੇਰ ਤੋਂ ਆਇਆ ਅਨਸਰ ਸੀ ਫੇਰ ਤੋਂ ਅਨਸਰ ਹੈਗਾ ਆਪਣੇ ਕੋਲ ਬਟ ਰੈਪਿਡ ਰੀਡਿੰਗ ਕਿਹੜੀ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਰੈਪਿਡ ਰੀਡਿੰਗ ਕਿਹੜੀ ਹੁੰਦੀ ਹੈ ਰੈਪਿਡ ਰੀਡਿੰਗ ਜਿਹੜੀ ਹੈਗੀ ਆ ਆਪਾਂ ਕਿਹਾ ਸੀ ਸਕਿਮਿੰਗ 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 ਦੀ ਗੱਲ ਹੋ ਰਹੀ ਹੈ ਰੈਪਿਡ ਰੀਡਿੰਗ ਸਕਿਮਿੰਗ ਹੈਗੀ ਹੈ ਰੈਪਿਡ ਰੀਡਿੰਗ ਸਕਿਮਿੰਗ ਆਪਾਂ ਜਲਦੀ ਜਲਦੀ ਨਹੀਂ ਪੜਦੇ ਸਕਿਮਿੰਗ ਸਕਿਮਿੰਗ ਦੀ ਗੱਲ ਹੋ ਰਹੀ ਹੈ ਸਕਿਮਿੰਗ ਦੀ ਗੱਲ ਹੋ ਰਹੀ ਹੈ ਤਾਂ ਸਕਿਮਿੰਗ ਜਿਹੜੀ ਹੈਗੀ ਆ ਆਪਾਂ ਸਕਿਮਿੰਗ ਜਿਹੜੀ ਹੈਗੀ ਆ ਆਪਾਂ ਐਕਸਟੈਂਡਡ ਰੀਡਿੰਗ ਪਲੇਜ਼ਰ ਵਾਸਤੇ ਪੜਦੇ ਹੈਗੇ ਆ ਸਕਿਮਿੰਗ ਪਲੇਜ਼ਰ ਵਾਸਤੇ ਪੜਦੇ ਹੈਗੇ ਆ ਜਾਂ ਫਿਰ ਆਪਾਂ ਇੰਟਰਸਟ ਵਾਸਤੇ ਪੜਦੇ ਹੈਗੇ ਆ ਦੱਸੋ ਜੀ ਸਪੈਸਿਫਿਕ ਡਿਟੇਲ ਤੇ ਸਿਕਿੰਗ ਇਨਫੋਰਮੇਸ਼ਨ ਇਹਨਾਂ ਵਾਸਤੇ ਤਾਂ ਆਪਣੇ ਕੋਲ ਹੈਗੀ ਹੈ ਸਕਿਨਿੰਗ ਇਹਨਾਂ ਵਾਸਤੇ ਤਾਂ ਆਪਣੇ ਕੋਲ ਹੈਗੀ ਹੈ ਸਕਿਨਿੰਗ ਇਹਨਾਂ ਵਾਸਤੇ ਤਾਂ ਆਪਣੇ ਕੋਲ ਸਕਿਨਿੰਗ ਹੈਗੀ ਹੈ ਸਿਕਿੰਗ ਇਨਫੋਰਮੇਸ਼ਨ ਵਾਸਤੇ ਵੀ ਆਪਾਂ ਜਿਹੜੀ ਹੈਗੀ ਹੈ ਡਿਟੇਲਡ ਡਿਟੇਲਡ ਸਟਡੀ ਡਿਟੇਲਡ ਜਾਂ ਫਿਰ ਆਪਾਂ ਕਹੀਏ ਇੰਟੈਂਸਿਵ ਜਾਂ ਫਿਰ ਆਪਾਂ ਕਹੀਏ इंटेंसिव इंटेंसिव स्टडी ਕਰਦੇ ਆ ਤੇ ਰੈਪਿਡ ਰੀਡਿੰਗ ਯਾਨੀ ਕਿ ਜਲਦੀ ਜਲਦੀ ਪੜਨਾ ਜਲਦੀ ਜਲਦੀ ਪੜਨਾ ਜਲਦੀ ਜਲਦੀ ਆਪਾਂ ਕਾਦੇ ਵਾਸਤੇ ਪੜ੍ਹਦੇ ਆ ਐਕਸਟੈਂਡਡ ਰੀਡਿੰਗ ਐਕਸਟੈਂਡਡ ਰੀਡਿੰਗ ਐਕਸਟੈਂਡਡ ਰੀਡਿੰਗ ਜਿਹੜੀ ਹੈਗੀ ਆ ਇਹ ਆਪਣਾ கரੈਕਟ ਆਨਸਰ ਹੈਗਾ ਰੈਪਿਡ ਰੀਡਿੰਗ ਜਿਹੜੀ ਹੁੰਦੀ ਹੈ ਉਹ ਦਾ ਪਰਪਸ ਐਕਸਟੈਂਡਡ ਰੀਡਿੰਗ ਯਾਨੀ ਕਿ ਜਲਦੀ ਜਲਦੀ ਕੁਝ ਨਾ ਕੁਝ ਪ੍ਰਿਵਿਊ ਲੈਣਾ ਕੁਝ ਨਾ ਕੁਝ ਮੇਨ ਆਈਡੀਆ ਐਕਸਟੈਂਡਡ ਰੀਡਿੰਗ ਜਿਹੜੀ ਹੈਗੀ ਹੈ ਆਪਣੇ ਕੋਲ ਮੈਨ ਆਈਡੀਆ ਲੈਣ ਵਾਸਤੇ ਹੁੰਦੀ ਹੈ ਮੈਨ ਆਈਡੀਆ ਮੈਨ ਆਈਡੀਆ ਲੈਣ ਵਾਸਤੇ ਹੁੰਦੀ ਹੈ मीनिंग ਸਮਝੇ ਬਿਨਾ मीनिंग ਸਮਝੇ ਬਿਨਾ ਤਾਂ ਨਹੀਂ ਪੜ ਸਕਦੇ ਬਟ ਮੈਨ ਆਈਡੀਆ ਆਪਾਂ ਹਰ ਚੀਜ਼ ਦਾ मीनिंग ਲੱਭਦੇ ਉਹਦੇ ਵਿੱਚ ਜਿਹੜੀ ਹੈਗੀ ਐਕਸਟੈਂਡਡ ਰੀਡਿੰਗ ਆਪਾਂ ਇੱਕ ਓਵਰਆਲ ਇੱਕ ਆਈਡੀਆ ਲੈ ਲੈਂਦੇ ਹਾਂ ਉਸ ਪੇਜਿਸ ਦਾ ਉਸ ਪੈਰਾਗ੍ਰਾਫ ਦਾ ਜਾਂ ਫਿਰ ਉਸ ਸਟੋਰੀ ਦਾ ਨੋਵਲ ਦਾ ਪੋਇਮ ਦਾ ਜੋ ਵੀ ਜਨਰਲ ਓਵਰਵਿਊ ਇੱਕ ਲੈ ਲੈਂਦੇ ਹਾਂ ਬਿਲਕੁਲ ਜੀ वाइल राइटिंग वन ऑफ द कोहेसिव डिवाइसिस यूजड इज कोहेसिव डिवाइस है इन्होंने एक कहड़ा है प्रेपोजिशन 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 इमेजरी इलेपसिस कंटेंट वर्ड्स हाँ जी कोहेसिव डिवाइस कोहेसिव डिवाइस को एंसवर जड़ा है सर सीकिंग एंसवर आएगा सीकिंग एनसवर नहीं सीकिंग इनफॉर्मेशन नहीं आएगा जी सिकिंग इंफॉर्मेशन नहीं आएगा उसका एक्सटेंडेड जो है रीडिंग वही आएगा रैपिड uh, रीडिंग जो है वो जनरल जनरल ओवरव्यू के लिए होती है जनरल ओवरव्यू यानी कि आपा मेन आईडिया एक वड्डा मोटा आईडिया लेने वास्ते जड़ी हैगी रैपिड रीडिंग करते हैं प्रीपोजिशन इमेजरी एलिप्सिस कंटेंट वर्ड्स हां जी कोहेसिव डिवाइस ਐਲਫਸਿਸ ਕੋਹੈਸਿਵ ਡਿਵਾਈਸ ਦਾ ਜਿਹਨੂੰ ਪਤਾ ਹੋਏਗਾ ਵੀ ਕੋਹੈਸਿਵ ਡਿਵਾਈਸ ਕੀ ਹੁੰਦੇ ਆ ਉਹੀ ਜਿਹੜਾ ਹੈਗਾ ਕੁਐਸਚਨ ਸਹੀ ਕਰੇਗਾ ਕੋਹੈਸਿਵ ਡਿਵਾਈਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਸੰਯੋਜਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਸੰਯੋਜਕ ਕੋਹੈਸਿਵ ਡਿਵਾਈਸ ਆਪਣੇ ਕੋਲ ਹੁੰਦੇ ਨੇ ਸੰਯੋਜਕ ਸੰਯੋਜਕ ਜਿਹੜੇ ਹੈਗੇ ਨੇ ਉਹ ਵਰਡਸ ਸੰਯੋਜਕ ਉਹ ਵਰਡਸ ਹੁੰਦੇ ਨੇ ਜਿਹੜੇ ਕਿ ਜਿਨ੍ਹਾਂ ਬਿਨਾ ਕੋਈ ਸੈਂਟੈਂਸ ਜਿਹੜਾ ਹੈਗਾ ਉਹ ਦਾ ਮੀਨਿੰਗ ਪੂਰਾ ਕੰਪਲੀਟ ਨਹੀਂ ਹੁੰਦਾ ਬਟ ਉਹ ਜਿਹੜੇ ਵਰਡਸ ਹੈਗੇ ਨੇ ਉਹਨਾਂ ਦਾ ਖੁਦ ਦਾ ਮੀਨਿੰਗ ਬਹੁਤ ਘੱਟ ਵਾਰੀ ਉਹਨਾਂ ਦਾ ਖੁਦ ਦਾ ਮੀਨਿੰਗ ਹੁੰਦਾ ਬਟ ਉਹਨਾਂ ਬਿਨਾ ਜਿਹੜਾ ਸੈਂਟੈਂਸ ਹੈ ਉਹਦਾ ਮੀਨਿੰਗ ਕੰਪਲੀਟ ਨਹੀਂ ਹੁੰਦਾ ਕੰਟੈਂਟ ਵਰਡ ਲੈਕਸਿਕਲ ਹਾਂਜੀ ਕੰਟੈਂਟ ਵਰਡ ਜਿਹੜੇ ਹੈਗੇ ਨੇ ਲੈਕਸਿਕਲ ਹੈਗੇ ਨੇ ਇਹਦਾ ਆਨਸਰ ਇਹਦਾ ਆਨਸਰ ਆਪਣੇ ਕੋਲ ਹੈਗਾ ਏ ਇਹ ਆਨਸਰ ਆਪਣੇ ਕੋਲ ਹੈਗਾ ਪ੍ਰੈਪੋਜੀਸ਼ਨਸ ਪ੍ਰੇਪੋਜੀਸ਼ਨਸ ਜਿਹੜੇ ਹੈਗੇ ਨੇ ਆਪਣੇ ਕੋਲ ਪ੍ਰੇਪੋਜੀਸ਼ਨਸ ਦੇ ਆਪਣੇ ਕੋਲ ਜਿਹੜੇ ਹੈਗੇ ਨੇ ਕੰਜੰਕਸ਼ਨਸ ਆਪਣੇ ਕੋਲ ਜਿਹੜੇ ਕੰਜੰਕਸ਼ਨਸ ਜਾਂ ਆਪਣੇ ਕੋਲ ਆਪਣੇ ਕੋਲ ਜਿਹੜੇ ਡਿਟਰਮੀਨਰਸ 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 ਵੀ ਜਿਹੜੇ ਹੈਗੇ ਨੇ ਉਹ ਸਾਰੇ ਆਪਣੇ ਕੋਲ ਕੋਹੇਸਿਵ ਡਿਵਾਈਸਿਸ ਹੈਗੇ ਨੇ ਇਮੇਜਰੀ ਇਮੇਜਰੀ ਦੀ ਗੱਲ ਕਰੀਏ ਇਮੇਜਰੀ ਦੀ ਜੇ ਗੱਲ ਕਰੀਏ ਆਪਾਂ ਇਮੇਜਰੀ ਦੀ ਇਮੇਜਰੀ ਆਪਾਂ ਪਹਿਲਾਂ ਇੱਕ ਕੁਐਸਚਨ ਕਰਿਆ ਸੀ ਜਿਹਦੇ ਵਿੱਚ ਆਪਣਾ ਅਨਸਰ ਸੀ ਡਿਸਕ੍ਰਿਪਟਿਵ ਡਿਸਕ੍ਰਿਪਟਿਵ ਟੈਕਨੀਕ ਤੇ ਇਮੇਜਰੀ ਉਹੀ ਟੈਕਨੀਕ ਹੈਗੀ ਹੈ ਜਿਹਦੇ ਜਿਹਦੇ ਵਿੱਚ ਆਪਾਂ ਜਿਹੜਾ ਰਾਈਟਰ ਜਿਹੜਾ ਹੈਗਾ ਰਾਈਟਰ ਜਿਹੜਾ ਹੈਗਾ ਉਹ ਉਹ ਇੱਕ ਪੈਰਾਗ੍ਰਾਫ ਦੇ ਵਿੱਚ ਇੱਕ ਪਲੇਸ ਨੂੰ ਇਸ ਤਰੀਕੇ ਨਾਲ ਡਿਸਕ੍ਰਾਈਬ ਕਰਦਾ ਹੈ ਕਿ ਉਸ ਪਲੇਸ ਦੀ ਇਮੇਜ ਆਪਣੇ ਮਾਈਂਡ ਦੇ ਵਿੱਚ ਬਣ ਜਾਂਦੀ ਹੈ ਕਿਸੇ ਪਲੇਸ ਜਾਂ ਕਿਸੇ ਥਿੰਗ ਕਿਸੇ ਚੀਜ਼ ਜਾਂ ਕਿਸੇ ਪਲੇਸ ਨੂੰ ਜਿਹੜਾ ਹੈ ਇਸ ਤਰੀਕੇ ਨਾਲ ਡਿਸਕ੍ਰਾਈਬ ਕਰਨਾ ਕਿ ਉਸ ਦੀ ਇਮੇਜ ਜਿਹੜਾ ਹੈਗਾ ਰੀਡਰ ਜਿਹੜਾ ਰੀਡਰ ਹੈ ਉਸ ਦੀ ਜਿਹੜਾ ਰੀਡਰ ਹੈ ਉਸ ਦੀ ਉਸ ਦੇ ਦਿਮਾਗ ਦੇ ਵਿੱਚ ਜਿਹੜੀ ਹੈਗੀ ਉਸ ਦੀ ਇੱਕ ਇਮੇਜ ਬਣ ਜਾਵੇ ਇਲੈਪਸਿਸ ਆਪਾਂ ਗੱਲ ਕਰੀ ਸੀ ਪਹਿਲਾਂ ਇੱਕ ਕੁਐਸਚਨ ਆਇਆ ਸੀ ਇਲੈਪਸਿਸ ਜਿਹੜੀ ਹੈਗੀਆਂ ਇਹ ਤਿੰਨ ਡੋਟਸ ਜਿਹੜੀਆਂ ਛੱਡੀਆਂ ਜਾਂਦੀਆਂ ਨੇ ਇਹ ਇਲੈਪਸਿਸ ਹੁੰਦੀ ਹੈ ਸਰ ਸਰ ਗਿਆ ਲਾ ਲੈਪਸਿਸ ਜਿਹੜੀ ਹੈਗੀ ਐ ਤਿੰਨ ਡਾਟਸ ਹੁੰਦੀਆਂ ਨੇ ਕੰਟੈਂਟ ਵਰਡਸ ਕੰਟੈਂਟ ਵਰਡਸ ਆਪਣੇ ਕੋਲ ਹੈਗੇ ਨੇ ਕੰਟੈਂਟ ਕੰਟੈਂਟ ਵਰਡਸ ਦੀ ਗੱਲ ਕਰੀਏ ਕੰਟੈਂਟ ਵਰਡਸ ਆਪਣੇ ਕੋਲ ਜਿਹੜੇ ਜਿਹੜੇ ਆਪਣੇ ਨਾਉਨਸ ਜਿਹੜੇ ਆਪਣੇ ਨਾਉਨਸ ਪ੍ਰੋਨਾਉਨਸ ਜਿਹੜੇ ਆਪਣੇ ਨਾਉਨਸ ਪ੍ਰੋਨਾਉਨਸ ਐਡਜੈਕਟਿਵਸ 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 ਐਡਵਰਬਸ ਐਡਵਰਬਸ ਜਾਂ ਫਿਰ ਮੇਨ ਵਰਬਸ ਜਾਂ ਫਿਰ ਮੇਨ ਵਰਬਸ ਮੇਨ ਵਰਬਸ ਜਿਹੜੀ ਹੁੰਦੀਆਂ ਨੇ ਇਹ ਸਾਰੇ ਆਪਣੇ ਕੋਲ ਕੰਟੈਂਟ ਵਰਡ ਇਹ ਸਾਰੇ ਆਪਣੇ ਕੋਲ ਕੰਟੈਂਟ ਵਰਡਸ ਹੁੰਦੇ ਨੇ ਇਮੇਜਿਨ ਕਰਕੇ ਲਿਖਣਾ ਇਮੇਜਿਨ ਕਰਕੇ ਲਿਖਣਾ ਤਾਂ ਹੁੰਦਾ ਹੀ ਹੈ ਜੀ ਬਟ ਇਮੇਜਰੀ ਜਿਹੜੀ ਹੈਗੀ ਹੈ ਉਸ ਦੇ ਵਿੱਚ ਇਸ ਤਰੀਕੇ ਨਾਲ ਕਿਸੇ ਚੀਜ਼ ਆ ਕਿਸੇ ਜਗ੍ਹਾ ਨੂੰ ਡਿਸਕ੍ਰਾਈਬ ਕੀਤਾ ਜਾਂਦਾ ਹੈ ਕਿ ਜਿਹੜਾ ਪੜਨ ਵਾਲਾ ਉਸ ਦੇ ਦਿਮਾਗ ਦੇ ਵਿੱਚ ਉਸ ਚੀਜ਼ ਜਾਂ ਉਸ ਜਗ੍ਹਾ ਦੀ ਇੱਕ ਇਮੇਜ ਬਣਦੀ ਹੈ ਜਿਵੇਂ ਕਿ ਜਿਵੇਂ ਕਿ ਮੰਨ ਲਓ ਆਪਾਂ ਕਿਸੇ ਸ਼ਹਿਰ ਗਏ ਤੇ ਉੱਥੇ ਆਪਾਂ ਚੰਡੀਗੜ੍ਹ ਰੋਜ ਰੋਇ ਗਾਰਡਨ ਜਿਹੜਾ ਹੈਗਾ ਰੋਜ ਗਾਰਡਨ ਰੋਜ ਗਾਰਡਨ ਜਿਹੜਾ ਹੈਗਾ ਉਸ ਦੀ ਆਪਾਂ ਇਹ ਸਾਰੀ ਜਿਹੜੀ ਸਪੈਸੀਫਿਕ ਡਿਟੇਲ ਹੈਗੀ ਹੈ ਰੋਜ ਗਾਰਡਨ ਦੀ ਇਹੋ ਜੀ ਇਹੋ ਜੀ ਡਿਟੇਲ ਆਪਾਂ ਇੱਕ 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 ਪੈਰਾਗ੍ਰਾਫ ਜਾਂ ਇੱਕ ਪੇਜ ਦੇ ਉੱਤੇ ਇਹੋ ਜੀ ਹੀ ਇੱਕ ਡਿਸਕ੍ਰਾਈਬ ਕਰੀਏ ਰੋਜ ਗਾਰਡਨ ਨੂੰ ਲਿਖ ਕੇ ਕਿ ਜਿਹੜਾ ਪੜ੍ਹੇ ਉਹਨੂੰ ਐਵੇਂ ਲੱਗੇ ਵੀ ਰੋਜ ਗਾਰਡਨ ਮੇਰੇ ਅੱਖਾਂ ਦੇ ਸਾਹਮਣੇ ਹੈਗਾ ਹੈ एलेप्सिस ਜਿਹੜਾ ਹੈਗਾ ਰਿਲੇਟਡ ਟੂ ਮੀਨਿੰਗ ਸੈਂਟੈਕਸ ਹਾਂਜੀ ਹਾਂਜੀ ਇਲਿਪਸਿਸ ਜਿਹੜਾ ਹੈਗਾ ਮੀਨਿੰਗ ਦੇ ਨਾਲ ਰਿਲੇਟਡ ਹੈਗਾ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਦਾ ਅਕਵਾਇਰਡ ਸਿਸਟਮ ਔਰ ਐਕਵੀਜ਼ੀਸ਼ਨ ਆਫ ਅ ਲੈਂਗੁਏਜ ਇਜ਼ ਦਾ ਅਕਵਾਇਰਡ ਸਿਸਟਮ ਔਰ ਐਕਵੀਜ਼ੀਸ਼ਨ ਆਫ ਦਾ ਲੈਂਗੁਏਜ ਇਜ਼ ਫਾਰਮਲ ਸਕਿਲ ਡਿਵੈਲਪਮੈਂਟ ਸਬਕੌਨਸ਼ੀਅਸ ਪ੍ਰੋਸੈਸ ਆਫ ਲਰਨਿੰਗ ਇਨਪੁਟ ਆਉਟਪੁਟ ਪ੍ਰੋਸੈਸ ਸੈਲਫ ਮੋਨਿਟਰਿੰਗ ਆਫ ਲਰਨਿੰਗ ਹਾਂਜੀ ਆਨਸਰਸ ਸਬਕੌਨਸ਼ੀਅਸ ਪ੍ਰੋਸੈਸ ਸਬਕੌਨਸ਼ੀਅਸ ਪ੍ਰੋਸੈਸ ਆ ਰਿਹਾ ਹੈ ਆਨਸਰ ਬੀ ਫਿਰ ਤੋਂ ਆਨਸਰ ਆਇਆ ਫਿਰ ਤੋਂ ਬੀ ਆਨਸਰ ਹੈਗਾ ਅਕਵਾਇਰਡ ਸਿਸਟਮ ਜਾਂ ਫਿਰ ਐਕਵਿਜੀਸ਼ਨ ਜਿਹੜਾ ਹੈਗਾ ਲੈਂਗੁਏਜ ਦਾ ਉਹ ਕੀ ਚੀਜ਼ ਹੈਗੀ ਆ ਸਬਕੌਨਸ਼ੀਅਸ ਪ੍ਰੋਸੈਸ ਆਫ ਲਰਨਿੰਗ ਫਾਰਮਲ ਸਕਿੱਲ ਡਿਵੈਲਪਮੈਂਟ ਇਨਪੁਟ ਆਊਟਪੁਟ ਜਾਂ ਸੈਲਫ ਮੋਨੀਟਰਿੰਗ ਆਫ ਲਰਨਿੰਗ ਬੀ ਤੇ ਡੀ ਆਇਆ ਆਨਸਰ ਇੱਕ ਫਿਰ ਡੀ ਆਇਆ ਆਨਸਰ ਬੀ ਆਇਆ ਬੀ ਫਿਰ ਤੋਂ ਆਨਸਰ ਹੈਗਾ ਬੀ ਫਿਰ ਤੋਂ ਆਨਸਰ ਹੈਗਾ ਬੀ ਹੀ ਆਪਣੇ ਕੋਲ கரੈਕਟ ਆਨਸਰ ਵੀ ਹੈਗਾ ਇਹਦਾ ਬੀ ਹੀ ਆਪਣੇ ਕੋਲ கரੈਕਟ ਆਨਸਰ ਹੈਗਾ ਸਬਕੌਂਸ਼ੀਅਸ ਐਕ્ਵਿਜ਼ੀਸ਼ਨ ਦੀ ਜਦੋਂ ਗੱਲ ਆਏਗੀ ਐਕ્ਵਿਜ਼ੀਸ਼ਨ ਦੀ ਜਦੋਂ ਵੀ ਗੱਲ ਆਏਗੀ ਤਾਂ ਉਹ ਸਬਕੌਂਸ਼ੀਅਸ ਪ੍ਰੋਸੈਸ ਆਫ ਲਰਨਿੰਗ ਹੋਏਗੀ ਐਕ્ਵਿਜ਼ੀਸ਼ਨ ਦੀ ਜਦੋਂ ਵੀ ਗੱਲ ਆਏਗੀ ਐਕ્ਵਿਜ਼ੀਸ਼ਨ ਦੀ ਜਦੋਂ ਵੀ ਗੱਲ ਆਏਗੀ ਤਾਂ ਉਹ ਜਿਹੜੀ ਹੈਗੀ ਐ ਫਰਸਟ ਲੈਂਗੁਏਜ ਫਰਸਟ ਲੈਂਗੁਏਜ ਦੀ ਗੱਲ ਹੋਏਗੀ ਫਰਸਟ ਲੈਂਗੁਏਜ ਫਰਸਟ ਲੈਂਗੁਏਜ ਦੀ ਗੱਲ ਹੋਏਗੀ ਲੈਂਗੁਏਜ ਅਕਵਾਇਰ ਕਰਦੇ ਆਪਾਂ ਫਰਸਟ ਲੈਂਗੁਏਜ ਦੇ ਨਾਲ ਜੜੀ ਹੈਗੀ ਵਰਕਿੰਗ ਵੋਕੈਬਲਰੀ ਇਜ਼ ਵਰਕਿੰਗ ਵੋਕੈਬਲਰੀ ਇਹਨਾਂ ਵਿੱਚੋਂ ਇੱਕ ਚੀਜ਼ ਹੈਗੀ ਹੈ ਐਕਟਿਵ ਪੈਸਿਵ ਰਿਕਗਨੀਸ਼ਨ ਔਰ ਨਨ ਵਰਕਿੰਗ ਵੋਕੈਬਲਰੀ ਹੈਗੀ ਹੈ ਜੇ ਇਹਨਾਂ ਵਿੱਚੋਂ ਇੱਕ ਓਨਲੀ ਸਬਕੌਂਸ਼ੀਅਸ ਹਾਂਜੀ ਸਬਕੌਂਸ਼ੀਅਸ ਕੌਂਸ਼ੀਅਸ ਹੋ ਕੇ ਜਦੋਂ ਕਰਾਂਗੇ ਤਾਂ ਉਹ ਸੈਕੰਡ ਜਿਹੜੀ ਹੈਗੀ ਹੈ ਲੈਂਗੁਏਜ ਹੋਏਗੀ ਤੇ ਉਹ ਲਰਨਿੰਗ ਪ੍ਰੋਸੈਸ ਹੋਏਗੀ ਐਕੋਜੀਸ਼ਨ ਪ੍ਰੋਸੈਸ ਨਹੀਂ ਹੋਏਗੀ। اے ਅਨਸਰ اے ਅਨਸਰ ਵਰਕਿੰਗ ਵੋਕੈਬਲਰੀ ਇਜ ਜਿਹੜੀ ਹੈਗੀ ਹੈ ਆਪਣੀ ਐਕਟਿਵ ਵੋਕੈਬਲਰੀ ਹੈਗੀ ਆ ਬਿਲਕੁਲ ਬਿਲਕੁਲ ਜੀ ਆਪਣੀ ਜਿਹੜੀ ਹੈਗੀ ਹੈ ਅ ਐਕਟਿਵ ਵੋਕੈਬਲਰੀ ਹੈਗੀ ਹੈ ਤੇ ਪੈਸਿਵ ਵੋਕੈਬਲਰੀ ਜਿਹੜੀ ਹੈਗੀ ਆ ਉਸ ਉਸ ਦਾ ਹੀ ਦੁਜੇ ਨਾਲ ਔਰ ਸਦਾ ਹੈ ਦੂਜਾ ਨਾਮ ਰਿਕੋਗਨੀਸ਼ਨ ਵੋਕੇਬ ਵੀ ਹੈਗਾ ਪੈਸਿਵ ਵੋਕੇਬਲਰੀ ਦਾ ਦੂਜਾ ਨਾਮ ਰਿਕੋਗਨੀਸ਼ਨ ਵੋਕੇਬ ਹੈਗਾ ਐਕਟਿਵ ਵੋਕੇਬਲਰੀ ਦਾ ਦੂਜਾ ਨਾਮ ਵਰਕਿੰਗ ਵੋਕੇਬ ਹੈਗਾ ਇਹ ਗੱਲ ਤੁਸੀਂ ਨੋਟ ਕਰਨੀ ਹੈ ਐਕਟਿਵ ਵੋਕੇਬਲਰੀ ਦਾ ਨਾਮ ਵਰਕਿੰਗ ਵੋਕੇਬਲਰੀ ਵੀ ਹੈਗਾ ਪੈਸਿਵ ਦਾ ਨਾਮ ਰਿਕੋਗਨੀਸ਼ਨ ਵੀ ਹੈਗਾ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਬੁੱਕ ਟੇਬਲ ਗੁੱਡ ਬੈਡ ਆਰ ਇਹ ਜਿਹੜਾ ਹੈਗਾ ਇਹ ਜਿਹੜੇ ਵਰਡਸ ਹੈਗੇ ਨੇ ਚਾਰ ਇਹ ਕਿਸ ਚੀਜ਼ ਦੀਆਂ ਐਗਜ਼ਾਮਪਲਸ ਹੈਗੀਆਂ ਨੇ ਫੰਕਸ਼ਨ ਵਰਡਸ ਕੰਟੈਂਟ ਵਰਡਸ ਸਬਸਟੀਟਿਊਟ ਵਰਡਸ ਔਰ ਐਂਟੋਨਿਮਸ ਫੰਕਸ਼ਨ ਵਰਡਸ ਕੰਟੈਂਟ ਵਰਡਸ ਸਬਸਟੀਟਿਊਟ ਵਰਡਸ ਔਰ ਐਂਟੋਨਿਮਸ ਹਾਂਜੀ ਆਨਸਰ ਬੁੱਕ ਟੇਬਲ ਗੁੱਡ ਬੈਡ ਬੁੱਕ ਟੇਬਲ ਗੁੱਡ ਬੈਡ ਇਹ ਜਿਹੜੇ ਵਰਡ ਹੈਗੇ ਨੇ ਕਿਸ ਚੀਜ਼ ਦੀਆਂ ਐਗਜ਼ਾਮਪਲਸ ਹੈਗੀਆਂ ਨੇ ਬੁੱਕ ਟੇਬਲ ਬੁੱਕ ਟੇਬਲ ਫੰਕਸ਼ਨ ਵਰਡਸ ਫੰਕਸ਼ਨ ਵਰਡਸ content word substitute words for antonyms c ਕਰ ਰਹੇ ਨੇ answer d ਵੀ ਕਰ ਰਹੇ ਨੇ a ਵੀ ਕਰ ਰਹੇ ਨੇ b ਕਰ ਰਹੇ ਨੇ d ਕਰ ਰਹੇ ਨੇ ਫਿਰ ਤੋਂ d ਕਰ ਰਹੇ ਨੇ b d c ਮਿਕਸਡ ਅਨਸਰ ਆ ਰਹੇ ਨੇ ਯਾਨੀ ਕਿ ਐ ਤੁਹਾਨੂੰ ਅਨਸਰ ਕੁਐਸਚਨ ਜਿਹੜਾ ਹੈਗਾ ਸਮਝ ਨਹੀਂ ਲੱਗਿਆ ਇੱਕ ਵਾਰੀ ਆਪਣੀ ਕਲਾਸ ਫੇਰ ਸ਼ੇਅਰ ਕਰ ਦਿਓ ਸਮਝਾ ਦਿੰਨਾ ਬਹੁਤ ਵਧੀਆ ਸਮਝਾਉਂਗਾ ਬੁੱਕ ਟੇਬਲ ਗੁੱਡ ਬੈਡ ਇਹ ਜਿਹੜੇ ਆਪਣੇ ਕੋਲ ਵਰਡਸ ਹੈਗੇ ਨੇ ਇਹ ਜਿਹੜੇ ਆਪਣੇ ਕੋਲ ਵਰਡਸ ਹੈਗੇ ਨੇ ਸਾਰੇ ਕੰਟੈਂਟ ਵਰਡਸ ਹੈਗੇ ਨੇ ਕੰਟੈਂਟ ਵਰਡਸ ਕੰਟੈਂਟ ਵਰਡਸ ਹੈਗੇ ਨੇ ਇਹ ਜਿਹੜੇ ਆਪਣੇ ਕੋਲ ਵਰਡਸ ਹੈਗੇ ਨੇ ਕੰਟੈਂਟ ਵਰਡਸ ਕੰਟੈਂਟ ਵਰਡ ਬਾਰੇ ਤੁਹਾਨੂੰ ਦੱਸਿਆ ਸੀ ਵੀ ਜਾਂ ਕੋਈ ਨਾਉਨ ਹੋਏਗਾ ਨਾਉਨ ਹੋਇਆ ਕੋਈ ਪ੍ਰੋਨਾਉਨ ਹੋਇਆ ਕੋਈ ਐਡਜੈਕਟਿਵ ਐਡਵਰਬ ਹੋਇਆ ਤਾਂ ਉਹ ਜਿਹੜਾ ਹੁੰਦਾ ਹੈ ਕੰਟੈਂਟ ਵਰਬਡ ਕੰਟੈਂਟ ਵਰਡ ਹੁੰਦਾ ਹੈ ਫੰਕਸ਼ਨ ਵਰਡ ਕਿਹੜੇ ਹੁੰਦੇ ਨੇ ਫਿਰ ਫੰਕਸ਼ਨ ਵਰਡ ਕਿਹੜੇ ਹੁੰਦੇ ਨੇ ਫੰਕਸ਼ਨ ਵਰਡ ਆਪਣੇ ਕੋਲ ਹੈਗੇ ਨੇ ਡਿਟਰਮੀਨਰਸ ਫੰਕਸ਼ਨਲ ਵਰਡ ਆਪਣੇ ਕੋਲ ਹੈਗੇ ਨੇ ਡਿਟਰਮੀਨਰਸ ਡਿਟਰਮੀਨਰਸ ਹੋ ਗਏ ਆਪਣੇ ਕਨਜੰਕਸ਼ਨਸ ਆਪਣੇ ਜਿਹੜੇ ਕਨਜੰਕਸ਼ਨਸ ਹੈਗੇ ਨੇ ਇਹ ਵੀ ਆਪਣੇ ਜਿਹੜੇ ਹੈਗੇ ਨੇ ਫੰਕਸ਼ਨਲ ਵਰਡਸ ਹੈਗੇ ਨੇ ਫੰਕਸ਼ਨਲ ਵਰਡਸ ਹੈਗੇ ਨੇ ਪ੍ਰੀਪੋਜੀਸ਼ਨਸ ਜਿਹੜੀਆਂ ਹੈਗਿਆ ਨੇ ਇਹ ਵੀ ਆਪਣੇ ਫੰਕਸ਼ਨਲ ਵਰਡਸ ਹੈਗੇ ਨੇ ਯਾਨੀ ਕਿ ਇਹਨਾਂ ਵਰਡ ਦਾ ਸੈਂਟੈਂਸ ਦੇ ਵਿੱਚ ਕੁਝ ਨਾ ਕੁਝ ਫੰਕਸ਼ਨ ਰਹਿੰਦਾ ਜਿਹੜਾ ਜਿਨ੍ਹਾਂ ਨਾਲ ਕੇ ਸੈਂਟੈਂਸ ਦਾ ਮੀਨਿੰਗ ਬਣਦਾ ਕੰਟੈਂਟ ਵਰਡ ਯਾਨੀ ਕਿ ਇਹ ਜਿਹੜੇ ਹੈਗੇ ਨੇ ਇਹ ਇਹ ਜਿਹੜੇ ਹੈਗੇ ਨੇ ਇਹੋ ਜਿਹੜੇ ਕੰਟੈਂਟ ਵਰਡਸ ਹੁੰਦੇ ਨੇ ਉਹ ਸੈਂਟੈਂਸ ਦਾ ਇੱਕ ਬਹੁਤ ਅਹਿਮ ਹਿੱਸਾ ਹੁੰਦੀਆਂ ਨੇ ਉਹ ਜਿਹੜੇ ਹੈਗੇ ਨੇ ਉਹ ਇੱਕ ਸੈਂਟੈਂਸ ਦਾ ਬਹੁਤ ਅਹਿਮ ਹਿੱਸਾ ਹੁੰਦੇ ਨੇ ਤੇ ਫੰਕਸ਼ਨ ਵਰਡਸ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਸ ਦੇ ਵਿੱਚ ਜੋੜ ਕੇ ਸਾਰੇ ਸੈਂਟੈਂਸ ਦਾ मीनिंग ਬਣਾਉਣ ਦੇ ਕੰਮ ਆਉਂਦੇ ਨੇ ਇਸ ਤਰੀਕੇ ਨਾਲ ਇਹਨਾਂ ਨੂੰ ਜਿਹੜਾ ਹੈਗਾ ਕੀਤਾ ਗਿਆ ਹੈ ਕਲਾਸੀਫਾਈਡ ਸਬਸਟੀਟਿਊਟ ਵਰਡਸ ਸਬਸਟੀਟਿਊਟ ਵਰਡਸ ਦਾ ਸਬਸਟੀਟਿਊਸ਼ਨ ਦਾ मीनिंग ਹੈਗਾ ਕਿ ਆਪਾਂ ਕਿਸੇ ਦੀ ਵਰਡ ਦੀ ਥਾਂ ਕੋਈ ਹੋਰ ਵਰਡ ਯੂਜ਼ ਕਰ ਲਈਏ ਇਹਨਾਂ ਨੂੰ ਆਪਾਂ ਸਿੰਪਲ ਜਿਹੀ ਜੇ ਆਪਣੀ ਲੈਂਗੁਏਜ ਦੇ ਵਿੱਚ ਕਹੀਏ ਤਾਂ ਇਹਨਾਂ ਨੂੰ ਆਪਾਂ ਸਿਨੋਨਿਮਸ ਕਹਿ ਸਕਦੇ ਆ ਜਿਹੜੇ ਸਬਸਟੀਟਿਊਟ ਵਰਡ ਜਗ੍ਹਾ ਤੇ ਨੇ ਉਹ ਸਿਨੋਨੀਮਸ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਐਂਟੋਨੀਮਸ ਜਿਹੜੇ ਕਿ ਉਲਟ ਐਂਸਰ ਨਹੀਂ ਹੁੰਦਾ ਵੀ ਸਾਈਲੈਂਟ ਹੁੰਦਾ ਐਂਸਰ ਚ ਜਿੰਨ ਦਾ ਆਪਣਾ ਇੱਕ ਹੀ ਮੀਨਿੰਗ ਹੁੰਦਾ ਹੈ ਚੇਂਜ ਨਹੀਂ ਕੀਤਾ ਜਾ ਸਕਦਾ ਕਿਹੜਾ ਨਹੀਂ ਜੀ ਕੰਟੈਂਟ ਵਰਡਸ ਜਿਹੜੇ ਹੈਗੇ ਨੇ ਇਹ ਇਹਨਾਂ ਦੇ ਇੱਕ ਵਰਡ ਦੇ ਕਈ ਮੀਨਿੰਗ ਵੀ ਹੋ ਸਕਦੇ ਨੇ ਉਹ ਵੀ ਆਪਣੇ ਕੋਲ ਕੁਐਸਚਨਸ ਬਣੇ ਹੋਏ ਨੇ ਕਿਵੇਂ मीनिंग्स ਜਿਹੜੇ ਹੈਗੇ ਨੇ ਫੰਕਸ਼ਨ ਵਰਡ ਅਕੋਰਡਿੰਗ ਟੂ ਸਿਚੁਏਸ਼ਨ मीनिंग ਟੂ ਚੇਂਜ मीनिंग ਚੇਂਜ ਹੋ ਜਾਂਦਾ ਹੈ ਫੰਕਸ਼ਨ ਵਰਡ ਦਾ मीनिंग ਚੇਂਜ ਨਹੀਂ ਹੁੰਦਾ ਜੀ ਕੰਟੈਂਟ ਵਰਡ ਦਾ ਜਿਹੜਾ ਹੈਗਾ मीनिंग ਚੇਂਜ ਹੁੰਦਾ ਹੈ ਦਾ ਫੰਕਸ਼ਨ ਵਰਡ ਦਾ मीनिंग ਚੇਂਜ ਜਿਹੜਾ ਹੈਗਾ ਉਹ ਫੰਕਸ਼ਨ ਵਰਡ ਹੋਵੇ ਭਾਵੇਂ ਜਿਹੜਾ ਕੰਟੈਂਟ ਵਰਡ ਹੋਵੇ ਸਭ ਦਾ ਹੁੰਦਾ ਹੈ ਹਰ ਵਰਡ ਦਾ ਜਿਹੜਾ मीनिंग ਹੈਗਾ ਉਹ ਜਿਹੜਾ ਹੈਗਾ ਚੇਂਜ ਕੰਟੈਕਸਟ ਦੇ ਅਕੋਰਡਿੰਗ ਹੁੰਦਾ ਹੈ ਉਹ ਆਪਣੇ ਕੋਲ ਇੱਕ ਵੱਖਰਾ ਆਪਣੇ ਕੋਲ ਕੁਐਸਚਨਸ ਉਹ ਵੀ ਬਣੇ ਹੋਏ ਨੇ ਉਹ ਵੀ ਆਪਾਂ ਗੱਲਾਂ ਕਰਾਂਗੇ ਕੰਬਾਈਨਿੰਗ ਆਫ ਮੂਵਮੈਂਟ ਅਬਿਲਿਟیز ਵਿਦ ਅਕੈਡੈਮਿਕਸ ਸੱਚ ਐਸ ਸਪੀਕਿੰਗ ਅ ਲੈਂਗੁਏਜ ਇਜ਼ ਰੈਫਰਡ ਟੂ ਏਜ ਕੰਬਾਈਨਿੰਗ ਏ ਮੂਵਮੈਂਟ ਕੰਬਾਈਨ ਕਰਨਾ ਹੈ ਮੂਵਮੈਂਟ ਅਬਿਲਿਟیز ਨੂੰ ਅਕੈਡੈਮਿਕਸ ਦੇ ਨਾਲ ਤੇ ਇਹ ਜਿਹੜੀ ਕੰਬਾਈਨਿੰਗ ਹੋਏਗੀ ਇਹ ਫਿਰ ਕੀ ਚੀਜ਼ ਹੋਏਗੀ ਕognitive ਸਕਿਲਸ ਹੋਣਗੀਆਂ ਅਫੈਕਟਿਵ ਸਕਿਲਸ ਹੋਣਗੀਆਂ ਮੋਟਰ ਪਰਸੈਪਸ਼ਨ ਸਕਿਲਸ ਹੋਣਗੀਆਂ ਜਾਂ ਫਿਰ ਇੰਟਰੈਕਸ਼ਨ ਸਕਿਲਸ ਹੋਣਗੀਆਂ ਜਾਂ ਫਿਰ ਇੰਟਰੈਕਸ਼ਨ ਸਕਿਲਜ ਹੋਣਗੀਆਂ ਸੀ ਤੇ ਡੀ ਅਨਸਰਸ ਆਰ ਐਨ ਐਸ ਸੀ ਤੇ ਡੀ ਫਿਰ ਤੋਂ ਸੀ ਅਨਸਰ ਆਇਆ ਹੈ ਇਹ ਸੀ ਅਨਸਰ ਆਇਆ ਡੀ ਅਨਸਰ ਵੀ ਆਇਆ ਹੈ ਆਪਣੇ ਕੋਲ ਜਿਹੜਾ ਹੈਗਾ ਸੱਚ ਐਜ਼ ਸਪੀਕਿੰਗ ਅ ਲੈਂਗੁਏਜ ਸੱਚ ਐਜ਼ ਸਪੀਕਿੰਗ ਅ ਲੈਂਗੁਏਜ ਸੀ ਤੇ ਡੀ ਸੀ ਤੇ ਡੀ ਸੀ ਤੇ ਡੀ ਜਿਹੜਾ ਅਨਸਰ ਆਇਆ ਹੈ ਕੰਬਾਈਨਿੰਗ ਆਪਣੇ ਕੋਲ ਇਹਦਾ ਜਿਹੜਾ ਹੈਗਾ கரੈਕਟ ਆਨਸਰ ਮੋਟਰ ਪਰਸੈਪਸ਼ਨ ਮੋਟਰ ਪਰਸੈਪਸ਼ਨ ਸਕਿਲਸ ਹੈਗੀਆਂ ਨੇ ਮੋਟਰ ਪਰਸੈਪਸ਼ਨ ਸਕਿਲਸ ਮੋਟਰ ਪਰਸੈਪਸ਼ਨ ਯਾਨੀ ਕਿ ਮੋਟਰ ਪਰਸੈਪਸ਼ਨ ਜਿਹੜੀਆਂ ਸਕਿਲਸ ਹੈਗੀਆਂ ਨੇ ਉਹਦੇ ਵਿੱਚ ਉਹਦੇ ਵਿੱਚ ਆਪਣੇ ਆਪਣੇ ਜਿਹੜੇ ਹੈਗੇ ਨੇ ਆਪਣਾ ਬਾਡੀ ਮੂਵਮੈਂਟ ਵੀ ਹੁੰਦੀ ਹੈ ਇਹਦੇ ਵਿੱਚ ਬਾਡੀ ਮੂਵਮੈਂਟ ਬਾਡੀ ਮੂਵਮੈਂਟ ਵੀ ਹੁੰਦੀ ਹੈ ਤੇ ਬਾਡੀ ਮੂਵਮੈਂਟ ਜਿਵੇਂ ਕਿ ਆਪਾਂ ਇੱਕ ਐਗਜ਼ਾਮਪਲ ਲਈਏ ਜਿਵੇਂ ਕਿ ਆਪਾਂ ਇੱਕ ਐਗਜ਼ਾਮਪਲ ਲਈਏ ਕਿ ਹੈਂਡ ਆਈ ਕੋਆਰਡੀਨੇਸ਼ਨ ਹੈਂਡ ਆਈ ਕੋਆਰਡੀਨੇਸ਼ਨ ਕੋਆਰਡੀਨੇਸ਼ਨ ਜਿਵੇਂ ਕਿ ਹੈਂਡ ਆਈ ਕੋਆਰਡੀਨੇਸ਼ਨ ਜਦੋਂ ਆਪਾਂ ਹੈਂਡ ਆਈ ਕੋਆਰਡੀਨੇਸ਼ਨ ਬੱਚਿਆਂ ਨੂੰ ਸਿਖਾਉਂਦੇ ਆ ਜਾਂ ਬੱਚਾ ਸਿੱਖਦਾ ਹੈ ਤਾਂ ਆਪਾਂ ਉਸ ਨੂੰ ਏ ਬਣਾਉਣਾ ਸਿਖਾਉਂਦੇ ਆ ਜਾਂ ਫਿਰ ਇਹ ਵਾਲਾ ਏ ਬਣਾਉਣਾ ਸਿਖਾਉਂਦੇ ਆ ਜਾਂ ਫਿਰ ਬੀ ਇਹ ਬਣਾਣੀ ਸਿਖਾਉਂਦੇ ਆ ਜਾਂ ਏ ਬਣਾਣੀ ਸਿਖਾਉਂਦੇ ਆ ਤਾਂ ਉਹ ਜਿਹੜੀ ਮੂਵਮੈਂਟ ਅਬਿਲਿਟੀ ਹੈਗੀਆਂ ਨੇ ਉਸ ਉਸ ਦਾ ਉਹ ਜਿਹੜਾ ਆਪਣੇ ਹੈਂਡਸ ਯੂਜ਼ ਕਰਦਾ ਇਸ ਤਰੀਕੇ ਨਾਲ ਮੂਵਮੈਂਟ ਅਬਿਲਿਟੀ ਜਿਹੜੀ ਹੈਗੀਆਂ ਨੇ ਉਹ A ਤੇ B ਨਾਲ ਅਕੈਡਮਿਕਸ ਨਾਲ ਜਿਹੜੀਆਂ ਹੈਗੀਆਂ ਨੇ ਕੰਬਾਈਨ ਕਰਦਾ ਤਾਂ ਉਹ ਜਿਹੜੀ ਆਪਣੀ ਸਕਿੱਲ ਹੈਗੀ ਆ ਉਹ ਮੋਟਰ ਪਰਸੈਪਸ਼ਨ ਸਕਿੱਲ ਹੈਗੀ ਹੈ ਉਹ ਆਪਣੀ ਮੋਟਰ ਪਰਸੈਪਸ਼ਨ ਸਕਿੱਲ ਹੈਗੀ ਆ ਕოგਨੀਟਿਵ ਸਕਿੱਲਸ ਆਪਣੇ ਕੋਲ ਕਿਹੜੀਆਂ ਹੈਗੀਆਂ ਨੇ ਕოგਨੀਟਿਵ ਸਕਿੱਲਸ ਆਪਣੇ ਕੋਲ ਕਿਹੜੀਆਂ ਹੈਗੀਆਂ ਨੇ ਨ ਜਿਹੜੀਆਂ ਕਿ ਆਪਾਂ ਸੈਂਸਸ ਨਾਲ ਸਿੱਖਦੇ ਹੈਗੇ ਇਫੈਕਟਿਵ ਸੈਂਸ ਸਕਿਲਸ ਇਫੈਕਟਿਵ ਸਕਿਲਸ ਗਿਆਨੇ ਆਪਣੇ ਕੋਲ ਸੈਂਸਸ ਤੋਂ ਆਪਾਂ ਜਿਹੜੀਆਂ ਸੈਂਸਸ ਸੈਂਸਸ ਤੋਂ ਜਿਹੜੀਆਂ ਆਪਾਂ ਸਿੱਖਦੇ ਆ ਕognitive ਸਕਿਲਸ ਕਿਹੜੀਆਂ ਹੈਗੀਆਂ ਨੇ ਕognitive ਸਕਿਲਸ ਰਿਲੇਟਡ ਕognitive ਤੇ ਇਫੈਕਟਿਵ ਕognitive ਸੋਰੀ ਇਹਦੇ ਵਿੱਚ ਜਿਹੜਾ ਹੈਗਾ ਕੋਗਨੀਟਿਵ ਸਕਿਲਸ ਜਿਹੜੀਆਂ ਹੈਗੀਆਂ ਨੇ ਇਹ ਹੈਗੀਆਂ ਨੇ ਸੈਂਸਸ ਇਹ ਹੈਗੀਆਂ ਨੇ ਸੈਂਸਸ ਨਾਲ ਤੇ ਇਫੈਕਟਿਵ ਜਿਹੜੀਆਂ ਹੈਗੀਆਂ ਨੇ ਇਹ ਹੈਗੀਆਂ ਨੇ ਇਮੋਸ਼ਨਸ 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 ਨਾਲ ਜਿਹੜੀਆਂ ਆਪਣੇ ਰਿਲੇਟਡ ਇੰਟਰੈਕਸ਼ਨ ਸਕਿਲ ਜਾਨੀ ਕਿ ਆਪਾਂ ਕੁਝ ਗੱਲਬਾਤ ਡਿਸਕਸਨਸ ਡਿਬੇਟਸ ਡਿਸਕਸਨਸ ਡਿਬੇਟਸ ਇਹਦੇ ਵਿੱਚ ਆਪਣੇ ਕੋਲ ਇਹ ਆ ਗਿਆ ਡਿਸਕਸਨਸ ਡਿਬੇਟਸ ਵਗੈਰਾ ਇਹ ਜਿਹੜਾ ਸਾਰਾ ਕੁਝ ਆ ਗਿਆ ਆਪਣਾ ਡਿਬੇਟਸ ਏ ਸਾਰਾ ਕੁਝ ਆਪਣਾ ਇੰਟਰੈਕਸ਼ਨ ਸਕਿਲਸ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਇਫੈਕਟਿਵ ਜਿਹੜਾ ਹੈਗਾ ਇਮੋਸ਼ਨਸ ਸਿੰਟੈਕਸ ਇਜ਼ ਦਾ ਸਟਡੀ ਆਫ ਸਿੰਟੈਕਸ ਜਿਹੜਾ ਹੈਗਾ ਉਹ ਕਿਸ ਚੀਜ਼ ਦੀ ਸਟਡੀ ਹੈਗੀ ਹੈ ਵਰਡ ਫਾਰਮੇਸ਼ਨ ਸੈਂਟੈਂਸ ਫਾਰਮੇਸ਼ਨ मीनिंग ਔਰ ਸਾਊਂਡ ਸਟਡੀ ਹਾਂਜੀ ਸਿੰਟੈਕਸ ਜਿਹੜਾ ਹੈਗਾ ਉਹ ਕਿਸ ਚੀਜ਼ ਦੀ ਸਟਡੀ ਹੈਗੀ ਹੈ ਇਹ ਅਨਸਰ ਆਇਆ ਹੈ ਵਰਡ ਫਾਰਮੇਸ਼ਨ ਸੈਂਟੈਂਸ ਫਾਰਮੇਸ਼ਨ मीनिंग ਔਰ ਸਾਊਂਡ ਸਟਡੀ ਔਰ ਸਾਊਂਡ ਸਟੱਡੀ ਬੀ ਅਨਸਰ ਆਇਆ ਹੈ ਬੀ ਅਨਸਰ ਬਹੁਤ ਵਧੀਆ ਬਹੁਤ ਵਧੀਆ ਅਨਸਰ ਆ ਰਹੇ ਨੇ ਬਹੁਤ ਵਧੀਆ ਅਨਸਰਸ ਆ ਰਹੇ ਨੇ ਬਲੂਮ ਟੈਕਸਨੋਮੀ ਕognitive affective psychomotor ਹਾਂਜੀ ਬਲੂਮ ਟੈਕਸਨੋਮੀ ਬਲੂਮ ਨੇ ਜਿਹੜੇ ਹੈਗੇ ਨੇ ਤਿੰਨ ਦੱਸੇ ਸੀ ਬੀ ਬੀ ਅਨਸਰ ਏ ਅਨਸਰ ਸਿੰਟੈਕਸ ਸਿੰਟੈਕਸ ਦੀ ਗੱਲ ਹੋ ਰਹੀ ਹੈ ਜੀ ਸਿੰਟੈਕਸ 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 ਦੀ ਜਦੋਂ ਵੀ ਗੱਲ ਹੋਏਗੀ ਆਪਣਾ ਅਨਸਰ ਹੋਏਗਾ ਸੈਂਟੈਂਸ ਫਾਰਮੇਸ਼ਨ ਸਿੰਟੈਕਸ ਦੀ ਜਦੋਂ ਵੀ ਗੱਲ ਹੋਏਗੀ ਆਪਣਾ ਅਨਸਰ ਹੋਏਗਾ ਸੈਂਟੈਂਸ ਫਾਰਮੇਸ਼ਨ ਸੈਂਟੈਂਸ ਫਾਰਮੇਸ਼ਨ ਸੈਂਟੈਂਸ ਫਾਰਮੇਸ਼ਨ ਸਿਮੈਂਟਿਕਸ ਦੀ ਗੱਲ ਹੋਏਗੀ ਤਾਂ मीनिंग ਉਹਦਾ ਹੋਏਗਾ ਸਿਮੈਂਟਿਕਸ ਇਹ ਆਪਣਾ ਕੋਲ ਹੋਏਗਾ ਸਿਮੈਂਟਿਕਸ ਇਹ ਆਪਣੇ ਕੋਲ ਹੋਏਗਾ ਸਿਮੈਂਟਿਕਸ ਸਾਊਂਡਸ ਦੀ ਗੱਲ ਜਦੋਂ ਗੱਲ ਹੋਏਗੀ ਆਪਣੇ ਕੋਲ ਹੋਏਗਾ ਫੋਨੋਲੋਜੀ ਆਪਣੇ ਕੋਲ ਹੋਏਗਾ ਫੋਨੋਲੋਜੀ ਫੋਨੋਲੋਜੀ ਉਹਦੇ ਵਿੱਚ ਇੱਕ ਵਰਡ ਆਏਗਾ ਵਰਡ ਫਾਰਮੇਸ਼ਨ ਦੀ ਜਦੋਂ ਗੱਲ ਹੋਏਗੀ ਆਪਣੇ ਕੋਲ ਹੋਏਗਾ ਇੱਕ ਵਰਡ ਮੋਰਫੋਲੋਜੀ ਆਪਣੇ ਕੋਲ ਹੋਏਗਾ ਮੋਰਫੋਲੋਜੀ ਮੋਰਫੋਲੋਜੀ ਜਿਹੜੀ ਹੈਗੀ ਹੈ ਉਹ ਆਪਣੇ ਵਰਡ ਫਾਰਮੇਸ਼ਨ ਦੀ ਇਹ ਹੈਗੀ ਹੈ ਮੋਰਫੋਲੋਜੀ ਜਿਹੜਾ ਇੱਕ ਵਰਡ ਹੈਗਾ ਵਾ ਮੋਰਫੋਲੋਜੀ ਜੇ ਤੁਹਾਨੂੰ ਕੋਈ ਵਰਡ ਆਏਗਾ ਤਾਂ ਉਹ ਰਿਲੇਟਡ ਹੋਏਗਾ ਵਰਡ ਫਾਰਮੇਸ਼ਨ ਦੀ ਸਟਡੀ ਮੋਰਫੋਲੋਜੀ ਆਪਾਂ ਦੱਸਦੇ ਹਾਂ ਮੋਰਫੋਲੋਜੀ ਆਪਾਂ ਨੂੰ ਇਹ ਦੱਸਦੀ ਹੈ ਵੀ ਆਪਾਂ ਜਿਹੜੇ ਹੈਗੇ ਨੇ ਵਰਡਸ ਵਰਡਸ ਜਾਂ ਫਿਰ ਵਰਡਸ ਵਰਡਸ ਜਾਂ ਫਿਰ ਫਰੇਜ਼ਸ ਵਰਡਸ ਜਾਂ ਫਿਰ ਫਰੇਜ਼ਸ ਕਿਵੇਂ ਫਾਰਮ ਕਰਦੇ ਆ ਵਰਡਸ ਜਾਂ ਫਰੇਜ਼ਸ ਜਿਹੜੇ ਹੈਗੇ ਨੇ ਆਪਾਂ ਕਿਵੇਂ ਬਣਾਉਂਦੇ ਆ ਹਾਂਜੀ ਮੋਰਫੋਲੋਜੀ ਜਿਹੜੀ ਹੈਗੀ ਆ ਮੋਰਫੀਮਸ ਇਹ ਹੈਗੀ ਆ ਆਪਣੇ ਕੋਲ ਮੋਰਫੀਮ ਇਹ ਹੈਗੀ ਆ ਮੋਰਫੀਮ ਫੋਨੋਲੋਜੀ ਸਾਉਂਡ ਸਟੱਡੀ ਜਿਹੜੀ ਹੈਗੀ ਆ ਸਾਉਂਡ ਸਟੱਡੀ ਹੈਗੀ ਆ ਨੇਮਸ ਇਹ ਹੈਗੀ ਆ ਆਪਣੇ ਕੋਲ ਨੇਮਸ ਇਹ ਆਪਣੇ ਕੋਲ ਹੈਗੀ ਆ ਫਨੇਮਸ ਇਹ ਆਪਣੇ ਕੋਲ ਹੈਗੀ ਆ ਫਨੇਮਸ ਸਿੰਟੈਕਸ ਜਿਹੜੀ ਹੈਗੀ ਆ ਸੈਂਟੈਂਸ ਫਾਰਮੇਸ਼ਨ ਦੀ ਸਟੱਡੀ ਹੈ ਸੈਂਟੈਂਸ ਆਪਾਂ ਨੂੰ ਕਿਵੇਂ ਬਣਾਉਣਾ ਹੈ ਸਿੰਪਲ ਸੈਂਟੈਂਸ ਆਪਣੇ ਇੰਗਲਿਸ਼ ਲੈਂਗੁਏਜ ਦਾ ਐਵੇਂ ਬਣਾਉਣਾ ਹੁੰਦਾ ਹੈ ਬਸ ਸਿੰਟੈਕਸ ਜਿਹੜਾ ਹੈਗਾ ਇਹ ਕਹਿੰਦਾ ਵੀ ਸੈਂਟੈਂਸ ਸੈਂਟੈਂਸ ਜਦੋਂ ਬਣਾਣਾ ਇੱਕ ਸਬਜੈਕਟ ਹੋਣੀ ਚਾਹੀਦੀ ਹੈ ਵਰਬ ਹੋਣਾ ਚਾਹੀਦਾ ਤੇ ਆਬਜੈਕਟ ਹੋਣਾ ਚਾਹੀਦਾ ਜਦੋਂ मीनिंग ਸਿਮੈਂਟਿਕਸ ਇਹਦੀ ਗੱਲ ਕਰੇਗਾ ਤਾਂ ਸਿਮੈਂਟਿਕਸ ਇਹ ਕਹੇਗਾ ਵੀ ਸੈਂਟੈਂਸ ਜਿਹੜਾ ਸਬਜੈਕਟ ਵਰਬ ਤੇ ਆਬਜੈਕਟ ਹੈਗੇ ਨੇ ਉਹਨਾਂ ਦੇ मीनिंग ਇਕੱਠਾ ਹੋ ਕੇ ਇਹ ਜਿਹੜਾ ਸੈਂਟੈਂਸ ਬਣੇਗਾ ਉਸ ਸੈਂਟੈਂਸ ਦਾ मीनिंग ਹੋਣਾ ਚਾਹੀਦਾ ਤੇ ਇਹ ਜਿਹੜੇ ਵਰਡਸ ਹੋਣਗੇ ਇਹਨਾਂ ਦੇ ਵੀ मीनिंग ਹੋਣੇ ਚਾਹੀਦੇ ਨੇ ਮੋਰਫੋਲੋਜੀ ਮੋਰਫੋਲੋਜੀ ਆਪਾਨੂੰ ਇਹ ਦੱਸੇਗੀ ਵੀ ਕੋਈ ਵਰਡ ਜਿਹੜਾ ਹੈਗਾ ਆਪਾਂ ਕਿਵੇਂ ਬਣਾਇਆ ਕੋਈ ਵਰਡ ਮੋਰਫਮ ਮੋਰਫਮ ਜਿਹੜੇ ਹੈਗੇ ਨੇ ਆਪਾਂ ਜਿਵੇਂ ਕਹੀਏ ਮੋਰਫਮਸ ਨੂੰ ਸ਼ਬਦ ਆਪਣੇ ਹੈਗੇ ਨੇ ਸ਼ਬਦ ਫਨੇਮਸ ਜਿਹੜੇ ਆਪਣੇ ਹੈਗੇ ਨੇ ਧੁਨੀ ਫਨਮਸ ਜਿਹੜੇ ਹੈਗੇ ਨੇ ਆਪਣੇ ਧੁਨੀ ਜਾਂ ਫਿਰ ਦਵਨੀ ਜਿਹਨੂੰ ਆਪਾਂ ਹਿੰਦੀ 'ਚ ਕਹੀਏ ਮੋਰਫਮਸ ਆਪਣੇ ਹੈਗੇ ਨੇ ਸ਼ਬਦ हाँ जी नैक्सट अपना क्वेश्चन है देयर आर टाइप कहते समोलैसट यूनिट आफ मीनिंग हाँ जी मीनिंग मीनिंग फुल यूनिट है मीनिंग फुल मीनिंग फुल यूनिट है यूनिट दो टाइप के होंगे ने ए आया एंसर ए आया है दो टाइप के होंगे ने दो टाइप के होंगे ने बिलकुल बिल्कुल बिल्कुल, बिल्कुल ਇਹ ਜਿਹੜੇ ਕੁਐਸਚਨਸ ਹੈਗੇ ਨੇ ਇਹ ਸ਼ੇਅਰ ਕਰਨ ਵਾਲੇ ਕੁਐਸਚਨਸ ਹੁਣ ਆਪਾਂ ਤੁਹਾਨੂੰ ਕਰਵਾ ਰਹੇ ਹਾਂ ਮੋਰਫੀਮਸ ਮੋਰਫੀਮਸ ਜਿਹੜੇ ਹੈਗੇ ਨੇ ਟੂ ਟਾਈਪਸ ਦੇ ਮੋਰਫੀਮਸ ਹੁੰਦੇ ਨੇ ਟੂ ਟਾਈਪਸ ਦੇ ਮੋਰਫੀਮ ਹੁੰਦੇ ਨੇ ਰੂਟ ਵਰਡ ਇਜ਼ ਕਾਲਡ ਸਾਰਾ ਕੋਈ ਸਾਰੇ ਸ਼ਬਦ ਜਿਹੜੇ ਵੀ ਵਰਡ ਹੈਗੇ ਨੇ ਉਹ ਸਾਰੇ ਹੀ ਮੋਰਫੀਮਸ ਹੈਗੇ ਨੇ ਜਿਹੜੇ ਵਰਡ ਹੈਗੇ ਨੇ ਉਹ ਸਾਰੇ ਮੋਰਫੀਮਸ ਹੈਗੇ ਨੇ ਮੋਰਫੀਮਸ ਆਪਣੇ ਕੋਲ ਕਿਹੜੇ ਕਿਹੜੇ ਹੁੰਦੇ ਨੇ ਬਾਉਂਡ ਬਾਉਂਡ ਮੋਰਫੀਮ ਬਾਉਂਡ ਮੋਰਫੀਮ ਐਂਡ ਫਰੀ ਮੋਰਫੀਮ ਐਂਡ ਫਰੀ ਮੋਰਫੀਮ ਐਂਡ ਫਰੀ ਮੋਰਫੀਮ ਹੁਣ ਫਰੀ ਮੋਰਫੀਮ ਤਾਂ ਉਹ ਹੈਗੇ ਨੇ ਫਰੀ ਮੋਰਫੀਮ ਉਹ ਸ਼ਬਦ ਹੈਗੇ ਨੇ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਗੱਲ ਕਰਦੇ ਆਂ ਕਿ ਅਸਾਰਥਕ ਤੇ ਨਿਰਾਰਥਕ ਸ਼ਬਦ ਹੁੰਦੇ ਨੇ ਜਿਵੇਂ ਕਿ ਆਪਾਂ ਗੱਲ ਕਰੀਏ ਬਾਉਂਡ ਮੋਰਫੀਮ ਆਪਣੇ ਕੋਲ ਹੋਗੇ ਨਿਰਾਰਥਕ ਨਿਰਾਰਥਕ ਸ਼ਬਦ ਨਿਰਾਰਥਕ ਸ਼ਬਦ ਜਿਹੜੇ ਇਹ ਹੈਗੇ ਨੇ ਇਹ ਆਪਣੇ ਕੋਲ ਹੋਗੇ ਸਾਰਥਕ ਇਹ ਆਪਣੇ ਕੋਲ ਹੋਗੇ ਸਾਰਥਕ ਸ਼ਬਦ ਇਹ ਆਪਣੇ ਕੋਲ ਸਾਰਥਕ ਸ਼ਬਦ ਹੋਗੇ ਮੋਰਫੀਮ ਜਿਹੜੇ ਹੈਗੇ ਨੇ ਬਾਉਂਡ ਤੇ ਫਿਰ ਦੋ ਟਾਈਪ ਦੇ ਹੁੰਦੇ ਨੇ ਮੋਰਫੀਮ ਜਿਹੜੇ ਹੈਗੇ ਨੇ ਪਲੀਅਰ ਦਾ ਡਿਫਰੈਂਸ ਬਿਟਵੀਨ ਮੋਰਫਮ ਐਂਡ ਫਨੇਮ ਮੋਰਫਮ ਐਂਡ ਫਨੇਮ ਕਰਦੇ ਆ ਜੀ ਬਿਲਕੁਲ ਬਿਲਕੁਲ ਬਫਰਿੰਗ ਕਰ ਰਹੀ ਹੈ ਕੋਈ ਗੱਲ ਨਹੀਂ ਜੀ ਸਹੀ ਹੋ ਗਈ ਜੀ ਬਾਉਂਡ ਮੋਰਫਮਸ ਉਹ ਹੈਗੇ ਨੇ ਜਿਹੜੇ ਨਿਰਾਰਥਕ ਸ਼ਬਦ ਹੈਗੇ ਨੇ ਜਿਵੇਂ ਜਿਵੇਂ ਆਪਣੇ ਕੋਲ ਅਨ ਅਨ ਆਪਾਂ ਯੂਜ਼ ਕਰਦੇ ਆ ਯਾਨੀ ਕਿ ਸਫਿਕਸ ਸਫਿਕਸ ਤੇ ਪ੍ਰੀਫਿਕਸ ਅਗੇਤਰ ਪਿਛੇਤਰ ਜਿਹੜੇ ਆਪਾਂ ਯੂਜ਼ ਕਰਦੇ ਹੈਗੇ ਆ ਉਹ ਆਪਣੇ ਬਾਉਂਡ ਮੋਰਫਮਸ ਹੈਗੇ ਨੇ ਜਿਵੇਂ ਅਨ ਇਮ ਤੇ ਐਨ ਲੈ ਅਬਲ ਲੈਸ ਇਹ ਵਾਲੇ ਜਿਹੜੇ ਹੈਗੇ ਨੇ ਬਾਉਂਡ ਮੋਰਫੀਮਸ ਹੈਗੇ ਨੇ ਤੇ ਫਰੀ ਮੋਰਫੀਮਸ ਆਪਾਂ ਕੋਈ ਵੀ ਵਰਡ ਲਿਖੀਏ ਉਹ ਆਪਣਾ ਫਰੀ ਮੋਰਫੀਮ ਹੈਗਾ ਜਿਵੇਂ ਬੁੱਕ ਸਿਟ ਗੈਟ ਇਹ ਆਪਣੇ ਹੈਗੇ ਨੇ ਫਰੀ ਮੋਰਫੀਮਸ ਹੈਪੀ ਹੈਪੀ ਲਿਖੀਏ ਜੇ ਆਪਾਂ ਲਿਖੀਏ ਹੈਪੀ ਇਹ ਆਪਣਾ ਹੈਗਾ ਫ੍ਰੀ ਮੋਰਫੀਮ ਤੇ ਜੇ ਆਪਾਂ ਲਿਖੀਏ ਅਨ ਹੈਪੀ ਜੇ ਆਪਾਂ ਲਿਖੀਏ ਅਨ ਹੈਪੀ ਤਾਂ ਫਿਰ ਇਹਦੇ ਵਿੱਚ ਆਪਣੇ ਕੋਲ ਦੋਨੇ ਮੋਰਫੀਮਸ ਯੂਜ਼ ਹੈਗੇ ਨੇ ਇਹ ਆਪਣਾ ਬਾਉਂਡ ਮੋਰਫੀਮ ਤੇ ਇਹ ਆਪਣਾ ਫ੍ਰੀ ਮੋਰਫੀਮ ਇਹ ਆਪਣਾ ਫ੍ਰੀ ਮੋਰਫੀਮ ਸਹੀ ਹੈਗਾ ਫ੍ਰੀ ਮੋਰਫੀਮ ਮੋਰਫੀਮ ਜਿਹੜਾ ਹੈਗਾ ਸਮੋਲੇਸਟ मीनिंगफुल ਯੂਨਿਟ ਇਹਨਾਂ ਦਾ ਬਾਉਂਡ ਮੋਰਫੀਮ ਜਿਹੜੇ ਹੈਗੇ ਨੇ ਐਨ ਦਾ ਮੀਨਿੰਗ ਹੁੰਦਾ ਬਟ ਆਪ ਦਾ ਮੀਨਿੰਗ ਨਹੀਂ ਹੁੰਦਾ ਬਾਉਂਡ ਮੋਰਫੀਮ ਜਿਹੜੇ ਹੈਗੇ ਨੇ ਮੋਰਫੀਮ ਜਿਹੜਾ ਹੈਗਾ ਸਮੋਲੇਸਟ ਇਹ ਜਿਹੜਾ ਆਪਣੇ ਕੋਲ ਹੈਗਾ ਸਮੋਲੇਸਟ मीनिंगफुल ਸਮੋਲੇਸਟ ਆਪਣੇ ਕੋਲ मीनिंगफुल मीनिंगਫੁਲ ਯੂਨਿਟ ਇਸ ਨੂੰ ਆਪਾਂ ਇਸ ਤਰੀਕੇ ਨਾਲ ਲਿਖਣਾ ਹੈ ਸਮੋਰਫੀਮ ਜਿਹੜਾ ਹੈਗਾ ਸਮੋਲੇਸਟ मीनिंगਫੁਲ ਯੂਨਿਟ ਹੈਗਾ ਹੁਣ ਬਾਉਂਡ ਮੋਰਫੀਮ ਜਿਹੜਾ ਹੈਗਾ ਉਸ ਦਾ ਮੀਨਿੰਗ ਤਾਂ ਹੈਗਾ ਬਟ ਕੱਲੇ ਦਾ ਮੀਨਿੰਗ ਨਹੀਂ ਹੈਗਾ ਬਟ ਇਕੱਲੇ ਦਾ ਮੀਨਿੰਗ ਨਹੀਂ ਹੈਗਾ ਉਸ ਦਾ ਮੀਨਿੰਗ ਕਿਸੇ ਦੇ ਨਾਲ ਆਏਗਾ ਤਾਂ ਉਸ ਦਾ ਮੀਨਿੰਗ ਹੋਏਗਾ ਇਸ ਲਈ ਜਿਹੜੇ ਮੋਰਫੀਮ ਹੁਣ ਹਣ ਤੁਸੀਂ ਕਹਿੰਦੇ ਸੀ ਫਨੇਮ ਫਨੇਮ ਜਿਹੜਾ ਹੈਗਾ ਫਨੇਮ ਆਪਣੇ ਕੋਲ ਹੈਗੇ ਨੇ ਦੁਨੀਆਂ ਫਨੇਮ ਆਪਾਂ ਦੁਨੀਆਂ ਜੇ ਦੁਨੀਆਂ ਦੁਨੀਆਂ ਸਭ ਤੋਂ ਪਹਿਲੇ ਦੁਨੀਆਂ ਹੁੰਦੀਆਂ ਨੇ ਦੁਨੀਆਂ ਤੋਂ ਸ਼ਬਦ ਬਣਦੇ ਨੇ ਤੁਨੇ ਜੜੀ ਹੈਗੀ ਆ ਤੁਨੇ ਜੜੀ ਹੈਗੀ ਆ ਉਹ ਸਭ ਤੋਂ ਛੋਟੀ ਇਕਾਈ ਹੈਗੀ ਹੈ ਉਹ ਸਭ ਤੋਂ ਛੋਟੀ ਸਮੋਲੇਸਟ ਯੂਨਿਟ ਸਮੋਲੇਸਟ ਯੂਨਿਟ ਆਫ ਲੈਂਗੁਏਜ ਤੁਨੇ ਜੜੀ ਹੈਗੀ ਆ ਉਹ ਕਿਸੇ ਵੀ ਲੈਂਗੁਏਜ ਕਿਸੇ ਵੀ ਲੈਂਗੁਏਜ ਦੀ ਤੁਨੇ ਹੋਏਗੀ ਉਹ ਉਸ ਲੈਂਗੁਏਜ ਦੀ ਸਭ ਤੋਂ ਛੋਟੀ ਇਕਾਈ ਸਭ ਤੋਂ ਛੋਟੀ ਇਕਾਈ ਹੋਵੇਗੀ ਹਾਂਜੀ ਜਿੰਨਾ ਦਾ ਮੀਨਿੰਗ ਬਾਉਂਡ ਮੋਰਫਿਮ ਜਿਹੜੇ ਹੈਗੇ ਨੇ ਇਹਨਾਂ ਦਾ ਮੀਨਿੰਗ ਇਕੱਲੇ ਦਾ ਮੀਨਿੰਗ ਨਹੀਂ ਹੁੰਦਾ ਬਟ ਜਦੋਂ ਇਹ ਫਰੀ ਮੋਰਫਿਮ ਨਾਲ ਜੁੜ ਜਾਂਦੇ ਆ ਤਾਂ ਇਹਨਾਂ ਦਾ ਮੀਨਿੰਗ ਬਣ ਜਾਂਦਾ ਹੈ ਬਾਉਂਡ ਮੋਰਫਿਮਸ ਉਹ ਹੁੰਦੇ ਨਹੀਂ ਨੇ ਨੇਮ ਜਿਹੜੇ ਹੈਗੇ ਆ ਉਹ ਸਮੋਲੇਸਟ ਯੂਨਿਟ ਹੈਗੀ ਆ ਸਿੰਪਲੀ ਸਮੋਲੇਸਟ ਯੂਨਿਟ ਆਵੇ ਤਾਂ ਆਪਣਾ ਆਂਸਰ ਫਨੇਮ ਹੈਗਾ ਸਮੋਲੇਸਟ मीनिंगਫੁਲ ਯੂਨਿਟ ਆਵੇ ਤਾਂ ਆਪਣਾ ਆਂਸਰ ਮੋਰਫਿਮ ਹੈਗਾ ਨੈਕਸਟ ਆਪਣੇ ਆਪਣੇ ਆਪਣੀ ਜਿਹੜੀ ਅਕੈਡਮੀ ਹੈ ਉਸਨੇ ਇੱਕ WhatsApp ਗਰੁੱਪ ਬਣਾਇਆ ਹੋਇਆ ਹੈ ਆਪਣੀ ਅਕੈਡਮੀ ਨੇ WhatsApp ਗਰੁੱਪ ਬਣਾਇਆ ਹੋਇਆ ਹੈ ਉਸ WhatsApp ਗਰੁੱਪ ਦੇ ਵਿੱਚ ਤੁਹਾਡੇ ਵਿੱਚੋਂ ਕੋਈ ਇਹ ਜੁਆਇਨ ਹੋਣ ਦਾ ਚਾਹਵਾਨ ਹੋਵੇ ਤਾਂ ਆਪਣਾ ਨੇਮ ਜੈਂਡਰ ਐਗਜ਼ਾਮ ਐਂਡ ਸਿਟੀ ਜਿਹੜੇ ਹੈਗੇ ਨੇ ਆ ਜਿਵੇਂ ਆਪਣਾ ਪਰਫਾਰਮਾ ਬਣਿਆ ਹੋਇਆ ਐਸੇ ਤਰੀਕੇ ਨਾਲ ਤੁਸੀਂ ਲਿਖ ਕੇ ਇਸ ਨੰਬਰ ਦੇ ਉੱਤੇ ਸੈਂਡ ਕਰਨਾ ਹੈ ਤੇ ਬॉयਲ ਤੇ ਗਰਲ ਦਾ ਵੱਖਰਾ ਵੱਖਰਾ ਵੱਖਰੇ ਵੱਖਰੇ ਗਰੁੱਪ ਬਣੇ ਹੋਏ ਨੇ ਰੋਟੀ ਰਾਟੀ ਵਿੱਚ ਜਿਹੜਾ ਰੋਟੀ ਹੈਗਾ ਉਹ ਉਹ ਆਪਣਾ ਐਮ ਹੈਗਾ ਜਿਹੜਾ ਫ੍ਰੀ ਮੋਫਿਮ ਤੇ ਰਾਟੀ ਜਿਹੜਾ ਹੈਗਾ ਬਾਉਂਡ ਮੋਫਿਮ ਬਿਲਕੁਲ ਬਿਲਕੁਲ ਜੀ ਇਹੋ ਜਿਹਾ ਵਰਡ ਇੰਡੀਵਿਜੂਅਲ ਸਟਾਈਲ ਆਫ ਲੈਂਗੁਏਜ ਯੂਜਸ ਇਜ਼ ਕਾਲਡ ਕਹਿੰਦਾ ਵੀ ਕੋਈ ਇੰਡੀਵਿਜੂਅਲ 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 ਯੂਜ ਇੰਡੀਵਿਜੂਅਲ ਸਟਾਈਲ ਇੰਡੀਵਿਜੂਅਲ ਸਟਾਈਲ ਮੀਨਸ ਕਿ ਇੰਡੀਵਿਜੂਅਲ ਕੋਈ ਵੀ ਬੰਦਾ ਜਿਹੜਾ ਹੈਗਾ ਸਾਰੇ ਸਾਰੇ ਜਣੇ ਜਿਹੜੇ ਹੈਗੇ ਨੇ ਉਹ ਇੱਕੋ ਹੀ ਲੈਂਗੁਏਜ ਨੂੰ ਆਪਣੇ ਆਪਣੇ ਤਰੀਕੇ ਨਾਲ ਯੂਜ਼ ਕਰਦੇ ਨੇ ਉਹਨਾਂ ਦਾ ਆਪਣਾ ਇੱਕ ਸਟਾਈਲ ਹੁੰਦਾ ਉਸ ਨੂੰ ਕੀ ਕਿਹਾ ਜਾਂਦਾ ਡਾਇਲੈਕਟ ਆਈਡੀਓਲੈਕਟ ਰੈਜਿਸਟਰ ਔਰ ਕ੍ਰਿਓਲ ਡਾਇਲੈਕਟ ਆਈਡੀਓਲੈਕਟ ਰੈਜਿਸਟਰ ਔਰ ਕ੍ਰਿਓਲ ਹਾਂਜੀ ਇੰਡੀਵਿਜੂਅਲ ਸਟਾਈਲ ਆਫ ਲੈਂਗੁਏਜ ਯੂजेस ਇਜ਼ ਕਾਲਡ ਜਦੋਂ ਕੋਈ ਇਹ ਜਿਹੜਾ ਹੈਗਾ ਯੂਜ਼ ਕਰਨ ਵਾਲਾ ਜਿਹੜਾ ਹੈਗਾ ਉਸ ਦਾ ਆਪਣਾ ਇੱਕ ਇੰਡੀਵਿਜੂਅਲ ਸਟਾਈਲ ਹੁੰਦਾ ਹੈ ਡਾਇਲੈਕਟ ਆਈਡੀਓਲੈਕਟ ਰੈਜਿਸਟਰ ਔਰ ਕਰੀਓਲ ਡਾਇਲੈਕਟ ਫੋਨੇਮ ਇਹ ਆ ਆਨਸਰ ਸਮੋਲੇਸਟ ਯੂਨਿਟ ਆਫ ਮੀਨਿੰਗ ਸਾਊਂਡ ਦੈਟ ਡਿਸਟਿੰਗੁਇਸ਼ ਵਨ ਵਰਡ ਫਰਮ ਅਨਦਰ ਉਹ ਵੱਖਰਾ ਹੈਗਾ ਜੇ ਰਿੰਕੂ ਜੀ ਸਿਸਟਮ ਸਮੋਲੇਸਟ ਯੂਨਿਟ ਆਫ ਸਾਊਂਡ ਜਿਹੜਾ ਡਿਸਟਿੰਗੁਇਜ਼ ਕਰੇਗਾ ਤਾਂ ਉਹ ਆਪਣਾ ਮਿਨੀਮਲ ਪੇਅਰ ਜਿਹੜਾ ਹੈਗਾ ਆਪਾਂ ਗੱਲ ਕੀਤੀ ਸੀ ਕੰਟ੍ਰਾਸਟਿਵ ਵਰਡਸ ਉਹ ਹੁੰਦੇ ਨੇ ਜਦੋਂ ਇੱਕ ਸਾਊਂਡ ਤੋਂ ਜਿਹੜੇ ਹੈਗੇ ਨੇ ਸਟਰਕਚਰ ਚੇਂਜ ਹੁੰਦੇ ਨੇ ए आंसर डी आंसर ए आंसर रजिस्ट्रੈਂਸ ਪਰ ਆ ਰਿਹਾ ਹੈ ਡਾਇਲੈਕਟ ਇੰਡੀਵਿਜੂਅਲ ਸਟਾਈਲ ਆਫ ਲੈਂਗੁਏਜ ਯੂजेस ਇਜ ਹਾਂਜੀ 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 ਇਹਦਾ ਆਪਣੇ ਕੋਲ ਕਰੈਕਟ ਆਨਸਰ ਹੈਗਾ ਆਈਡਿਓਲੈਕਟ ਆਈਡਿਓਲੈਕਟ ਇੰਡੀਵਿਜੂਅਲ ਸਟਾਈਲ ਇੰਡੀਵਿਜੂਅਲ ਸਟਾਈਲ ਇੰਡੀਵਿਜੂਅਲ ਸਟਾਈਲ ਜਿਵੇਂ ਕਿ ਆਪਾਂ ਗੱਲ ਕਰੀਏ ਪੰਜਾਬੀ ਪੰਜਾਬੀ ਦੀ ਜੇ ਆਪਾਂ ਪੰਜਾਬੀ ਦੀ ਗੱਲ ਕਰੀਏ ਪੰਜਾਬੀ ਦੀ ਗੱਲ ਕਰੀਏ ਤਾਂ ਜਿਹੜੀ ਹੈਗੀ ਆ ਪੰਜਾਬੀ ਸਾਰੇ ਪੰਜਾਬ ਦੇ ਵਿੱਚ ਬੋਲੀ ਜਾਂਦੀ ਹੈ ਬਟ ਹਰ ਬੰਦਾ ਹਰ ਦੂਜਾ ਬੰਦਾ ਹਰ ਦੂਜਾ ਬੰਦਾ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਪੰਜਾਬੀ ਜਿਹੜਾ ਆਪਣੇ ਤਰੀਕੇ ਨਾਲ ਬੋਲਦਾ ਉਹ ਪੰਜਾਬੀ ਜਿਹੜੀ ਹੈਗੀ ਆਪਣੇ ਤਰੀਕੇ ਨਾਲ ਬੋਲਦਾ ਉਹ ਉਸ ਦਾ ਇੰਡੀਵਿਜੂਅਲ ਸਟਾਈਲ ਹੈਗਾ ਉਹ ਉਸ ਦਾ ਇੰਡੀਵਿਜੂਅਲ ਸਟਾਈਲ ਹੈਗਾ ਤੇ ਜਿਹੜਾ ਇੰਡੀਵਿਜੂਅਲ ਸਟਾਈਲ ਹੈਗਾ ਲੈਂਗੁਏਜ ਯੂਜ਼ ਕਰਨ ਦਾ ਉਸ ਨੂੰ ਆਪਾਂ ਕਹਿੰਦੇ ਆ ਆਈਡਿਓਲੈਕਟ ਉਸ ਨੂੰ ਆਪਾਂ ਉਸ ਨੂੰ ਆਪਾਂ ਕਹਿੰਦੇ ਆ ਆਈਡਿਓਲੈਕਟ ਉਸ ਨੂੰ ਆਪਾਂ ਜਿਹੜੇ ਅੱਗੇ ਆਈਡਿਓਲੈਕਟ ਕਹਿੰਦੇ ਆ ਆਈਡਿਓਲੈਕਟਸ ਜਦੋਂ ਜਦੋਂ ਬਹੁਤ ਸਾਰੇ ਆਈਡਿਓਲੈਕਟਸ ਮਿਲ ਜਾਂਦੇ ਨੇ ਜਦੋਂ ਬਹੁਤ ਸਾਰੇ ਆਈਡਿਓਲੈਕਟਸ ਆਈਡਿਓਲੈਕਟਸ ਮੀਨਸ ਕਿ ਜਿਵੇਂ ਕਿ ਡਾਇਲੈਕਟ ਡਾਇਲੈਕਟ ਫੇਰ ਉਹ ਬਹੁਤ ਸਾਰੇ ਆਈਡੀਓਲੈਕਟਸ ਮਿਲ ਕੇ ਇੱਕ ਡਾਇਲੈਕਟ ਬਣਾਉਂਦੇ ਨੇ ਸਭ ਤੋਂ ਪਹਿਲਾਂ ਆਈਡੀਓਲੈਕਟ ਹੁੰਦਾ ਹੈ ਆਈਡੀਓਲੈਕਟ ਮਿਲ ਕੇ ਇੱਕ ਡਾਇਲੈਕਟ ਬਣਾਉਂਦੇ ਨੇ ਡਾਇਲੈਕਟ ਹੁੰਦਾ ਹੈ ਇੱਕ ਰੀਜਨ ਇੱਕ ਇੱਕ ਖੇਤਰ ਵਿੱਚ ਬੋਲੀ ਜਾਣ ਵਾਲੀ ਵਿੱਚ ਬੋਲੀ ਜਾਣ ਵਾਲੀ ਵਿਚ ਬੋਲੀ ਜਾਣ ਵਾਲੀ ਬਸਾ ਦਾ ਪ੍ਰਕਾਰ ਜਿਵੇਂ ਕਿ ਪੰਜਾਬੀ ਦੇ ਆਪਣੇ ਬਹੁਤ ਸਾਰੇ ਡਾਇਲੈਕਟਸ ਹੈਗੇ ਨੇ ਜਿਵੇਂ ਕਿ ਪੰਜਾਬੀ ਦੇ ਵਿੱਚ ਆਪਣੇ ਬਹੁਤ ਸਾਰੇ ਡਾਇਲੈਕਟਸ ਹੈਗੇ ਨੇ ਮਾਝੀ ਮਲਵਈ ਪੋਠੋਹਾਰੀ ਦੋਆਬੀ ਵਗੈਰਾ ਉਸੇ ਤਰੀਕੇ ਨਾਲ ਜਿਹੜੇ ਏਰੀਆ ਵਿੱਚ ਜਿਹੜੇ ਏਰੀਆ ਵਿੱਚ ਜਿਹੜਾ ਜਿਹੜੀ ਬੋਲੀ ਜਾਂਦੀ ਹੈ ਜਿਹੜੀ ਪੰਜਾਬੀ ਬੋਲੀ ਜਾਂਦੀ ਹੈ ਉਸ ਏਰੀਆ ਦੀ ਉਹ ਡਾਇਲੈਕਟ ਲੈਂਗੁਏਜ ਹੈਗੀ ਹੈ ਡਾਇਲੈਕਟ ਲੈਂਗੁਏਜ ਹੈਗੀ ਹੈ ਇੱਕ ਖੇਤਰ ਦੇ ਵਿੱਚ ਜਿਹੜੀ ਆਪਣੀ ਲੈਂਗੁਏਜ ਦਾ ਜਿਹੜਾ ਹੈਗਾ ਇੱਕ ਕੋਈ ਖਾਸ ਰੂਪ ਬੋਲਿਆ ਜਾਂਦਾ ਹੈ ਉਹ ਉਸ ਲੈਂਗੁਏਜ ਦਾ ਡਾਇਲੈਕਟ ਹੁੰਦਾ ਹੈ ਤੇ ਉਸ ਉਸ ਲੈਂਗੁਏਜ ਨੂੰ ਇੱਕ ਇੰਡੀਵਿਜੂਅਲ ਜਿਹੜਾ ਹੈਗਾ ਉਹ ਆਪਣੇ ਹਿਸਾਬ ਨਾਲ ਜਾਂ ਆਪਣੇ ਜਿਹੜੇ ਹੈਗੇ ਨੇ ਸਟਾਈਲ ਨਾਲ ਜਿਹੜਾ ਉਸ ਦਾ ਸਟਾਈਲ ਹੁੰਦਾ ਉਸ ਦੇ ਨਾਲ ਬੋਲਦਾ ਯੂਜ਼ ਕਰਦਾ ਉਹ ਉਸ ਦਾ ਆਈਡੀਓਲੈਕਟ ਹੁੰਦਾ ਹੈ ਰਜਿਸਟਰ ਜਿਹੜਾ ਹੈਗਾ ਰਜਿਸਟਰ ਹੁੰਦਾ ਹੈ ਪ੍ਰੋਫੈਸ਼ਨਲ ਦੇ ਨਾਲ ਰਿਲੇਟਡ profession profession ਦੇ ਨਾਲ ਰਿਲੇਟਡ ਹੁੰਦੀ ਹੈ ਜਿਵੇਂ ਡਾਕਟਰਸ ਦੀ ਵੱਖਰੀ ਪ੍ਰੋਫੈਸ਼ਨਲ ਵੋਕੈਬਲਰੀ ਪ੍ਰੋਫੈਸ਼ਨਲ ਜਿਹੜੀ ਹੈਗੀ ਹੈ ਲੈਂਗੁਏਜ ਆਪਾਂ ਗੱਲ ਕਰੀਏ ਇਸ ਨੂੰ ਆਪਾਂ ਸਿੱਧਾ ਲਿਖੀਏ ਤਾਂ ਇਸ ਨੂੰ ਆਪਾਂ ਪ੍ਰੋਫੈਸ਼ਨਲ ਲੈਂਗੁਏਜ ਕਹਿ ਸਕਦੇ ਹੈਗੇ ਆਂ 크ਰੀওল ਜਿਹੜੀ ਹੈਗੀ ਹੈ 크ਰੀওল ਜਿਹੜੀ ਹੈਗੀ ਹੈ 크ਰੀওল ਇੱਕ ਲੈਂਗੁਏਜ ਹੈਗੀ ਹੈ ਡਾਇਲੈਕਟ ਬਿਲਕੁਲ ਉਪਭਾਸ਼ਾ ਹੁੰਦੀ ਹੈ ਜੀ ਡਾਇਲੈਕਟ ਜਿਹੜੀ ਹੈਗੀ ਆ ਉਪਭਾਸ਼ਾ ਹੁੰਦੀ ਹੈ ਕਰਿਓਲ ਜਿਹੜੀ ਹੈਗੀ ਆ ਇੱਕ ਕਰਿਓਲ ਤੋਂ ਪਹਿਲਾਂ ਇੱਕ ਲੈਂਗੁਏਜ ਹੁੰਦੀ ਹੈ ਪੀਜਨ ਇੱਕ ਲੈਂਗੁਏਜ ਹੁੰਦੀ ਹੈ ਆਪਣੇ ਕੋਲ ਪੀਜਨ ਪੀਜਨ ਜਿਹੜੀ ਹੈਗੀ ਹੈ ਇਹ ਹੁੰਦੀ ਹੈ ਮਿਕਸਚਰ ਆਫ ਲੈਂਗੁਏਜ ਪੀਜਨ ਜਿਹੜੀ ਹੈ ਜ ਇਹ ਮਿਕਸਚਰ ਆਫ ਮਿਕਸਚਰ ਆਫ ਲੈਂਗੁਏਜ ਹੁੰਦੀ ਹੈ ਮਿਕਸਚਰ ਆਫ ਲੈਂਗੁਏਜਸ ਮਿਕਸਚਰ ਆਫ ਲੈਂਗੁਏਜਸ ਜਿਵੇਂ ਕਿ ਆਪਣੇ ਜਿਹੜੇ ਹੈਗੇ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਯੂਪੀ ਤੇ ਬਿਹਾਰ ਤੋਂ ਲੋਕ ਆਏ ਹੋਏ ਨੇ ਕੰਮ ਕਰਨ ਵਾਸਤੇ ਤੇ ਉਹ ਜਿਹੜੇ ਹੈਗੇ ਨੇ ਜਦੋਂ ਆਪਣੇ ਨਾਲ ਕਮਿਊਨੀਕੇਟ ਕਰਦੇ ਨੇ ਜਦੋਂ ਆਪਣੇ ਨਾਲ ਕਮਿਊਨੀਕੇਟ ਕਰਦੇ ਨੇ ਤਾਂ ਉਹ ਕੁਝ ਪੰਜਾਬੀ ਮਿਕਸ ਕਰਦੇ ਨੇ ਕੁਝ ਆਪਣੀ ਲੈਂਗੁਏਜ ਹਿੰਦੀ ਹਿੰਦੀ ਮਿਕਸ ਕਰਦੇ ਨੇ ਤੇ ਇਸ ਤਰੀਕੇ ਨਾਲ ਇੱਕ ਨਵੀਂ ਲੈਂਗੁਏਜ ਪੰਜਾਬ ਦੇ ਵਿੱਚ ਪ੍ਰੋਡਿਊਸ ਹੁੰਦੀ ਹੈ ਇੱਕ ਨਵੀਂ ਲੈਂਗੁਏਜ ਜਿਹੜੀ ਕਿ ਅਧਿਕ ਪੰਜਾਬੀ ਹੁੰਦੀ ਹੈ ਅੱਧੇ ਵਰਡ ਉਹਦੇ ਵਿੱਚ ਹਿੰਦੀ ਦੇ ਹੁੰਦੇ ਨੇ ਅੱਦੇ ਵਰਡ ਉਹਦੇ ਵਿੱਚ ਬੋਜਪੂਰੀ ਜਿਹੜੀ ਉਹਨਾਂ ਦੀ ਬੋਸਾ ਹੈਗੀ ਆ ਉਹਦੇ ਵੀ ਹੁੰਦੇ ਨੇ ਇਸ ਤਰੀਕੇ ਦੀ ਜਿਹੜੀ ਲੈਂਗੁਏਜ ਬਣ ਜਾਂਦੀ ਹੈ ਉਸ ਨੂੰ ਆਪਾਂ ਪੀਜਨ ਉਸ ਨੂੰ ਆਪਾਂ ਪੀਜਨ ਕਹਿੰਦੇ ਆ ਤੇ ਜਦੋਂ ਇਹ ਪੀਜਨ ਜਦੋਂ ਇਹ ਪੀਜਨ ਉਹਨਾਂ ਲੋਕਾਂ ਦੀ ਬਹੁਤ ਸਾਲਾਂ ਬਾਅਦ ਜਦੋਂ ਇਹ ਪੀਜਨ 50 60 ਸਾਲ ਦੇ ਗੈਪ ਤੋਂ ਬਾਅਦ ਜਦੋਂ ਪੀਜਨ 50 60 ਸਾਲ ਦੇ ਗੈਪ ਤੋਂ ਬਾਅਦ ਕਿਸੇ ਕਿਸੇ ਗਰੁੱਪ ਦੀ ਜਾਂ ਕਿਸੇ ਜਿਹੜੇ ਖੇਤਰ ਦੀ ਨੇਟਿਵ ਲੈਂਗੁਏਜ ਜਦੋਂ ਪਿਜਨ ਜਿਹੜੀ ਹੈਗੀ ਆ ਜਿਹੜੀ ਪੰਜਾਬੀ ਇਹ ਜਿਹੜੀ ਪਿਜਨ ਜਿਹੜੀ ਹੈਗੀ ਆ ਜਦੋਂ ਨੇਟਿਵ ਲੈਂਗੁਏਜ ਬਣ ਜੇਗੀ ਤਾਂ ਫਿਰ ਉਸੇ ਪਿਜਨ ਨੂੰ ਆਪਾਂ ਕਰਿਓਲ ਫਿਰ ਆਪਾਂ ਜਿਹੜੀ ਹੈਗੀ ਆ ਉਸ ਪਿਜਨ ਨੂੰ ਕਰਿਓਲ ਕਹਿੰਦੇ ਹੈਗੇ ਆ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਵਿੱਚ ਵਨ ਇਜ਼ ਨਾਟ ਅ ਨੇਟਿਵ ਲੈਂਗੁਏਜ ਇਹਨਾਂ ਵਿੱਚੋਂ ਇੱਕ ਚੀਜ਼ ਇੱਕ ਜਿਹੜੀ ਲੈਂਗੁਏਜ ਹੈਗੀ ਆ ਉਹ ਨੇਟਿਵ ਲੈਂਗੁਏਜ ਨਹੀਂ ਹੈਗੀ ਆ ਕਰਿਓਲ ਡਾਇਲੈਕਟ ਪਿਜਨ ਔਰ ਨਨ ਇਹਨਾਂ ਵਿੱਚੋਂ ਇੱਕ ਜਿਹੜੀ ਹੈਗੀ ਆ ਉਹ ਨੇਟਿਵ ਲੈਂਗੁਏਜ ਨਹੀਂ ਹੈਗੀ ਐ ਨੇਟਿਵ ਲੈਂਗੁਏਜ ਨਹੀਂ ਹੈਗੀ ਐ ਸਰ ਟੀਚਰ ਲਈ ਰਜਿਸਟਰ ਲੈਂਗੁਏਜ ਯੂਜ਼ ਹੁੰਦੀ ਹੈ ਹਾਂਜੀ ਟੀਚਰ ਲਈ ਜਿਹੜੀ ਹੈਗੀ ਐ ਟੀਚਰ ਟੀਚਰ ਜਿਹੜੇ ਟੀਚਰਸ ਜਿਹੜਾ ਹੈਗਾ ਐਜੂਕੇਸ਼ਨ ਡਿਪਾਰਟਮੈਂਟ ਆਪਣਾ ਐਜੂਕੇਸ਼ਨ profession ਹੈਗਾ ਉਹਦੇ ਵਿੱਚ ਜਿਹੜੇ ਰਜਿਸਟਰ ਹੈਗੇ ਨੇ ਜਿਵੇਂ ਕਿ ਮੰਨ ਲਓ ਉਹ ਚੌਕ ਆਪਣਾ ਡਸਟਾਪ ਪੈਨ ਜਿਹੜੇ ਐਡਸ ਆਪਾਂ ਯੂਜ਼ ਕਰਦੇ ਹੈਗੇ ਆ ਚਾਰਟਸ ਵਗੈਰਾ ਉਹ ਸਾਰੇ ਆਪਣੇ ਜਿਹੜੇ ਹੈਗੇ ਨੇ ਐਜੂਕੇਸ਼ਨਲ ਰਜਿਸਟਰ ਦੇ ਨਾਲ ਰਿਲੇਟਡ ਵਰਡਸ ਹੈਗੇ ਨੇ ਟੂ ਲੈਂਗੁਏਜ ਜੋੜ ਕੇ ਇੱਕ ਲੈਂਗੁਏਜ ਹਾਂਜੀ ਟੂ ਜਾਂ ਟੂ ਤੋਂ ਵੱਧ ਵੀ ਕਈ ਵਾਰ ਦੋ ਜਾਂ ਦੋ ਤੋਂ ਵੱਧ ਵੀ ਐਡਾ ਆਨਸਰ ਵਿੱਚ ਵਨ ਇਜ਼ ਨਾਟ ਅ ਨੇਟਿਵ ਲੈਂਗੁਏਜ ਨੇਟਿਵ ਲੈਂਗੁਏਜ ਯਾਨੀ ਕਿ ਜਿਹੜੀ ਕੋਈ ਮਾਤ ਭਾਸ਼ਾ ਨਹੀਂ ਹੈ ਇਹਨਾਂ ਵਿੱਚੋਂ ਇੱਕ ਇਨਾਂ ਵਿੱਚੋਂ ਇੱਕ ਜਿਹੜੀ ਲੈਂਗੁਏਜ ਹੈਗੀ ਆ ਉਹ ਮਾਤ ਭਾਸ਼ਾ ਨਹੀਂ ਹੈ ਕਿਹੜੀ ਨਹੀਂ ਹੈ ਕਰੀਓਲ ਡਾਇਲੈਕਟ ਔਰ ਪਿਜਿਨ ਏ ਅਨਸਰ ਆਇਆ ਹੈ ਬੀ ਅਨਸਰ ਆਇਆ ਹੈ ਏ ਅਨਸਰ ਆਇਆ ਹੈ ਬੀ ਅਨਸਰ ਆਇਆ ਹੈ ਥੋੜੇ ਹੋਣੇ ਤੁਹਾਨੂੰ ਪਿਛਲੀ ਪਿਛਲਾ ਜਿਹੜਾ ਕੁਐਸਚਨ ਸੀ ਉਹਦੇ ਵਿੱਚ ਤੁਹਾਨੂੰ ਦੱਸਿਆ ਸੀ ਬੀ ਪਿਜਿਨ ਜਿਹੜੀ ਹੈਗੀ ਮਿਕਸਚਰ ਆਫ ਲੈਂਗੁਏਜ ਹੈਗੀ ਆ ਜਦੋਂ ਪਿਜਿਨ ਮਾਤ ਭਾਸ਼ਾ ਨੇਟਿਵ ਲੈਂਗੁਏਜ ਬਣ ਜਾਂਦੀ ਹੈ ਤਾਂ ਉਹ ਕਰੀਓਲ ਹੁੰਦੀ ਹੈ ਵਿਚ ਵਨ ਇਜ਼ ਨਾਟ ਅ ਨੇਟਿਵ ਲੈਂਗੁਏਜ ਤਾਂ ਇਹਦਾ ਆਪਣੇ ਕੋਲ ਆਨਸਰ ਹੈਗਾ ਸੀ ਇਹਦੇ ਕੋਲ ਇਸ ਦਾ ਆਪਣੇ ਕੋਲ ਜਦੋਂ ਪਿਜਨ ਪਿਜਨ ਜਿਹੜੀ ਹੈਗੀ ਆ ਮਿਕਸਚਰ ਆਫ ਲੈਂਗੁਏਜ ਹੈਗੀ ਆ ਬਟ ਉਹ ਜਿਹੜੀ ਹੈਗੀ ਆ ਕਿਸੇ ਵੀ ਕਿਸੇ ਵੀ ਜਿਹੜਾ ਕੋਈ ਵੀ ਪਿਜਨ ਨੂੰ ਯੂਜ਼ ਕਰਨ ਵਾਲਾ ਕੋਈ ਵੀ ਕੋਈ ਵੀ ਹੈਗਾ ਉਸ ਦੀ ਨੇਟਿਵ ਲੈਂਗੁਏਜ ਨਹੀਂ ਹੈਗੀ ਆ ਕਿਉਂਕਿ ਉਹ ਵੱਖਰੀਆਂ ਵੱਖਰੀਆਂ ਦੋ ਨੇਟਿਵ ਲੈਂਗੁਏਜਸ ਤੋਂ ਮਿਕਸ ਹੋ ਕੇ ਬਣੀ ਹੈ ਕਿਉਂਕਿ ਉਹ ਦੋ ਵੱਖਰੀਆਂ ਵکریاں ਨੇਟਿਵ ਲੈਂਗੁਏਜਸ ਤੋਂ ਮਿਕਸ ਹੋ ਕੇ ਬਣੀ ਆ ਇਸ ਲਈ ਉਹ ਨੇਟਿਵ ਲੈਂਗੁਏਜ ਨਹੀਂ ਹੈ ਬਟ ਜਦੋਂ ਉਹ ਪਿਜਨ ਪਿਜਨ ਜਿਹੜੀ ਹੈਗੀ ਆ ਪਿਜਨ ਦੋ ਤਿੰਨ ਪੀੜੀਆਂ ਲੰਘ ਜਾਣਗੀਆਂ ਉਸ ਪਿਜਨ ਨੂੰ ਯੂਜ਼ ਕਰਦੇ ਹੋਏ ਤਾਂ ਜਿਹੜੀ ਤੀਜੀ ਜਾਂ ਚੌਥੀ ਪੀੜ੍ਹੀ ਜਿਹੜੀ ਆਏਗੀ ਉਸ ਪੀੜ੍ਹੀ ਦੀ ਉਹ ਪਿਜਨ ਜਿਹੜੀ ਆਪਾਂ ਅੱਜ ਬਣਾਈ ਆ ਉਹ 60 70 ਸਾਲ ਬਾਅਦ ਜਿਹੜੀ ਪਿਜਨ ਹੈਗੀ ਆ ਜਿਹੜੀ ਅੱਜ ਬਣੀ ਹੈ ਉਹ 60 70 ਸਾਲ ਬਾਅਦ ਕੋਈ ਆਉਣ ਵਾਲੀ ਪੀੜ੍ਹੀ ਦੀ ਨੇਟਿਵ ਲੈਂਗੁਏਜ ਹੋਏਗੀ ਤੇ ਜਦੋਂ ਉਹ ਨੇਟਿਵ ਲੈਂਗੁਏਜ ਹੋਏਗੀ ਤਾਂ ਉਹ ਕਰਿਓਲ ਬਣ ਜਾਏਗੀ ਕਰਿਓਲ ਨੂੰ ਆਪਾਂ ਐਵੇਂ ਵੀ ਲਿਖ ਸਕਦੇ ਆ ਜਿਵੇਂ ਕਿ ਨੇਟਿਵ ਪਿਜਿਨ ਨੇਟਿਵ ਪਿਜਿਨ ਨੇਟਿਵ ਪਿਜਿਨ ਨੇਟਿਵ ਪਿਜਿਨ ਪਿਜਿਨ ਜੜੀ ਹੈਗੀ ਐ ਇਹ ਜਿਹੜੀ ਹੈਗੀ ਐ ਨੇਟਿਵ ਇਹ ਜਿਹੜੀ ਹੈਗੀ ਐ ਨੇਟਿਵ ਨਹੀਂ ਹੁੰਦੀ ਇਹ ਜਿਹੜੀ ਨੇਟਿਵ ਨਹੀਂ ਹੁੰਦੀ ਡਾਇਲੈਕਟ ਆਪਾਂ ਗੱਲ ਕੀਤੀ ਸੀ ਡਾਇਲੈਕਟ ਜਿਹੜੀ ਹੈਗੀ ਐ ਕਿ ਇੱਕ ਭਾਸ਼ਾ ਦੇ ਉਪ ਭਾਸ਼ਾ ਹੁੰਦੀ ਹੈ ਡਾਇਲੈਕਟ ਜਿਹੜੀ ਹੈਗੀ ਐ ਉਪ ਭਾਸ਼ਾ ਹੁੰਦੀ ਹੈ ਤੇ ਉਪ ਭਾਸ਼ਾ ਜਿਹੜੀ ਹੈਗੀ ਐ ਉਹ ਬਿਲਕੁਲ ਨੇਟਿਵ ਲੈਂਗੁਏਜ ਹੁੰਦੀ ਹੈ ਬਿਲਕੁਲ ਐਕਟਿਵ ਲੈਂਗੁਏਜ ਹੁੰਦੀ ਹੈ ਇੰਗਲਿਸ਼ ਹੈਜ਼ ਵੋਵਲ ਸਾਊਂਡਸ ਇੰਗਲਿਸ਼ ਦੇ ਵਿੱਚ ਕਿੰਨੇ ਵੋਵਲ ਸਾਊਂਡਸ ਹੈਗੇ ਨੇ 24 20 8 ਜਾਂ 12 24 20 8 ਜਾਂ 12 ਹਾਂਜੀ 24 20 8 ਜਾਂ 12 ਕਿੰਨੇ ਹੈਗੇ ਨੇ ਜੀ 24 28 ਜਾਂ 12 ਕਲਾਸ ਨੂੰ ਨਾਲ ਦੀ ਨਾਲ ਸ਼ੇਅਰ ਕਰਦੇ ਹੋ ਡੇਢ ਘੰਟਾ ਹੋ ਗਿਆ ਆਪਣੀ ਕਲਾਸ ਚੱਲਦੇ ਨੂੰ ਤੇ ਬਹੁਤ ਵਧੀਆ ਆਪਣੀ ਕਲਾਸ ਚੱਲ ਰਹੀ ਹੈ ਬਹੁਤ ਵਧੀਆ ਰਿਸਪਾਂਸ ਵੀ ਆ ਰਹੇ ਨੇ ਤੁਹਾਡੇ ਸਭ ਦੇ ਸਾਰੇ ਜਿਹੜੇ ਜਿਹੜੇ ਹੈਗੇ ਨੇ ਅ ਅਨਸਰ ਕਮੈਂਟ ਕਰਿਆ ਕਰੋ ਇੰਗਲਿਸ਼ ਲੈਂਗੁਏਜ ਦੇ ਵਿੱਚ ਵੋਵਲ ਸਾਊਂਡਸ ਕਿੰਨੇ ਹੈਗੇ ਨੇ 20 ਹੈਗੇ ਨੇ 20 ਸਾਊਂਡਸ ਹੈਗੇ ਨੇ ਆਪਣੇ ਕੋਲ 20 ਸਾਊਂਡਸ ਵੋਵਲ ਹੈਗੇ ਨੇ ਤੇ 24 ਆਪਣੇ ਕੋਲ ਕੌਨਸੋਨੈਂਟ चौवी अपने कोल कॉन्सोनेंट साउंड चौबी अपने कोनसोनेंट कॉन्सोनेंट साउंडस हैगने चौबीस अपने कोल कॉन्सोनेंट साउंड है टोटल अपने को फोर्टी फोर साउंडस फोर्टी फोर साउंडस है टोटल अपने को अपने को ट्वेंटी सिक्स त वोवल लैटर वोवल लैटर की जो गल करेगा वोवल लैटर वोवल लैटर ਵੋਵਲ ਲੈਟਰਸ ਜੇ ਪੁੱਛੇਗਾ ਤਾਂ ਆਪਣੇ ਕੋਲ ਹੋਣਗੇ 5 ਇਹ ਗੱਲਾਂ ਹੈਗੀਆਂ ਨੇ ਜਿਹੜੀਆਂ ਕਿ ਤੁਹਾਨੂੰ ਕਨਫਿਊਜ਼ ਕਰ ਸਕਦੀਆਂ ਨੇ ਨੈਕਸਟ ਆਪਣੇ ਕੋਲ ਹੈਗਾ देयर आर ਮੋਨੋਫਥੋਂਗਸ देयर आर ਮੋਨੋਫਥੋਂਗਸ ਮੋਨੋਫਥੋਂਗਸ ਹੁੰਦੇ ਨੇ ਵੋਵਲ ਵੋਵਲ ਸਾਊਂਡਸ ਹੁੰਦੇ ਨੇ ਇਹ ਜਿਹੜੇ ਹੈਗੇ ਨੇ ਇਹ ਵੋਵਲ ਸਾਊਂਡਸ ਵੋਵਲ ਸਾਊਂਡਸ ਹੁੰਦੇ ਨੇ ਮੋਨੋਫਥੋਂਗ ਤੇ ਡਾਇਫਥੋਂਗਸ ਟੋਟਲ ਕੌਨਸੋਨੈਂਟ uh, 24 ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ 20 ਵੋਵਲ ਕੌਨਸੋਨੈਂਟ 44 ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ देयर ਆਰ ਮੋਨੋਫਥੰਗਸ ਸੀ ਆਇਆ ਐਂਸਰ ਸੀ ਆਇਆ ਹੈ 12 ਕਹਿੰਦੇ ਨੇ 12 ਕਹਿੰਦੇ ਨੇ ਏ ਆਇਆ ਹੈ ਮੋਨੋਫਥੰਗਸ ਜਿਹੜੇ ਹੈਗੇ ਨੇ ਆਪਣੇ ਕੋਲ ਹੈਗੇ ਨੇ 12 ਮੋਨੋਫਥੰਗਸ ਹੈਗੇ ਨੇ ਆਪਣੇ ਕੋਲ 12 ਤੇ 8 ਹੈਗੇ ਨੇ ਆਪਣੇ ਕੋਲ ਡਾਇਪਥੋਂਗਸ ਅੱਠ ਹੈਗੇ ਨੇ ਆਪਣੇ ਕੋਲ ਡਾਇਪਥੋਂਗਸ ਡਾਇਪਥੋਂਗਸ ਅੱਠ ਹੈਗੇ ਨੇ ਆਪਣੇ ਕੋਲ ਡਾਇਪਥੋਂਗਸ ਵੋਵਲ ਸਾਊਂਡਸ ਇਹ ਹੈਗੇ ਨੇ ਤੇ 12 ਆਪਣੇ ਕੋਲ ਹੈਗੇ ਨੇ ਮੋਨੋਫਥੋਂਗ ਵੋਵਲ ਸਾਊਂਡਸ ਮੋਨੋਫਥੋਂਗ ਯਾਨੀ ਕਿ ਇੱਕ ਹੀ ਵੋਵਲ ਦੀ ਸਾਊਂਡ ਆਂਦੀ ਹੈ ਇੱਕ ਹੀ ਵੋਵਲ ਦੀ ਸਾਊਂਡ ਆਂਦੀ ਹੈ ਡਾਇਪਥੋਂਗ ਯਾਨੀ ਕਿ ਦੋ ਵੋਵਲਸ ਦੀ ਸਾਊਂਡ ਆਂਦੀ ਹੈ ਯਾਨੀ ਕਿ ਦੋ ਵੋਵਲਸ ਦੀ ਸਾਊਂਡ ਆਂਦੀ ਹੈ ਇਹ ਜਿਹੜੇ ਵਰਡਸ ਹੈਗੇ ਨੇ ਬ੍ਰੈਕਫਾਸਟ ਹਾਈਵੇ ਦੋ ਵਰਡਸ ਹੈਗੇ ਨੇ ਇਹ ਕਿਸ ਚੀਜ਼ ਦਾ ਐਗਜ਼ਾਮਪਲ ਹੈਗੇ ਨੇ ਇਹ ਕਿਸ ਚੀਜ਼ ਦਾ ਐਗਜ਼ਾਮਪਲ ਹੈਗੇ ਨੇ ਕੰਪਾਊਂਡ ਵਰਡਸ ਬਲੈਂਡ ਵਰਡਸ ਕੋਇਨਸ ਔਰ ਅਫੈਕਸਸ ਕੋਇਨਸ ਔਰ ਅਫੈਕਸਸ ਹਾਂਜੀ ਡਾਇਫਥੋਂਗ ਅੱਠ ਬਿਲਕੁਲ ਜੀ ਡਾਇਫਥੋਂਗ ਜਿਹੜੇ ਹੈਗੇ ਨੇ ਅੱਠ 12 ਹੈਗੇ ਨੇ ਮੋਨੋਫਥੋਂਗ ਤੇ ਟੋਟਲ ਹੈਗੇ ਨੇ 20 ਬਿਲਕੁਲ ਬਿਲਕੁਲ ਕਰੈਕਟ ਸਚਿਨ ਕਹਿੰਦੇ ਨੇ ਸੀ ਕੋਇਨਜ ਅਫੈਕਸਸ ਰੈਂਕੂ ਜੀ ਕਹਿੰਦੇ ਸੀ ਕੁਲਦੀਪ ਸੰਦੀਪ ਜੀ ਕਹਿੰਦੇ ਇਹ ਅਨਸਰ ਹੈਗਾ ਕੰਪਾਊਂਡ ਬ੍ਰੈਕਫਾਸਟ ਹਾਈਵੇ ਇਹ ਜਿਹੜੀਆਂ ਸਾਰੀਆਂ ਆਪਸ਼ਨਸ ਹੈਗੀਆਂ ਨੇ ਇਹ ਹੈਗੀਆਂ ਨੇ ਆਪਣੇ ਕੋਲ ਅ ਵਰਡ ਫਾਰਮੇਸ਼ਨ ਦੇ ਨਾਲ ਰਿਲੇਟਡ ਇਹ ਹੈਗੇ ਨੇ ਕੁਝ ਪ੍ਰਿੰਸੀਪਲਸ ਕੁਝ ਟੈਕਨੀਕਸ ਹੈਗੀਆਂ ਨੇ ਕਿ ਆਪਾਂ ਕਿਵੇਂ ਵਰਡਸ ਨਵੇਂ ਬਣਾਉਂਦੇ ਆ ਕਿਵੇਂ ਵਰਡਸ ਬਣਾਉਂਦੇ ਆ ਤੇ ਬ੍ਰੈਕਫਾਸਟ ਤੇ ਹਾਈਵੇ ਜਿਹੜੇ ਹੈਗੇ ਨੇ ਇਹ ਕਿਵੇਂ ਬਣੇ ਹੋਏ ਨੇ ਕੰਪਾਊਂਡ ਵਰਡਸ ਹੈਗੇ ਨੇ ਬਲੈਂਡ ਵਰਡs ਹੈਗੇ ਨੇ ਕੋਇਨੇਜ ਹੈਗੀ ਆ ਫਿਕਸਿਸ ਹੈਗੇ ਨੇ ਅਫੈਕਸਿਸ ਹੈਗੇ ਨੇ ਹਰਮਨ ਪ੍ਰੀਤ ਜੀ 5 ਕੀ 5 ਜੀ ਕੰਪਾਊਂਡ ਹਾਂ ਜੀ ਬਿਲਕੁਲ ਬਿਲਕੁਲ ਆਨਸਰ ਹੈਗਾ ਆਪਣੇ ਕੋਲ ਕੰਪਾਊਂਡ ਵਰਡs ਹੈਗੇ ਨੇ ਇੱਕ ਬ੍ਰੈਕਫਾਸਟ ਤੇ ਹਾਈਵੇ ਦੋ ਵੱਖਰੇ ਵੱਖਰੇ ਵਰਡs ਤੋਂ ਦੋ ਵੱਖਰੇ ਵੱਖਰੇ ਵਰਡs ਨੂੰ ਮਿਲਾ ਕੇ ਇੱਕ ਵਰਡ ਬਣਾਣਾ ਕੰਪਾਊਂਡ ਵਰਡ ਹੁੰਦਾ ਹੈ ਦੋ ਵੱਖਰੇ ਵੱਖਰੇ ਵਰਡs ਨੂੰ मिलाके एक वर्ड ਬਣਾਣਾ ਕੰਪਾਊਂਡ ਵਰਡ ਹੁੰਦਾ ਹੈ ਦੋ ਇਹਦੀ ਜੇ ਆਪਾਂ ਹੋਰ ਕੋਈ ਐਗਜ਼ਾਮਪਲ ਲਈਏ ਇਹਦੀ ਆਪਾਂ ਕੋਈ ਹੋਰ ਐਗਜ਼ਾਮਪਲ ਲਈਏ ਤਾਂ ਜਿਵੇਂ ਸਕਾਈ ਨੈਟ ਸਕਾਈ ਨੈਟ ਬਲੈਂਡ ਵਰਡ ਬਲੈਂਡ ਵਰਡ ਹੁੰਦੇ ਨੇ ਕਿ ਦੋ ਜਿਹੜੇ ਵੱਖਰੇ ਵੱਖਰੇ ਵਰਡਸ ਹੈਗੇ ਨੇ ਉਹਨਾਂ ਨੂੰ ਬਲੈਂਡ ਕਰ ਦੇਣਾ ਬਲੈਂਡ ਕਰ ਦੇਣਾ ਮੀਨਸ ਕਿ ਉਹਨਾਂ ਨੂੰ ਅੱਧੇ-ਅੱਧੇ ਕਰਕੇ ਬਿਲਕੁਲ ਜਿ ਫੁੱਟਪਾਥ ਜਿਹੜਾ ਹੈਗਾ ਇਹ ਵੀ ਕੰਪਾਊਂਡ ਵਰਡ ਹੈਗਾ ਇਹਨਾਂ ਇਹਨਾਂ ਵਾਰ ਇਹਨਾਂ ਵਿੱਚੋਂ ਇੱਕ ਕੁਐਸਚਨ ਤੁਹਾਨੂੰ ਕਨਫਰਮ ਪੱਕਾ ਆਏਗਾ ਇਹ ਤੁਹਾਨੂੰ ਕੰਪਾਊਂਡ ਵਰਡ ਬਲੈਂਡ ਵਰਡ ਕੰਪਾਊਂਡ ਵਰਡ ਤੇ ਬਲੈਂਡ ਵਰਡ ਤੁਹਾਨੂੰ ਬਿਲਕੁਲ ਕਨਫਰਮ ਹੋਣੇ ਚਾਹੀਦੇ ਨੇ ਕੋਇਨੇਜ ਤੇ ਫਿਕਸਸ ਵੀ ਨਾਲ ਦੀ ਨਾਲ ਬਲੈਂਡ ਵਰਡ ਜਿਵੇਂ ਸਮੋਗ ਬਿਲਕੁਲ ਜੀ ਬਿਲਕੁਲ ਦੋ ਵਰਡ ਜਿਹੜੇ ਜਿਹੜਿਆਂ ਨੂੰ ਅੱਧੇ-ਅੱਧੇ ਕਰਕੇ ਆਪਸ ਦੇ ਵਿੱਚ ਆ ਆਪਾਂ ਕਰ ਦਿੰਨੇ ਆ ਜਿਵੇਂ ਸਮੋਖ ਤੇ ਸਮੋਖ ਤੇ ਫੋਗ ਨੂੰ ਸਮੋਗ ਜਿਵੇਂ ਇੰਟਰਨੈਟ ਜਿਹੜਾ ਇੰਟਰਨੈਟ ਜਿਹੜਾ ਹੈਗਾ ਇਹ ਤਾਂ ਆਪਣੇ ਕੋਲ ਹੋ ਗਿਆ ਕੰਪਾਊਂਡ ਵਰਡ ਹਮ ਜਿਵੇਂ ਬ੍ਰਾਂਚ ਜਿਵੇਂ ਬ੍ਰਾਂਚ ਹੈਗਾ ਇੱਕ ਵਰਡ ਬ੍ਰਾਂਚ ਇੱਕ ਵਰਡ ਹੈਗਾ ਆਪਣੇ ਕੋਲ ਸਕਾਈ ਬਲੂ ਸਕਾਈ ਬਲੂ ਹਾਂਜੀ ਬਲੂ ਸਕਾਈ ਸਕਾਈ ਬਲੂ ਜਿਹੜਾ ਹੈਗਾ ਉਹ ਵੀ ਕੰਪਾਊਂਡ ਵਾਇਡ ਹੈਗਾ ਕੋਇਨੇਜ ਕੋਇਨੇਜ ਦਾ मीनिंग ਹੋਇਆ ਕੋਇਨੇਜ ਕੋਇਨੇਜ ਦਾ मीनिंग ਹੋਇਆ ਕੋਈ ਨਵਾਂ ਵਰਡ ਪ੍ਰੋਡਿਊਸ ਕਰਨਾ ਕੋਈ ਨਵਾਂ ਵਰਡ ਇਹ ਤਾਂ ਇਹ ਕੰਪਾਊਂਡ ਜਿਹੜੇ ਹੈਗੇ ਨੇ ਇਹ ਤਾਂ ਆਪਣੇ ਕੋਲ ਪਹਿਲਾਂ ਦੇ ਵਰਡਸ ਹੁੰਦੇ ਨੇ ਉਹਨਾਂ ਨੂੰ ਆਪਾਂ ਜੋੜ ਕੇ ਇੱਕ ਨਵਾਂ ਵਰਡ ਬਣਾ ਦਿੰਦੇ ਆ ਬਲੈਂਡ ਵਰਡਸ ਹੁੰਦੇ ਨੇ ਇਹ ਵੀ ਆਪਣੇ ਕੋਲ ਪਹਿਲਾਂ ਦੇ ਵਰਡਸ ਹੁੰਦੇ ਨੇ ਉਹਨਾਂ ਨੂੰ ਆਪਾਂ ਅੱਧੇ-ਅੱਧੇ ਕੱਟ ਕੇ ਤੇ ਫਿਰ ਜੋੜਦੇ ਆ ਫਿਰ ਜੋੜਦੇ ਆ ਤੇ ਇੱਕ ਨਵਾਂ ਵਰਡ ਬਣਾ ਦਿੰਦੇ ਆ ਕੋਈ ਨਹੀਂ ਜਿਹੜੀ ਹੈਗਾ ਬਿਲਕੁਲ ਨਵਾਂ ਵਰਡ ਬਿਲਕੁਲ ਨਵਾਂ ਵਰਡ ਬਣਾਣਾ ਹੁੰਦਾ ਹੈ ਬਿਲਕੁਲ ਬਿਲਕੁਲ ਨਵਾਂ ਵਰਡ ਬਿਲਕੁਲ ਨਵਾਂ ਵਰਡ ਬਣਾਣਾ ਬਿਲਕੁਲ ਨਵਾਂ ਵਰਡ ਬਣਾਣਾ ਇਹ ਹੁੰਦੀ ਹੈ ਆਪਣੇ ਕੋਲ ਕੋਇਨੇਜ ਬਿਲਕੁਲ ਨਵਾਂ ਵਰਡ ਬਣਾਣਾ ਆਪਣੇ ਕੋਲ ਹੁੰਦੀ ਹੈ ਕੋਇਨੇਜ ਬ੍ਰੇਕਫਾਸਟ ਪਲੱਸ ਲੰਚ ਬ੍ਰਾਂਚ ਹਾਂਜੀ ਹਾਂਜੀ ਬ੍ਰਾਂਚ ਬ੍ਰਾਂਚ ਜਿਹੜਾ ਹੈਗਾ ਬ੍ਰੇਕਫਾਸਟ ਅਫਿਕਸਿਸ ਅਫਿਕਸਿਸ ਜਿਹੜੇ ਹੈਗੇ ਨੇ ਅਫਿਕਸਿਸ ਜਿਹੜੇ ਹੈਗੇ ਨੇ ਆਪਣੇ ਕੋਲ ਜਿੰਨਾਂ ਨੂੰ ਆਪਾਂ ਕਹਿੰਦੇ ਆ ਸਫਿਕਸਿਸ ਸਫਿਕਸ ਐਂਡ ਪ੍ਰੀਫਿਕਸ ਸਫਿਕਸ ਐਂਡ ਪ੍ਰੀਫਿਕਸ ਯਾਨੀ ਕਿ ਅਗੇਤਰ ਪਛੇਤਰ ਜਿਹੜੇ ਆਪਾਂ ਲਾ ਕੇ ਅਗੇਤਰ ਪਛੇਤਰ ਲਾ ਕੇ ਜਿਹੜੇ ਵਰਡਸ ਬਣਾ ਦਿੰਦੇ ਆ ਅਗੇਤਰ ਪਛੇਤਰ ਲਗਾ ਕੇ ਜਿਹੜੇ ਵਰਡਸ ਬਣਾ ਦਿੰਦੇ ਆ ਉਹ ਆਪਣੇ ਹੁੰਦੇ ਨੇ ਐਫਿਕਸਿਸ ਉਹ ਵਰਡ ਹੁੰਦੇ ਨੇ ਐਫਿਕਸਿਸ ਉਹ ਵਰਡ ਵਲੌਗ ਇਜ਼ ਐਗਜ਼ਾਮਪਲ ਆਫ ਬਿਲਕੁਲ ਵਲੌਗ ਜਿਹੜਾ ਹੈਗਾ ਕੋਇਨੇਜ ਹੈਗਾ ਨਵੇਂ ਨਵੇਂ ਵਰਡ ਦਾ ਕੋਇਨ ਕੋਇਨੀ ਨਵਾਂ ਵਰਡ ਹੈਗਾ ਵਲੌਗ ਜਿਹੜਾ ਹੈਗਾ ਕਿਸੇ ਵੀ ਇੱਕ ਇਹਨਾਂ ਵਿੱਚੋਂ ਇੱਕ ਹੋਰ ਚੀਜ਼ ਜਿਹੜੀ ਹੁੰਦੀ ਹੈ ਬੋਰੋਇੰਗ ਇੱਕ ਜਿਹੜਾ ਹੈਗਾ ਨਵ ਵਰਡ ਬਣਾਉਣ ਦਾ ਇੱਕ ਇੱਕ ਹੋਰ ਤਰੀਕਾ ਹੁੰਦਾ ਬੋਰੋਇੰਗ ਇੱਕ ਹੋਰ ਤਰੀਕਾ ਹੁੰਦਾ ਹੈ ਬੋਰੋਇੰਗ ਇੱਕ ਹੋਰ ਤਰੀਕਾ ਹੁੰਦਾ ਬੋਰੋਇੰਗ ਯਾਨੀ ਕਿ ਬੋਰੋਇੰਗ ਯਾਨੀ ਕਿ ਕਿਸੇ ਹੋਰ ਲੈਂਗੁਏਜ ਤੋਂ ਆਪਾਂ ਵਰਡ ਉਧਾਰ ਲੈ ਲਈਏ ਜਿਵੇਂ ਜੰਗਲ ਜੰਗਲ ਇੱਕ ਵਰਡ ਹੈਗਾ ਇੰਗਲਿਸ਼ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਹਿੰਦੀ ਤੋਂ ਲੈ ਲਿਆ ਜਿਹੜਾ ਕਿ ਉਹਨਾਂ ਨੇ ਹਿੰਦੀ ਤੋਂ ਲੈ ਲਿਆ ਜਿਵੇਂ ਕਿ ਇੱਕ ਵਰਡ ਹੈਗਾ ਪੀਜ਼ਾ ਇੱਕ ਵਰਡ ਹੈਗਾ ਪੀਜ਼ਾ ਜਿਹੜਾ ਕਿ ਉਹਨਾਂ ਨੇ ਅਰਬ ਅਰਬ ਜਿਹੜੀ ਲੈਂਗੁਏਜ ਅਰੇਬਿਕ ਲੈਂਗੁਏਜ ਜਿਹੜੀ ਹੈਗੀ ਆ ਉਸ ਤੋਂ ਲੈ ਲਿਆ ਇਹ ਜਿਹੜੇ ਹੈਗੇ ਨੇ 4-5 ਤੇੜੇ ਤਰੀਕੇ ਹੈਗੇ ਨੇ ਵਰਡਸ ਬਣਾਉਣ ਦੇ ਵਰਡਸ ਬਣਾਉਣ ਦੇ ਲੈਂਗੁਏਜ ਦੇ ਵਿੱਚ ਵਰਡਸ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਵਰਡ 3 ਐਕਸਲ ਦਾ ਵਿੱਚ ਲੈਂਗੁਏਜ ਹੈਗੀ ਆ ਲੈਂਗੁਏਜ ਕੀ ਹੈਗਾ ਲੈਂਗੁਏਜ ਕੀ ਹੈਗਾ ਲੈਂਗੁਏਜ ਜਿਹੜਾ ਹੈਗਾ ਇੱਕ ਸ਼ਬਦਾਂ ਦਾ ਇੱਕ ਭੰਡਾਰ ਪਲੱਸ ਗ੍ਰਾਮਰ ਹੈਗੀ ਹੈ ਤੇ ਵਰਡ ਕਿਵੇਂ ਕਿਵੇਂ ਬਣਦੇ ਨੇ ਕੰਪਾਊਂਡ ਵਰਡ ਜਿਹੜੇ ਹੈਗੇ ਨੇ ਉਹਨਾਂ ਨੂੰ ਮਿਲਾ ਕੇ ਇੱਕ ਵਰਡ ਬਣਾ ਦੇਣਾ ਬਲੈਂਡ ਵਰਡ ਜਿਹੜੇ ਹੈਗੇ ਨੇ ਉਹਨਾਂ ਨੂੰ ਅੱਧਿਆ ਤੇ ਤੋੜ ਕੇ ਮਿਲਾ ਕੇ ਇੱਕ ਫਿਰ ਨਵਾਂ ਵਰਡ ਬਣਾ ਦੇਣਾ ਜਾਂ ਫਿਰ ਨਵੇਂ ਵਰਡ ਬਿਲਕੁਲ ਨਵੇਂ ਵਰਡ ਕੋਈ ਬਣਾ ਹੀ ਲੈਣਾ ਕੋਈ ਆਲਸ ਨਹੀਂ ਕਰਨਾ ਜਾਂ ਫਿਰ ਅਗੇਤਰ ਪਿਛੇਤਰ ਲਾ ਕੇ ਕੋਈ ਵਰਡ ਬਣਾ ਲੈਂਦੇ ਆਪਾਂ ਜਾਂ ਫਿਰ ਕਿਸੇ ਹੋਰ ਲੈਂਗੁਏਜ ਤੋਂ ਆਪਾਂ ਜਿਹੜਾ ਹੈਗਾ ਕੋਈ ਵਰਡ ਉਧਾਰਾ ਲੈ ਲੈਂਦੇ ਆਂ ਸਪੀਡ ਜਿਵੇਂ ਕਿ ਅਨ ਨੈਕਸਟ ਆਪਣੇ ਕੋਲ ਹੈਗਾ ਅਨ ਇਨ ਅਨ ਹੈਪੀ ਇਜ਼ ਐਨ ਐਗਜ਼ਾਮਪਲ ਇਹ ਜਿਹੜਾ ਅਨ ਹੈਗਾ ਅਨ ਹੈਪੀ ਵਿੱਚ ਇਹ ਇੱਕ ਚੀਜ਼ ਦਾ ਐਗਜ਼ਾਮਪਲ ਹੈਗਾ ਫ੍ਰੀ ਮੋਰਫਮ ਬਾਉਂਡ ਮੋਰਫਮ ਨੇਮ ਔਰ ਆਲ ਹਾਂਜੀ ਆਨਸਰ ਬਿਲਕੁਲ ਜਲਦੀ ਤੋਂ ਜਲਦੀ ਜੀ ਹਾਂਜੀ ਆਨਸਰ ਅਨ ਜਿਹੜਾ ਹੈਗਾ ਅਨ ਜਿਹੜਾ ਹੈਗਾ ਇਸ ਦੇ ਵਿੱਚ ਬੋਰੋਇੰਗ ਤੇ ਕੋਇਨਿੰਗ ਸੇਮ ਨਹੀਂ ਜੀ ਬੋਰੋਇੰਗ ਤੇ ਕੋਇਨਿੰਗ ਜਿਹੜੇ ਹੈਗੇ ਨੇ ਸੇਮ ਨਹੀਂ ਹੈਗੇ ਨੇ ਬਿਲਕੁਲ ਬਕਰੇ ਬਕਰੇ ਹੈਗੇ ਨੇ ਬੋਰੋਇੰਗ ਤਾਂ ਆਪਾਂ ਕਿਸੇ ਹੋਰ ਲੈਂਗੁਏਜ ਤੋਂ ਵਰਡ ਜਿਵੇਂ ਹੈਗਾ ਸੀ ਉਵੇਂ ਹੀ ਲੈ ਲਿਆ ਜਿਵੇਂ ਜੰਗਲ ਦਾ ਜੰਗਲ ਹੀ ਲਿਖ ਲਾ ਲਿਖ ਲਿਆ ਇੰਗਲਿਸ਼ ਦੇ ਵਿੱਚ ਜਾਂ ਤਾਂ ਫਿਰ ਉਹ ਜਿਹੜਾ ਉਸ ਨੂੰ ਆਪਾਂ ਨਵਾਂ ਵਰਡ ਨਹੀਂ ਕਹਿ ਸਕਦੇ ਉਹ ਪੁਰਾਣਾ ਵਰਡ ਆਪਾਂ ਕਿਸੇ ਹੋਰ ਤੋਂ ਲਿਆ ਹੈ ਬਾਉਂਡ ਮੋਰਫੀਮ ਹੈਗਾ ਬਿਲਕੁਲ ਬਿਲਕੁਲ ਕਰੈਕਟ ਆਨਸਰ ਹੈਗਾ ਇਸ ਦਾ ਮਤਲਬ ਹੈਗਾ ਤੁਸੀਂ ਸਿੱਖ ਰਹੇ ਹੋ ਰਿਪੀਟਿਸ਼ਨ ਆਫ ਵੋਵਲ ਸਾਊਂਡ ਇਸ कॉल्ड ਰਿਪੀਟਿਸ਼ਨ ਆਫ ਵੋਵਲ ਸਾਊਂਡ ਕਿਸੇ ਸੈਂਟੈਂਸ ਦੇ ਵਿੱਚ ਅਰ ਵਾਵਲ ਸਾਊਂਡ ਜਿਹੜੇ ਹੈਗੇ ਨੇ ਉਹ ਰਿਪੀਟ ਹੋ ਰਹੇ ਨੇ ਵਾਰ-ਵਾਰ ਤਾਂ ਫਿਰ ਉਹ ਕਿਹੜੀ ਚੀਜ਼ ਹੋएगी ਐਲੀਟਰੇਸ਼ਨ ਐਸੋਨੈਂਸ ਪੈਰਾਡੌਕਸ ਔਰ ਓਕਸੀਮੋਰਨ ਐਲੀਟਰੇਸ਼ਨ ਐਸੋਨੈਂਸ ਪੈਰਾਡੌਕਸ ਔਰ ਓਕਸੀਮੋਰਨ ਹਾਂਜੀ 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 ਆਨਸਰਸ ਕਰੋ ਜਲਦੀ ਤੋਂ ਜਲਦੀ ਬਾਉਂਡ ਮੋਰਫਿਮ ਹੈਗਾ ਸੀ ਉਹ ਬਿਲਕੁਲ ਬਿਲਕੁਲ ਬੀ ਐ ਬੀ ਹੈਗਾ ਆਨਸਰ ਬੀ ਆ ਰਿਹਾ ਹੈ ਏ ਤੇ ਬੀ ਆਪਣਾ ਆਨਸਰ ਹੈਗਾ ਜੀ ਬੀ ਬੀ ਹੀ ਆਪਣਾ ਕਰੈਕਟ ਆਨਸਰ ਹੈਗਾ ਐਲੀਟਰੇਸ਼ਨ ਜਿਹੜੀ ਹੈਗੀ ਹੈ ਏ ਹੈਗੀ ਹੈ ਰਿਪੀਟਿਸ਼ਨ ਏ ਹੈਗੀ ਹੈ ਰਿਪੀਟਿਸ਼ਨ ਐਟ ਦਾ ਬਿਗਨਿੰਗ ਐਟ ਦਾ ਬਿਗਨਿੰਗ ਆਫ ਵਰਡਸ ਆਫ ਵਰਡਸ ਯਾਨੀ ਕਿ ਵਰਡ ਦੀ ਬਿਗਨਿੰਗ ਦੇ ਵਿੱਚ ਕੋਈ ਵੀ ਸਾਊਂਡ ਐਲੀਟ੍ਰੇਸ਼ਨ ਜਿਹੜੀ ਹੈਗੀ ਆ ਕੋਈ ਵੀ ਸਾਊਂਡ ਭਾਵੇਂ ਹੈਗਾ ਉਹ ਭਾਵੇਂ ਉਹ ਵੋਵਲ ਸਾਊਂਡ ਹੈਗਾ ਭਾਵੇਂ ਕੌਨਸੋਨੈਂਟ ਸਾਊਂਡ ਹੈਗਾ ਉਹ ਵਰਡ ਦੇ ਬਿਗਨਿੰਗ ਦੇ ਵਿੱਚ ਹੋਣਾ ਚਾਹੀਦਾ ਜਿਵੇਂ ਕਿ ਜਿਵੇਂ ਕਿ ਆਪਾਂ ਲਿਖੀਏ ਸੈਟ ਸੀ ਸੀ ਜਾਂ ਸੀ ਹੁਣ ਸਹੀ ਸੀ ਸੀ ਐਸ 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 ਜਿਹੜਾ ਹੈਗਾ ਸਟਾਰਟਿੰਗ ਦੇ ਵਿੱਚ ਜਦੋਂ ਉਹ ਸੇਮ ਸਾਊਂਡ ਰਿਪੀਟ ਹੁੰਦਾ ਉਹ ਅਲੀਟਰੇਸ਼ਨ ਹੁੰਦੀ ਹੈ ਜਦੋਂ ਵਵਲ ਸਾਊਂਡ ਰਿਪੀਟ ਹੁੰਦਾ ਤਾਂ ਸੋਨੈਂਸ ਹੁੰਦੀ ਹੈ ਪੈਰਾਡੌਕਸ ਹੁੰਦਾ ਟੂ ਆਪੋਜ਼ਿਟ ਟੂ ਆਪੋਜ਼ਿਟ ਆਈਡੀਆਜ਼ ਟੂ ਆਪੋਜ਼ਿਟ ਆਈਡੀਆਜ਼ ਟੂ ਆਪੋਜ਼ਿਟ ਆਈਡੀਆਜ਼ ਰੱਖੇ ਜਾਂਦੇ ਨੇ ਜਿਵੇਂ ਕਿ ਲਾਈਫ ਇਜ਼ ਡੈਥ ਜਿਵੇਂ ਕਿ ਲਾਈਫ ਇਜ਼ ਡੈਥ ਆਕਸੀਮੋਰਨ ਜਿਹੜੇ ਹੈਗੇ ਨੇ ਟੂ ਆਪੋਜ਼ਿਟ ਟੂ ਆਪੋਜ਼ਿਟ ਵਰਡਸ ਟੂ ਆਪੋਜ਼ਿਟ ਵਰਡਸ ਆਪਣੇ ਕੋਲ ਇਕੱਠੇ ਰੱਖੇ ਜਾਂਦੇ ਨੇ ਟੂ ਆਪੋਜ਼ਿਟ ਵਰਡਸ ਇਕੱਠੇ ਰੱਖੇ ਜਾਂਦੇ ਨੇ ਜਿਵੇਂ ਕਿ ਵਾਈਟ ਬਲੈਕ ਜਿਵੇਂ ਕਿ ਵਾਈਟ ਬਲੇਕ ਇਸ ਤਰੀਕੇ ਨਾਲ ਹੈਗਾ ਜੀ ਆਪਣਾ ਐਂਸਵਰ ਕੌਨਸੋਨੈਂਟ ਸਾਊਂਡ ਬਿਗਿਨਿੰਗ ਕੌਨਸੋਨੈਂਟ ਦਾ ਸਾਊਂਡ ਹੋਏਗਾ ਤਾਂ ਕੌਨਸੋਨੈਂਸ ਹੋ ਜੇਗੀ ਹੋ ਇਹਨਾਂ ਦੇ ਤੁਹਾਡੇ ਕੋਲੋਂ ਕੁਐਸਚਨ ਨਹੀਂ ਪੁੱਛਣਗੇ ਤੁਹਾਡੇ ਕੋਲੋਂ ਐਲੀਟਰੇਸ਼ਨ ਜਾਂ ਆਕਸੀਮੋਰਨ ਪੁੱਛਣਗੇ ਇਹ ਤੁਹਾਨੂੰ ਤੁਹਾਨੂੰ ਬਿਲਕੁਲ ਕਨਫਰਮ ਹੋਣੀ ਚਾਹੀਦੀ ਹੈ ਐਲੀਟਰੇਸ਼ਨ ਤੇ ਆਕਸੀਮੋਰਨ ਤੁਹਾਨੂੰ ਬਿਲਕੁਲ ਕਨਫਰਮ ਹੋਣੀ ਚਾਹੀਦੀ ਹੈ ਐਗਜ਼ਾਮ ਦੇ ਵਿੱਚ ਜਾਣ ਤੋਂ ਆਪੋਜ਼ਿਟ ਇਨ मीनिंग ਆਪੋਜ਼ਿਟ ਇਨ मीनिंग ਤਾਂ ਜਿਹੜੇ ਹੈਗੇ ਨੇ ਓਗਿਮੋਰੋਨ ਵੀ ਹੈਗੇ ਨੇ ਬਟ ਓਗਿਮੋਰੋਨ ਜਿਹੜੇ ਹੈਗੇ ਨੇ ਦੋ ਵਰਡ ਹੈਗੇ ਨੇ ਤੇ ਪੈਰਾਡੌਕਸ ਜਿਹੜਾ ਹੈਗਾ ਪੈਰਾਡੌਕਸ ਜਿਹੜਾ ਹੈਗਾ ਉਹ ਜਿਹੜਾ ਹੈਗਾ ਆਪਣੇ ਕੋਲ ਸਿਰਫ ਹੈਗਾ ਦੋ ਆਈਡੀਆਜ਼ ਆਪੋਜੀਟ ਹੈਗੇ ਨੇ ਦੋ ਦੋ ਆਈਡੀਆਜ਼ ਆਪੋਜੀਟ ਹੈਗੇ ਨੇ 올 ਲਾਈਫ ਐਂਡ ਡੈਥ ਸਿਰਫ ਵਰਡਸ ਨਹੀਂ ਹੈਗੇ ਨੇ ਉਹ ਦੋ ਆਈਡੀਆਜ਼ ਹੈਗੇ ਨੇ ਤੇ ਵਾਈਟ ਐਂਡ ਬਲੈਕ ਜਿਹੜੇ ਹੈਗੇ ਨੇ ਉਹ ਬਿਲਕੁਲ ਜੀ ਦੱਸਦੇ ਆ ਜੀ ਆਕਸੀਮੋਰਨ ਤੇ ਪੈਰਾਡਾਕਸ ਦੇ ਵਿੱਚ ਜਦ ਆਕਸੀਮੋਰਨ ਤੇ ਪੈਰਾਡਾਕਸ ਦੇ ਵਿੱਚ ਜੇ ਤੁਹਾਨੂੰ ਜ਼ਿਆਦਾ ਕਨਫਿਊਜ਼ਨ ਹੁੰਦੀ ਹੈ ਤਾਂ ਸਿੰਪਲ ਸਿੰਪਲ ਤੁਹਾਨੂੰ ਇੱਕ ਟ੍ਰਿਕ ਦੱਸ ਦਿੰਨਾ ਜਦੋਂ ਵੀ ਦੋ ਆਪੋਜੀਟ ਵਰਡਸ ਦੋ ਆਪੋਜੀਟ ਵਰਡਸ ਮੰਨ ਲਓ ਦੋ ਆਪੋਜੀਟ ਵਰਡਸ ਜਿਵੇਂ ਆਪਾਂ ਲਿਖਿਆ ਵਾਈਟ ਬਲੇਕ ਵਾਈਟ ਬਲੇਕ ਜਦੋਂ ਤਾਂ ਇਹ ਬਿਲਕੁਲ ਨਾਲ-ਨਾਲ ਹੋਏ ਜਦੋਂ ਇਹ ਬਿਲਕੁਲ ਨਾਲ-ਨਾਲ ਹੋਏ ਜਦੋਂ ਇਹ ਬਿਲਕੁਲ ਨਾਲ ਨਾਲ ਹੋਏ ਉਦੋਂ ਤਾਂ ਇਹ ਹੋਏਗਾ ਓਕਸੀਮੋਰਨ ਉਦੋਂ ਇਹ ਹੋਏਗਾ ਓਕਸੀਮੋਰਨ ਤੇ ਜਦੋਂ ਇਹ ਨਾ ਵਿਚਾਲੇ ਕੋਈ ਹੋਰ ਵਰਡ ਆ ਗਿਆ ਜਦੋਂ ਇਹਨਾਂ ਵਿਚਾਲੇ ਕੋਈ ਹੋਰ ਵਰਡ ਆ ਗਿਆ ਕੋਈ ਵੀ ਕੋਈ ਵੀ ਹੋਰ ਵਰਡ ਹੋਇਆ ਫਿਰ ਇਹ ਆਪਣਾ ਹੋ ਜਾਏਗਾ ਪੈਰਾਡੌਕਸ ਫਿਰ ਇਹ ਆਪਣਾ ਹੋ ਜਾਏਗਾ ਪੈਰਾਡੌਕਸ ਇਹ ਗੱਲ ਤੁਸੀਂ ਯਾਦ ਰੱਖਣੀ ਹੈ সুইਟ ਵੈਨਮ ਇਨਵੀਜੀਬਲ ਲਾਈਟ ਆਰ ਐਗਜ਼ਾਮਪਲ ਆਰ ਐਗਜ਼ਾਮਪਲ ਆ ਪੈਰਾਡੌਕਸ ਓਕਸੀਮੋਰਨ ਲੇਜੀ ਔਰ ਓਡ ਹਾਂਜੀ ਇਹਨਾਂ ਵਿੱਚੋਂ ਆਨਸਰ ਇਹਨਾਂ ਵਿੱਚੋਂ ਆਨਸਰ ਲਿਵਿੰਗ ਡੈਡ ਬਿਲਕੁਲ ਜੀ ਓਕਸੀਮੋਰਨ ਹੈਗਾ ਲਿਵਿੰਗ ਡੈਡ ਲਵ ਇਜ਼ ਬਲਾਈਂਡ ਪੈਰਾਡੌਕਸ ਨਹੀਂ ਹੈਗਾ ਜੀ ਸਰਵਵਲ ਸਾਊਂਡ ਨੂੰ ਸਿਲੇਬਲ ਵੀ ਕਹਿ ਸਕਦੇ ਆ ਸਿਲੇਬਲ ਜਿਹੜਾ ਹੈਗਾ ਵੋਵਲ ਸਾਊਂਡ ਨੂੰ ਨਹੀਂ ਕਹਿ ਸਕਦੇ ਜੀ ਸਿਲੇਬਲ ਜਿਹੜੇ ਹੈਗੇ ਇੱਕ ਹੋਰ ਟਰਮ ਹੈਗੀ ਹੈ ਸਿਲੇਬਲ ਜਿਹੜਾ ਹੈਗਾ ਸਵੀਟ ਵੈਨਮ ਤੇ ਇਨਵੀਜ਼ੀਬਲ ਲਾਈਟ ਸਵੀਟ ਵੈਨਮ ਤੇ ਇਨਵੀਜ਼ੀਬਲ ਲਾਈਟ ਦਾ ਆਪਣਾ ਅਨਸਰ 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 ਕਰ ਦਿਓ ਛੇਤੀ ਛੇਤੀ ਕਰ ਦਿਓ ਬੀ ਅਨਸਰ ਕਰ ਰਹੇ ਨੇ ਬੀ ਅਨਸਰ ਸੀ ਅਨਸਰ ਕਰ ਰਹੇ ਨੇ ਸੀ ਫੇਰ ਤੋਂ ਅਨਸਰ ਕਰ ਲਿਆ ਇਹਨਾਂ ਨੇ ਸਵੀਟ ਵੈਨਮ ਤੇ ਇਨਵੀਜ਼ੀਬਲ ਲਾਈਟ ਇਨਵੀਜ਼ੀਬਲ ਲਾਈਟ ਲੇਜੀ ਫੇਰ ਕਰ ਰਹੇ ਨੇ ਫੇਰੇ ਲੇਜੀ ਕਰ ਰਹੇ ਨੇ ਬਟ ਇਹ ਜਿਹੜਾ ਹੈਗਾ ਆਪਣਾ ਹੈਗਾ ਐਗਜ਼ੀਮੋਰਨ ਇਹ ਆਪਣੇ ਹੈਗੇ ਨੇ oxymoron ਬਿਲਕੁਲ ਇਹਨਾਂ ਨੂੰ ਪੜ੍ਹ ਕੇ ਵੇਖੋ ਜੀ ਇਹਨਾਂ ਨੂੰ ਪੜ੍ਹ ਕੇ ਵੇਖੋ ਦੋਨੋਂ ਜਿਹੜੇ ਹੈਗੇ ਨੇ ਆਪੋਜੀਟ ਵਰਡ ਹੈਗੇ ਨੇ ਦੋਨੋਂ ਜਿਹੜੇ ਹੈਗੇ ਨੇ ਆਪੋਜੀਟ ਸਵੀਟ ਮੈਨੇ ਮਿੱਠਾ ਤੇ ਵੈਨਮ ਮੈਨੇ ਜ਼ਹਿਰ ਮਿੱਠਾ ਜ਼ਹਿਰ ਨਹੀਂ ਹੁੰਦਾ ਜੀ ਕੋਈ ਇਨਵੀਜੀਬਲ ਲਾਈਟ ਅਦਿਖ ਅਦਿਖ ਜਿਹੜੀ ਕਿ ਦਿਖੇ ਨਾ ਤੇ ਰੋਸ਼ਨੀ ਇਹ ਜੀ ਕੋਈ ਰੋਸ਼ਨੀ ਨਹੀਂ ਹੁੰਦੀ ਜਿਹੜੀ ਦਿਖਦੀ ਨਹੀਂ ਜਿਹੜੀ ਦਿਖਦੀ ਨਹੀਂ ਇਹੋ ਜਿਹੇ ਵਰਡ ਹੋਣਗੇ ਉਹ oxymorons ਹੋਣਗੇ ਪੈਰਾਡੌਕਸ ਤੁਹਾਨੂੰ ਦੱਸਿਆ ਸੀ ਇਲੇਜੀ ਜਿਹੜੀ ਹੈਗੀ ਆ ਇਲੇਜੀ ਜਿਹੜੀ ਹੈਗੀ ਆ ਇਹ ਹੈਗੀ ਆ ਪੋਇਮ ਇਹ ਹੈਗੀ ਆ ਪੋਇਮ ਆਫ ਗਰੀਫ ਪਹਿਲਾਂ ਪੋਇਮਸ ਪੋਇਟਸ ਜਿਹਨੇ ਜਿਹੜੇ ਉਹਨਾਂ ਦਾ ਕੋਈ ਕਰੀਬੀ ਜਾਂ ਤਾਂ ਬਹੁਤ ਕਿਤੇ ਦੂਰ ਵਿਦੇਸ਼ਾਂ ਵਿੱਚ ਜਾਂਦਾ ਸੀ ਤਾਂ ਫੇਅਰਵੈਲ ਦੇ ਉੱਤੇ ਉਹ ਇਲੇਜੀ ਲਿਖਦੇ ਸੀ ਜਾਂ ਉਹਨਾਂ ਦੀ ਜਦੋਂ ਡੈਥ ਹੋ ਜਾਂਦੀ ਸੀ ਕਿਸੇ ਆਪਣੇ ਪਿਆਰੇ ਜਿਹੜੇ ਹੈਗੇ ਨੇ ਫੈਮਿਲੀ ਮੈਂਬਰ ਦੀ ਜਾਂ ਮਿੱਤਰ ਦੀ ਕਿਸੇ ਦੀ ਤਾਂ ਉਹ ਦੁਖੀ ਹੋ ਕੇ ਇੱਕ ਪੋਇਮ ਲਿਖਦੇ ਸੀ ਉਹਨੂੰ ਟ੍ਰਿਬਿਊਟ ਕਰਨ ਵਾਸਤੇ ਉਹਨੂੰ ਇਲੇਜੀ ਕਹਿੰਦੇ ਸੀ। ਔਡ ਜਿਹੜੀ ਹੈਗੀ ਹੈ ਇਹ ਹੈਗੀ ਹੈ ਪੋਇਮ ਆਫ ਪ੍ਰੇਜ ਇਹ ਜਿਹੜੀ ਹੈਗੀ ਹੈ ਪੋਇਮ ਆਫ ਪ੍ਰੇਜ ਇਹ ਜਿਹੜੀ ਹੈਗੀ ਆਪਣੇ ਕੋਲ ਪੋਇਮ ਆਫ ਪ੍ਰੇਜ ਨੈਕਸਟ ਆਪਣੇ ਕੋਲ ਹੈਗਾ ਦਾ ਫੌਕਸ ਇਜ਼ ਓਨ ਯੂজিং ਦਾ ਲੈਂਗੁਏਜ ਰਾਦਰ ਦੈਨ ਐਨਾਲਿਸਿਸ ਆਫ ਦਾ ਲੈਂਗੁਏਜ ਐਂਡ ਗ੍ਰਾਮਰ ਇਜ਼ ਟਾਟ ਇੰਪਲੀਸਿਟਲੀ ਰਾਦਰ ਦੈਨ ਐਕਸਪਲੀਸਿਟਲੀ ਹਾਂਜੀ ਗ੍ਰਾਮਰ ਜਿਹੜੀ ਹੈਗੀ ਆ ਉਹ ਪੜ੍ਹਾਈ ਜਾਂਦੀ ਹੈ ਇੰਪਲੀਸਿਟਲੀ ਬਜਾਏ ਕਿ ਐਕਸਪਲੀਸਿਟਲੀ ਕਿਹੜੀ ਅਪਰੋਚ ਹੈਗੀ ਆ ਡਾਇਰੈਕਟ ਕਮਿਊਨੀਕੇਟਿਵ ਗ੍ਰਾਮਰ ਟਰਾਂਸਲੇਟਰ ਔਰ ਸਟ੍ਰਕਚਰਲ ਔਰ ਸਟ੍ਰਕਚਰਲ ਔਰ ਸਟ੍ਰਕਚਰ ਹਾਂਜੀ ਆਨਸਰ ਦਾ ਫੌਕਸ ਇਜ਼ ਔਨ ਯੂজিং ਦਾ ਲੈਂਗੁਏਜ ਫੌਕਸ ਜਿਹੜਾ ਹੈਗਾ ਲੈਂਗੁਏਜ ਯੂਜ਼ ਕਰਨ ਤੇ ਹੈਗਾ ਫੌਕਸ ਜਿਹੜਾ ਹੈਗਾ ਲੈਂਗੁਏਜ ਯੂਜ਼ ਕਰਨ ਤੇ ਹੈਗਾ ਤੇ ਗ੍ਰਾਮਰ ਜਿਹੜੀ ਹੈਗੀ ਐ ਇੰਪਲੀਸਿਟ ਪੜਾਈ ਜਾਂਦੀ ਐ ਐਕਸਪਲੀਸਿਟ ਨਹੀਂ ਪੜਾਈ ਜਾਂਦੀ ਐ ਐਕਸਪਲੀਸਿਟ ਐਕਸਪਲੀਸਿਟ ਦਾ ਮੀਨਿੰਗ ਹੋਇਆ ਸਪਸ਼ਟ ਐਕਸਪਲੀਸਿਟ ਦਾ ਮੀਨਿੰਗ ਹੋਇਆ ਸਪਸ਼ਟ ਪੜਾਈ ਜਾਂਦੀ ਐ ਤੇ ਇਹਦੇ ਇਸ ਦਾ ਮੀਨਿੰਗ ਹੋਇਆ ਐ ਸਪਸ਼ਟ ਇਸ ਦਾ ਫੀਨਿੰਗ ਫਿਰ ਹੋਇਆ ਐ ਸਪਸ਼ਟ ਐ ਸਪਸ਼ਟ ਪੜਾਈ ਜਾਂਦੀ ਐ ਹਾਂਜੀ ਕਿਹੜਾ ਕਿਹੜਾ ਹੈਗਾ ਐਂਸਰ ਸੀ ਕਰ ਰਹੇ ਨੇ ਗ੍ਰਾਮਰ ਟਰਾਂਸਲੇਸ਼ਨ ਗ੍ਰਾਮਰ ਟ੍ਰਾਂਸਲੇਸ਼ਨ ਬਟ ਕੁਐਸਚਨ ਆਪਣਾ ਹੈਗਾ ਇੱਥੇ ਦ ਫੌਕਸ ਇਜ਼ ਔਨ ਯੂਜ਼ਿੰਗ ਦਾ ਲੈਂਗੁਏਜ ਯੂਜ਼ਿੰਗ ਦਾ ਲੈਂਗੁਏਜ ਇੱਥੋਂ ਪੜਨਾ ਸੀ ਜੀ ਆਪਾਂ ਕੁਐਸਚਨ ਨੂੰ ਇੱਥੋਂ ਪਿਕ ਕਰਨਾ ਸੀ ਯੂਜ਼ਿੰਗ ਦਾ ਲੈਂਗੁਏਜ ਲੈਂਗੁਏਜ ਤਾਂ ਇਹ ਆਪਣੇ ਕੋਲ ਹੈਗੀ ਹੈ ਕਮਿਊਨੀਕੇਟਿਵ ਅਪਰੋਚ ਆਪਾਂ ਲੈਂਗੁਏਜ ਰਾਹੀਂ ਲੈਂਗੁਏਜ ਸਿੱਖਦੇ ਹਾਂ ਬਸ ਕਮਿਊਨੀਕੇਟ ਕਰਕੇ ਕਮਿਊਨੀਕੇਟ ਕਰਕੇ ਉਹਦੇ ਵਿੱਚ ਆਪਾਂ ਨੂੰ ਸਪਸ਼ਟ ਜਿਹੜੀ ਹੈਗੀ ਸਪਸ਼ਟ ਗ੍ਰਾਮਰ ਨਹੀਂ ਪੜਾਈ ਜਾਂਦੀ ਕੀ ਕਿਹਾ ਹੈ ਰਾਦਰ ਦੈਨ ਰਾਦਰ ਦੈਨ ਐ ਸਪਸ਼ਟ ਪੜਾਈ ਜਾਂਦੀ ਹੈ ਸਪਸ਼ਟ ਦੀ ਬਜਾਏ ਐ ਸਪਸ਼ਟ ਜਿਹੜੀ ਹੈਗੀ ਉਹ ਪੜਾਈ ਜਾਂਦੀ ਹੈ ਸਪਸ਼ਟ ਦੀ ਬਜਾਏ ਯਾਨੀ ਕਿ ਕਮਿਊਨੀਕੇਟਿਵ ਅਪਰੋਚ ਹੈਗੀ ਹੈ ਤੇ ਫੋਕਸ ਆਪਣਾ ਹੁੰਦਾ ਕਮਿਊਨੀਕੇਟਿਵ ਅਪਰੋਚ ਦੇ ਵਿੱਚ ਲੈਂਗੁਏਜ ਦੇ ਉੱਤੇ ਤੇ ਜਿਹੜੀ ਗ੍ਰਾਮਰ ਹੈਗੀ ਹੈ ਉਹ ਸਪਸ਼ਟ ਰੂਪ ਦੇ ਵਿੱਚ ਆਪਾਂ ਨੂੰ ਨਹੀਂ ਪੜਾਈ ਜਾਂਦੀ ਆਪਾਂ ਕਮਿਊਨੀਕੇਸ਼ਨ ਦੇ ਦੁਆਰਾ ਹੌਲੀ-ਹੌਲੀ ਐ ਸਪਸ਼ਟ ਹੁੰਦੀ ਆ ਪਹਿਲਾਂ ਪਹਿਲਾਂ ਤੇ ਬਾਅਦ ਦੇ ਵਿੱਚ ਹੌਲੀ ਹੌਲੀ ਆਪਾਂ ਸਾਰਾ ਕੁਝ ਸਿੱਖ ਜਾਂਦੇ ਆ ਨੈਕਸਟ ਆਪਣੇ ਕੋਲ ਹੈਗਾ ਲੈਂਗੁਏਜ ਜੈ ਟੂਲ ਬਿਕਾਜ਼ ਲੈਂਗੁਏਜ ਇੱਕ ਟੂਲ ਹੈਗਾ ਕਿਉਂ ਕਿ ਯੂਜ਼ਡ ਫਾਰ ਕਨਵੇਇੰਗ ਆਈਡੀਆਜ਼ ਯੂਜ਼ਡ ਫਾਰ ਕਮਿਊਨੀਕੇਸ਼ਨ ਯੂਜ਼ਡ ਫਾਰ ਪ੍ਰੋਸੈਸਿੰਗ ਆਈਡੀਆਜ਼ ਯੂਜ਼ਡ ਫਾਰ ਥਿੰਕਿੰਗ ਹਾਂਜੀ ਆਨਸਰਸ ਇੱਕ ਵਾਰੀ ਫੇਰ ਆਪਣੀ ਕਲਾਸ ਜਿਹੜੀ ਹੈਗੀ ਆ ਉਹਨੂੰ ਸ਼ੇਅਰ ਕਰ ਲਿਓ 2 ਘੰਟੇ ਆਪਣੀ ਕਲਾਸ ਨੌਨ ਸਟਾਪ ਹੋ ਗਈ ਹੈ 2 ਘੱਟੇ ਬਹੁਤ ਵਧੀਆ ਆਪਣੀ ਕਲਾਸ ਚੱਲ ਰਹੀ ਹੈ ਲੈਂਗੁਏਜ ਇਜ਼ ਟੂਲ ਟੂਲ ਕਿਉਂ ਹੈਗੀ ਹੈ ਟੂਲ ਇਹਨੂੰ ਕਿਉਂ ਮੰਨਿਆ ਗਿਆ ਹਾਂਜੀ ਆਨਸਰ ਬੀ ਬੀ ਆਨਸਰ ਬੀ ਆਨਸਰ ਬੀ ਆਨਸਰ ਬਿਲਕੁਲ ਜੀ ਬਿਲਕੁਲ ਕਰੈਕਟ ਆਨਸਰ ਹੈ ਦਾ ਬੀ ਹੈਗਾ ਲੈਂਗੁਏਜ ਨੂੰ ਟੂਲ ਮੰਨਿਆ ਗਿਆ ਕਿਉਂਕਿ ਇਹ ਜਿਹੜੀ ਹੈਗੀ ਹੈ ਕਮਿਊਨੀਕੇਸ਼ਨ ਵਾਸਤੇ ਯੂਜ਼ ਹੁੰਦੀ ਹੈ ਕਮਿਊਨੀਕੇਸ਼ਨ ਦਾ ਇੱਕ ਸਾਧਨ ਹੈਗੀ ਹੈ ਆਪਣੀ ਲੈਂਗੁਏਜ ਇੰਟੈਂਸਿਵ ਰੀਡਿੰਗ ਇਜ਼ ਐਂਡ ਐਟ ਹੈਲਪਿੰਗ ਦਾ ਲਰਨਰਸ ਰੀਡ ਟੈਕਸਟ ਫਾਰ ਇੰਟੈਂਸਿਵ ਰੀਡਿੰਗ ਜਿਹੜੀ ਹੈਗੀ ਹੈ ਉਹ ਲਰਨਰ ਨੂੰ ਕੀ ਹੈਲਪ ਕਰਦੀ ਹੈ ਕਿ ਉਹ ਟੈਕਸਟ ਜਿਹੜਾ ਹੈਗਾ ਕਿਹਦੇ ਵਾਸਤੇ ਪੜਦਾ ਇਨਫੋਰਮੇਸ਼ਨ ਵਾਸਤੇ ਇੰਪਰੂਵਿੰਗ ਸਟੱਡੀ ਸਟੱਡੀ ਸਕਿਲਸ ਐਕੂਰੇਸੀ ਪਲੇਜ਼ਰ ਓਨਲੀ ਹਾਂਜੀ 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 ਆਨਸਰ ਬੀ ਆਨਸਰ ਬੀ ਆਨਸਰ ਬੀ ਆਨਸਰ ਬਿਲਕੁਲ ਬਿਲਕੁਲ ਜੀ ਬਿਲਕੁਲ ਕਰੈਕਟ ਆਨਸਰ ਬਿਲਕੁਲ ਕਰੈਕਟ ਪਾਣੀ ਵਗੈਰਾ ਪੀ ਲੋ ਪਾਣੀ ਜੀ ਤੁਹਾਡਾ ਪੀਐਸਟੈਟ ਪਾਸ ਕਰਵਾ ਕੇ ਹੀ ਪਾਣੀ ਪੀਵਾਂਗੇ ਇੰਪਰੂਵਿੰਗ ਸਟੱਡੀ ਸਕਿਲਸ ਇੰਟੈਂਸਿਵ ਰੀਡਿੰਗ ਜਿਹੜੀ ਹੈਗੀ ਹੈ ਸਟੱਡੀ ਸਕਿਲਸ ਸਟੱਡੀ ਸਕਿਲਸ ਸਟੱਡੀ ਸਕਿਲਸ ਦਾ ਮੀਨਿੰਗ ਹੁੰਦਾ ਸਟੱਡੀ ਸਟੱਡੀ ਜਿਹੜੀ ਹੈਗੀ ਹੈ ਉਹ ਰੀਡਿੰਗ ਸਕਿੱਲ ਹੀ ਹੁੰਦੀ ਹੈ ਅਸਲ ਦੇ ਵਿੱਚ ਟੈਮੋਲੋਜੀ ਇਜ਼ ਟੈਮੋਲੋਜੀ ਇੱਕ ਟਰਮ ਹੈਗੀ ਹੈ ਕੀ ਚੀਜ਼ ਹੈਗੀ ਹੈ ਸਾਇੰਸ ਆਫ ਪੈਡਾਗੋਜੀ ਸਾਇੰਸ ਆਫ ਸਟੱਡੀ ਆਫ ਲੈਂਗੁਏਜ ਸਾਇੰਸ ਆਫ ਮੀਨਿੰਗ ਆਫ ਵਰਡਸ ਸਾਇੰਸ ਆਫ ਨੋਇੰਗ ਦਾ ਰੀਜ਼ਨ ਆਫ ਵਰਡਸ ਹਾਂਜੀ ਅਨਸਰਸ ਹਾਂਜੀ ਅਨਸਰਸ ਸੀ ਤੇ ਬੀ ਏ ਏ ਵੀ ਅਨਸਰ ਆ ਰਿਹਾ ਬੀ ਵੀ ਆ ਰਿਹਾ ਸਾਰਾ ਡਿਟੇਲ ਸਟਡੀ ਹੁੰਦੀ ਹੈ ਇਨਫੋਰਮੇਟਿਵ ਲਈ ਹਾਂਜੀ ਇਨਫੋਰਮੇਟਿਵ ਜਿਹੜੀ ਹੈਗੀ ਹੈ ਡਿਟੇਲਡ ਸਟਡੀ ਹੁੰਦੀ ਹੈ ਅ ਵੈਸੇ ਜਿਹੜੀ ਇੰਟੈਂਸਿਵ ਰੀਡਿੰਗ ਹੈ ਇਹ ਵੀ ਇਨਫੋਰਮੇਟਿਵ ਡਿਟੇਲਡ ਸਟਡੀ ਹੀ ਹੁੰਦੀ ਹੈ ਪਰਮਿੰਦਰ ਕੋਰ ਜੀ ਕਹਿੰਦੇ ਡੀ ਨਿੰਦਰ ਜੀ ਕਹਿੰਦੇ ਡੀ ਸੁਨੇਨਾ ਲਾਈਫਸਟਾਈਲ ਬੀ ਜੋਤੀ ਬਾਬਾ ਡੀ ਕੁਮਾਰ ਸੰਦੀਪ ਜੀ ਕਹਿੰਦੇ ਬੀ ਟੈਮੋਲੋਜੀ ਜਿਹੜੀ ਹੈਗੀ ਆਪਣਾ ਕਰੈਕਟ ਆਨਸਰ ਹੈਗਾ ਸਾਇੰਸ ਆਫ ਨੋਇੰਗ ਦਾ origin ਆਫ ਵਰਡਸ ਸ਼ਬਦਾਂ ਦੀ ਉਤਪਤੀ ਉਤਪਤੀ ਸੰਬੰਧੀ ਜਿਹੜੀ ਸਾਇੰਸ ਹੈਗੀ ਹੈ ਕਿ ਸ਼ਬਦ ਜਿਹੜੇ ਹੈਗੇ ਨੇ ਕਿੱਥੇ ਪੈਦਾ ਹੋਏ ਇਹ ਇਸ ਚੀਜ਼ ਦੀ ਸਟੱਡੀ ਕਰਦੀ ਹੈ ਟੈਮੋਲੋਜੀ ਸਾਇੰਸ ਆਫ ਪੈਡਾਗੋਜੀ ਪੈਡਾਗੋਜੀ ਜਿਹੜੀ ਹੈਗੀ ਉਹ ਖੁਦ ਹੀ ਇੱਕ ਸਾਇੰਸ ਹੈਗੀ ਹੈ ਸਾਇੰਸ ਆਫ ਪੈਡਾਗੋਜੀ ਜਿਹੜੀ ਹੈਗੀ ਆ ਉਹ ਹੈਗੀ ਆ ਸਾਇੰਸ ਆਫ ਟੀਚਿੰਗ ਸਾਇੰਸ ਆਫ ਟੀਚਿੰਗ ਸਾਇੰਸ ਆਫ ਸਟਡੀ ਆਫ ਲੈਂਗੁਏਜ ਸਟਡੀ ਆਫ ਲੈਂਗੁਏਜ ਲਿੰਗੁਇਸਟਿਕਸ ਹੈਗੀ ਆ ਆਪਣੇ ਕੋਲ ਲਿੰਗੁਇਸਟਿਕਸ ਲਿੰਗੁਇਸਟਿਕਸ ਹੈਗੀ ਹੈ ਸਾਇੰਸ ਆਫ ਮੀਨਿੰਗ ਮੀਨਿੰਗ ਦੀ ਜਦੋਂ ਵੀ ਗੱਲ ਆਏਗੀ ਆਪਣੇ ਕੋਲ ਗੱਲ ਆਏਗੀ ਸਿਮੈਂਟਿਕਸ ਸਿਮੈਂਟਿਕਸ ਹੈਗਾ ਇਹ ਇਹ ਹੈਗੀ ਆਪਣੇ ਕੋਲ ਸਿਮੈਂਟਿਕਸ ਇਹ ਹੈਗੀ ਆਪਣੇ ਕੋਲ ਸਿਮੈਂਟਿਕਸ ਨੈਕਸਟ ਆਪਣੇ ਕੋਲ ਹੈਗਾ ਨੋਇੰਗ ਅ ਵਰਡ ਮੀਨਸ ਆਪਾਂ ਕਿਸੇ ਵਰਡ ਨੂੰ ਜਾਣਦੇ ਆ ਇਹਦਾ ਮੀਨਿੰਗ ਹਾਊ ਵੇਅਰ ਐਂਡ ਵੈਨ ਇਟ ਇਜ਼ ਯੂਜ਼ਡ ਹਾਊ ਦਾ ਵਰਡ ਇਜ਼ ਸਪੈਲਟ ਹੂ ਸਪੀਕਸ ਦਾ ਵਰਡ ਟੂ ਨੋ ਟੂ ਰਾਈਟ ਦਾ ਵਰਡ ਹਾਂਜੀ ਆਨਸਰ ਹਾਂਜੀ ਹਾਂਜੀ ਆਨਸਰ ਥੈਂਕਸ ਜੀ ਥੈਂਕਸ ਥੈਂਕਸ ਇਹ ਸਭ ਕੁਝ ਤੁਹਾਡੇ ਲਈ ਹੈ knowing a word means know how how where and when it is used d kar rahe ne answer to know to write the word who speak the word semantics a d knowing knowing a word hun jehda hai ga apne kol es da apne kol answer hai ga a ਨੋਇੰਗ ਅ ਵਰਡ ਆਪਾਂ ਕਿਸੇ ਵਰਡ ਨੂੰ ਜਾਣਦੇ ਆ ਇਸ ਦਾ ਮੀਨਿੰਗ ਇਹ ਹੈ ਵੀ ਆਪਾਂ ਇਹ ਵੀ ਜਾਣਦੇ ਆ ਵੀ ਉਸ ਵਰਡ ਨੂੰ ਆਪਾਂ ਕਿੱਥੇ ਕਦੋਂ ਯੂਜ਼ ਕਰਨਾ ਹੈ ਕਿੱਥੇ ਕਦੋਂ ਤੇ ਕਿਵੇਂ ਯੂਜ਼ ਕਰਨਾ ਹੈ ਕਿਸੇ ਵਰਡ ਦਾ ਆਪਾਂ ਨੂੰ ਮੀਨਿੰਗ ਪਤਾ ਹੈ ਕਿਸੇ ਵਰਡ ਦਾ ਆਪਾਂ ਨੂੰ ਮੀਨਿੰਗ ਪਤਾ ਹੈ ਕੋਈ ਵਰਡ ਆਪਾਂ ਜਾਣਦੇ ਆ ਤਾਂ ਆਪਾਂ ਇਹ ਵੀ ਜਾਣਦੇ ਆ ਕਿ ਉਹ ਵਰਡ ਜਿਹੜਾ ਹੈਗਾ ਕਿੱਥੇ ਕਦੋਂ ਤੇ ਕਿਵੇਂ ਯੂਜ਼ ਕਰਨਾ ਹੈ ਜਿਵੇਂ ਗੁੱਡ ਮਾਰਨਿੰਗ ਜਿਵੇਂ ਆਪਾਂ ਇੱਕ ਐਗਜ਼ਾਮਪਲ ਲਈਏ ਗੁੱਡ ਮਾਰਨਿੰਗ ਆਪਾਂ ਸਭ ਜਾਣਦੇ ਆ ਗੁੱਡ ਮਾਰਨਿੰਗ ਆਪਾਂ ਸਭ ਗੁੱਡ ਮਾਰਨਿੰਗ ਜਾਣਦੇ ਆ ਤਾਂ ਆਪਾਂ ਜਿਹੜੇ ਹੈਗੇ ਆ ਇਹ ਵੀ ਜਾਣਦੇ ਆ ਵੀ ਗੁੱਡ ਮਾਰਨਿੰਗ ਨੂੰ ਕਦੋਂ ਯੂਜ਼ ਕਰਨਾ ਹੈ ਕਦੋਂ ਯੂਜ਼ ਕਰਨਾ ਹੈ ਕਿੱਥੇ ਯੂਜ਼ ਕਰਨਾ ਹੈ ਤੇ ਕਿਵੇਂ ਯੂਜ਼ ਕਰਨਾ ਆਪਾਂ ਇਹ ਵੀ ਜੋ ਹੈਗੇ ਆ ਜਾਣਦੇ ਆ ਟੂ ਨੋ ਹਾਊ ਇਹ ਜਿਹੜੇ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਅੰਸੂ ਇਜ਼ ਟੀਚਿੰਗ ਇੰਗਲਿਸ਼ ਟੂ ਕਲਾਸ sixth students and her class seems to be noisy she is probably oh khendi ve class 6 nu padha rahi hai te oh jehde hage ne bacche rola paare ne te oh jehdi hage teacher uh, de vich ki uh, hega agge options hage ne apne kol not able to manage the class and ve oh jehdi hage manage nahi kar saki class nu teaching a crowded crowded class bhi ke bhari hoyi bheed wali class nu oh padha rahi hai not bothered about the noise ਵੀ ਉਹਨੂੰ ਕੋਈ ਟੈਂਸ਼ਨ ਨਹੀਂ ਹੋਈ ਜਾਵੇ ਰੋਲਾ ਹੈਵਿੰਗ ਗਰੁੱਪ ਵਰਕ ਔਰ ਉਹ ਗਰੁੱਪ ਵਰਕ ਕਰਾ ਰਹੀ ਹੈ ਜਾਂ ਫਿਰ ਉਹ ਜਿਹੜੀ ਹੈਗੀ ਹੈ ਗਰੁੱਪ ਵਰਕ ਕਰਵਾ ਰਹੀ ਹੈ ਸਰ ਕਿੰਨੇ ਟਾਈਮ ਹੋਰ ਲੱਗੇਗਾ ਹਾਂਜੀ ਇਹ ਬਸ ਅੱਧਾ ਘੰਟਾ ਹੋਰ ਲੱਗੇਗਾ ਜੀ ਹੈਵਿੰਗ ਗਰੁੱਪ ਵਰਕ ਆਨਸਰ ਹੈਗਾ ਆਪਣੇ ਕੋਲ ਡੀ ਨਹੀਂ ਲੱਗਦਾ ਥੱਕ ਗਏ ਤੁਸੀਂ ਰੋਲ ਪਲੇ ਇਜ਼ ਐਨ ਐਕਟੀਵਿਟੀ ਫਾਰ ਪ੍ਰੋਮੋਟਿੰਗ ਰੋਲ ਪਲੇ ਜਿਹੜੀ ਹੈਗੀ ਆ ਉਹ ਕਿਸ ਚੀਜ਼ ਨੂੰ ਪਰ ਸਾਰਿਆਂ ਨੇ ਪੱਕਾ ਪਾਸ ਹੋ ਜਾਣਾ ਤੁਸੀਂ ਬਹੁਤ ਵਧੀਆ ਸਮਝਾਉਂਦੇ ਹੋ ਥੈਂਕਸ ਜੀ ਥੈਂਕਸ ਥੈਂਕਸ ਜੀ ਥੈਂਕਸ ਥੈਂਕਸ ਅਗੇਨ ਰੋਲ ਪਲੇ ਹੈਗੀ ਆ ਜਿਹੜੀ ਐਕਟੀਵਿਟੀ ਹੈਗੀ ਆ ਕਿਸ ਜਿਸ ਚੀਜ਼ ਨੂੰ ਪ੍ਰੋਮੋਟ ਕਰਦੀ ਹੈ ਸਪੀਕਿੰਗ ਐਂਡ ਲਿਸਨਿੰਗ ਰਾਈਟਿੰਗ ਅਸੈਸਮੈਂਟ ਔਰ ਲਿਸਨਿੰਗ ਰੋਲ ਪਲੇ ਰੋਲ ਪਲੇ ਜਿਹੜਾ ਹੈਗਾ ਆਪਣਾ ਆਨਸਰ ਹੈਗਾ ਸਪੀਕਿੰਗ ਐਂਡ ਲਿਸਨਿੰਗ ਰੋਲ ਪਲੇ ਦੀ ਜਦੋਂ ਗੱਲ ਹੋਏਗੀ ਤਾਂ ਰੋਲ ਪਲੇ ਜਿਹੜੀ ਐਕਟੀਵਿਟੀ ਆ ਪ੍ਰਮੋਟ ਕਰਦੀ ਆ ਡਿਵੈਲਪ ਕਰਦੀ ਆ ਸਪੀਕਿੰਗ ਤੇ ਲਿਸਨਿੰਗ ਸਕਿੱਲ ਨੂੰ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਗੁੱਡ ਲੈਂਗੁਏਜ ਟੈਕਸਟਬੁੱਕ ਸ਼ੁੱਡ ਇਨਕਲੂਡ ਇਹ ਕੁਐਸਚਨ ਆਪਾਂ ਨੂੰ ਆਉਣਾ ਚਾਹੀਦਾ ਸਭ ਨੂੰ ਇਹ ਕੁਐਸਚਨ ਐਗਜ਼ਾਮ ਦੇ ਵਿੱਚ ਸਿੱਧਾ-ਸਿੱਧਾ ਆਏਗਾ ਇਹ ਗੁੱਡ ਲੈਂਗੁਏਜ ਟੈਕਸਟਬੁੱਕ ਸ਼ੁੱਡ ਇਨਕਲੂਡ ਗੁੱਡ ਲੈਂਗੁਏਜ ਟੈਕਸਟਬੁੱਕ ਦੇ ਵਿੱਚ ਕੀ ਹੋਣਾ ਚਾਹੀਦਾ ਮੋਰ ਗ੍ਰਾਮਰ ਐਕਸਰਸਾਈਜ਼ ਐਕਸਟ੍ਰੈਕਟ from british and american literature interesting stories attractive fonts illustrations and learner friendly texts d hega aidan answer ehda answer hega d ehda answer hega apne kol d answer apne kol hega ehda next apne kol question hega minimal pairs are usually ਯੂਜ਼ਡ ਟੂ ਗੇ ਪ੍ਰੈਕਟਿਸਨ ਮਿਨਿਮਲ ਪੇਅਰ ਜਿਹੜੇ ਹੈਗੇ ਨੇ ਉਹ ਆਪਾਂ ਕਿਉਂ ਯੂਜ਼ ਕਰਦੇ ਆ ਕਿਸ ਚੀਜ਼ ਦੀ ਪ੍ਰੈਕਟਿਸ ਕਰਾਉਂਦੇ ਆ ਮਿਨਿਮਲ ਯੂ ਪੇਅਰ ਜਿਹੜੇ ਹੈਗੇ ਨੇ ਆਪਾਂ ਕਿਸ ਚੀਜ਼ ਦੀ ਪ੍ਰੈਕਟਿਸ ਕਰਾਉਣ ਵਾਸਤੇ ਯੂਜ਼ ਕਰਦੇ ਨੇ ਟੀਚਰ ਰੀਡਿੰਗ ਵੋਕੈਬਲਰੀ ਸਟਰਕਚਰ ਔਰ ਪਰਨੰਸੀਏਸ਼ਨ ਹਾਂਜੀ ਆਨਸਰਸ ਹਾਂਜੀ ਆਨਸਰਸ ਰੀਡਿੰਗ ਵੋਕੈਬਲਰੀ ਸਟਰਕਚਰਸ ਔਰ ਪਰਨੰਸੀਏਸ਼ਨ ਮਿਨਿਮਲ ਪੇਅਰਸ ਜਿਹੜੇ ਹੈਗੇ ਨੇ ਮਿਨਿਮਲ ਪੇਅਰਸ मिनिमल पेयर्स मिनिमल पेयर्स ਜਿਵੇਂ ਆਪਾਂ ਗੱਲ ਕਰੀ ਸੀ ਤੇ ਵਟ ਸੈਟ ਗੈਟ ਇਸ ਤਰੀਕੇ ਨਾਲ ਯਾਨੀ ਕਿ ਇੱਕ ਸਾਊਂਡ ਇੱਕ ਸਾਊਂਡ ਨੂੰ ਚੇਂਜ ਕਰਨ ਨਾਲ ਪੂਰਾ ਵਰਡ ਚੇਂਜ ਹੋ ਗਿਆ ਇਹੋ ਜਿਹੇ ਜਿਹੜੇ ਵਰਡਸ ਹੁੰਦੇ ਨੇ ਉਹ ਦੋ ਚਾਰ ਜਾਂ ਜਿੰਨੇ ਵੀ ਵਰਡਸ ਇਕੱਠੇ ਹੁੰਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਪੜਾਇਆ ਜਾਂਦਾ ਹੈ ਤੇ ਉਹ ਜਿਹੜੇ ਹੈਗੇ ਨੇ ਕਿਉਂ ਯੂਜ਼ ਕੀਤੇ ਜਾਂਦੇ ਆ ਵੋਕੈਬਲਰੀ ਦੀ ਪ੍ਰੈਕਟਿਸ ਕਰਾਉਂਦੇ ਆ ਸਟਰਕਚਰ ਦੀ ਕਰਾਉਂਦੇ ਆ ਰੀਡਿੰਗ ਦੀ ਕਰਾਉਂਦੇ ਆ ਪ੍ਰਨੰਸੀਏਸ਼ਨ ਦੀ ਕਰਾਉਂਦੇ ਆ ਵੋਕੈਬਲਰੀ ਦੀ ਜਿਹੜੀ ਆ ਪ੍ਰੈਕਟਿਸ ਨਹੀਂ ਕਰਾਉਂਦੇ ਉਹ ਜਿਹੜੇ ਹੈਗੇ ਨੇ ਸਟਰਕਚਰਸ ਸਟਰਕਚਰਸ ਦੀ ਪ੍ਰੈਕਟਿਸ ਕਰਾਉਂਦੇ ਨੇ ਉਹ ਜਿਹੜੀ ਹੈਗੇ ਨੇ ਸਟਰਕਚਰਸ ਦੀ ਪ੍ਰੈਕਟਿਸ ਕਰਵਾਉਂਦੇ ਨੇ ਨੈਕਸਟ ਆਪਣੇ ਕੋਲ ਹੈਗਾ ਵੈਨ ਸਟੂਡੈਂਟਸ ਲਰਨ ਅ ਲੈਂਗੁਏਜ ਫਾਰ ਬ੍ਰਾਈਟ এমਪਲੋਇਮੈਂਟ ਅਪਰਚੂਨਿਟੀਆਂ ਥੇਅਰ ਮੋਟੀਵੇਸ਼ਨ ਇਜ ਉਹ ਕਹਿੰਦਾ ਵੀ ਬ੍ਰਾਈਟ ਅਪਰਚੁਨਿਟੀ এমਪਲੋਇਮੈਂਟ ਵੀ ਬਹੁਤ ਵਧੀਆ ਨੌਕਰੀ ਵਾਸਤੇ ਉਹ ਪੜ ਰਿਹਾ ਹੈ ਬੱਚਾ ਤਾਂ ਉਹਦੀ ਮੋਟੀਵੇਸ਼ਨ ਜਿਹੜੀ ਹੈਗੀ ਉਹ ਕਿਸ ਪ੍ਰਕਾਰ ਦੀ ਹੈਗੀ ਕਿਹੜੇ ਤਰੀਕੇ ਦੀ ਹੈਗੀ ਐਕਸਟ੍ਰਿੰਕਸਿਕ ਇੰਟਰਨਸਿਕ ਐਕਜੋਟਿਕ ਔਰ ਐਸੈਂਟ੍ਰਿਕ ਹਾਂਜੀ ਕਿਹੜੀ ਉਹਦੀ ਹੈਗੀ ਹੈ ਅੱਧਾ ਘੰਟਾ ਹੋਰ ਚੱਲੇਗੀ ਜੀ ਵੈਨ ਸਟੂਡੈਂਟਸ ਲਰਨ ਅ ਲੈਂਗੁਏਜ ਫਾਰ ਬ੍ਰਾਈਟ এমਪਲੋਇਮੈਂਟ ਅਪਰਚੁਨਿਟیز ਥੇਅਰ ਮੋਟੀਵੇਸ਼ਨ ਇਜ਼ ਬਾਰ ਬਾਰੀ ਅੰਦਰੂਨੀ ਐਗਜ਼ੋਟਿਕ اور ਐਸੈਂਟ੍ਰਿਕ ਹਾਂਜੀ ਕਿਹੜੀ ਹੈਗੀ ਐ ਐਨਸਰ ਏ ਏ ਐਨਸਰ ਏ ਐਨਸਰ ਏ ਐਨਸਰ ਐਕਸਟ੍ਰੀਨਸਿਕ ਹੈਗੀ ਐ ਜੇ ਬਿਲਕੁਲ ਬਿਲਕੁਲ ਉਹ ਜਿਹੜਾ ਹੈਗਾ ਬਾਹਰ ਇੱਕ ਬਹੁਤ ਵਧੀਆ ਜਿਹੜੀ ਹੈਗੀ ਐ ਨੌਕਰੀ ਵਾਸਤੇ ਪੜਾਈ ਕਰ ਰਿਹਾ ਤਾਂ ਉਹਦੀ ਬਾਹਰਲੀ ਮੋਟੀਵੇਸ਼ਨ ਜਿਹੜਾ ਹੈਗਾ ਬਾਹਰਲਾ ਮੋਟੀਵੇਸ਼ਨ ਕੰਮ ਕਰ ਰਿਹਾ ਹੈ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਵਿੱਚ ਲਰਨਿੰਗ ਡੋਮੇਨ ਕੰਸਟੀਟਿਊਟ ਹਾਇਰ ਆਰਡਰ ਥਿੰਕਿੰਗ ਹਾਇਰ ਆਰਡਰ ਥਿੰਕਿੰਗ ਇਹ ਜਿਹੜੀ ਹੈਗੀ ਐ ਬਲੂਮ ਟੈਕਸਨੋਮੀ ਇਹ ਜਿਹੜੀ ਹੈਗੀ ਹੈ ਬਲੂਮ ਟੈਕਸਨੋਮੀ ਦੀ ਗੱਲ ਕਰ ਰਹੇ ਨੇ ਬਲੂਮ ਟੈਕਸਨੋਮੀ ਦੀ ਗੱਲ ਕਰ ਰਹੇ ਨੇ ਤੇ ਇਹਦੇ ਵਿੱਚੋਂ ਉਹਨਾਂ ਨੇ ਪੁੱਛਿਆ ਵੀ ਇਹਨਾਂ ਵਿੱਚੋਂ ਕਿਹੜਾ ਹੈਗਾ ਹਾਇਰ ਹਾਇਰ ਆਰਡਰ ਥਿੰਕਿੰਗ ਵਾਲਾ ਕਿਹੜਾ ਡੋਮੇਨ ਹੈਗਾ ਰਿਮੈਂਬਰਿੰਗ ਅੰਡਰਸਟੈਂਡਿੰਗ ਐਪਲੀਕੇਸ਼ਨ ਈਵੈਲੂਏਸ਼ਨ ਹਾਂਜੀ ਆਨਸਰ ਹਾਂਜੀ ਆਨਸਰ ਅੱਗੇ ਪਿੱਛੇ ਚੱਲ ਰਿਹਾ ਹੈ ਮੈਂ ਆ ਤੱਕ ਉੱਥੇ ਹੋ ਗਿਆ ਇਵੈਲਿਊਏਸ਼ਨ ਆਪਣੇ ਆਨਸਰ ਹੈਗਾ ਜੀ ਇਵੈਲਿਊਏਸ਼ਨ ਕਰੈਕਟ ਆਨਸਰ ਇਹਦਾ ਹੈਗਾ ਇਵੈਲਿਊਏਸ਼ਨ ਵਾਟ ਇਜ਼ ਦਾ ਸਟੇਟਸ ਗਿਵਨ ਟੂ ਇੰਗਲਿਸ਼ ਬਾਈ ਦਾ ਇੰਡੀਅਨ ਕਨਸਟੀਟਿਊਸ਼ਨ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਹੈਗਾ ਉਸ ਨੇ ਇੰਗਲਿਸ਼ ਨੂੰ ਕੀ ਸਟੇਟਸ ਕੀ ਸਟੇਟਸ ਦਿੱਤਾ ਹੈ ਕੀ ਸਟੇਟਸ ਦਿੱਤਾ ਹੈਗਾ ਜੀ ਨੋਲੇਜ ਕੰਪੈਰੀਜ਼ਨ ਐਪਲੀਕੇਸ਼ਨ ਐਨਾਲਿਸਿਸ ਸਿੰਥੇਸਿਸ ਇਵੈਲਿਊਏਸ਼ਨ ਬਿਲਕੁਲ ਇਹੀ ਹੈਗਾ ਜੀ ਸਿਸਟਮ ਤੇ ਹਾਇਰ ਆਰਡਰ ਹੈਗਾ ਇਵੈਲੂਏਸ਼ਨ ਐਸੋਸੀਏਟ ਅਫੀਸ਼ੀਅਲ ਲੈਂਗੁਏਜ ਬਿਲਕੁਲ ਜੀ ਬਿਲਕੁਲ ਕਰੈਕਟ ਆਨਸਰ ਹੈਗਾ ਐਸੋਸੀਏਟ ਅਫੀਸ਼ੀਅਲ ਲੈਂਗੁਏਜ ਬਟ ਇਹਦੇ ਵਿੱਚ ਕਈ ਵਾਰੀ ਕਨਫਿਊਜ਼ਨ ਹੁੰਦੀ ਹੈ ਕਿ ਕਈ ਬੱਚੇ ਕਹਿੰਦੇ ਵੀ ਸੈਕੰਡ ਲੈਂਗੁਏਜ ਸੈਕੰਡ ਲੈਂਗੁਏਜ ਸੈਕੰਡ ਲੈਂਗੁਏਜ ਵੀ ਮੰਨਿਆ ਕਈ ਬੱਚੇ ਕਹਿੰਦੇ ਵੀ ਸੈਕੰਡ ਲੈਂਗੁਏਜ ਵੀ ਮੰਨਿਆ ਸੈਕੰਡ ਲੈਂਗੁਏਜ ਦੀ ਗੱਲ ਜਿਹੜੀ ਹੈਗੀ ਹੈ ਉਹ ਕਹੀ ਸੀ ਐਨਸੀਐਫ 2005 ਨੇ NCF 2005 ਨੇ ਇੰਗਲਿਸ਼ ਨੂੰ ਸੈਕੰਡ ਲੈਂਗੁਏਜ ਮੰਨਿਆ ਹੈ ਇੰਡੀਅਨ ਕਨਸਟੀਟਿਊਸ਼ਨ ਨੇ ਇੰਗਲਿਸ਼ ਨੂੰ ਐਸੋਸੀਏਟ ਅਫੀਸ਼ੀਅਲ ਲੈਂਗੁਏਜ ਮੰਨਿਆ ਹੈ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਫਾਰਮੇਟਿਵ ਅਸੈਸਮੈਂਟ ਇਜ਼ ਅਸੈਸਮੈਂਟ ਫਾਰਮੇਟਿਵ ਕਿਹੜੀ ਹੈਗੀ ਆਫ ਲਰਨਿੰਗ ਐਟ ਲਰਨਿੰਗ ਇਨ ਲਰਨਿੰਗ ਫੋਰ ਲਰਨਿੰਗ ਹਾਂਜੀ ਫਾਰਮੇਟਿਵ ਅਸੈਸਮੈਂਟ ਸੈਕੰਡ ਲੈਂਗੁਏਜ ਟਾਰਗੇਟ ਲੈਂਗੁਏਜ ਜਿਹੜੀ ਹੈਗੀ ਹੈ NCF 2005 ਨੇ ਮੰਨਿਆ ਇਸ ਨੂੰ ਤੈ ਅਸੰਵਿਧਾਨ ਨੇ ਮੰਨਿਆ ਹੈ Uh, associate official ਹੈਗੀ ਹੈ ਜੀ ਇੰਗਲਿਸ਼ ਲੈਂਗੁਏਜ ਸੁਣਿਦਾ ਅੰਚੇ ਫਾਰਮੇਟਿਵ ਅਸੈਸਮੈਂਟ ਜਿਹੜੀ ਹੈਗੀ ਹੈ ਅਸੈਸਮੈਂਟ ਫਾਰ ਲਰਨਿੰਗ ਤੇ ਅਸੈਸਮੈਂਟ ਆਫ ਲਰਨਿੰਗ ਕਿਹੜੀ ਹੋਗੀ ਆਪਣੀ ਸਮੈਟਿਵ ਇਹ ਆਪਣੀ ਹੋਗੀ ਸਮੈਟਿਵ ਅਸੈਸਮੈਂਟ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਵੈਨ ਲਰਨਰਸ ਆਰ ਇੰਗੇਜਡ ਇਨ ਅ ਪੇਅਰ ਐਕਟੀਵਿਟੀ taking on roles of a doctor and a patient the activity is called ਜਿਹੜੇ ਹੈਗੇ ਨੇ ਸਟੂਡੈਂਟ ਹੈਗੇ ਨੇ ਉਹ ਰੋਲ ਪਲੇ ਕਰ ਰਹੇ ਨੇ ਡਾਕਟਰ ਦਾ ਤੇ ਪੇਸ਼ੈਂਟ ਦਾ ਤੇ ਇਹ ਜਿਹੜੀ ਐਕਟੀਵਿਟੀ ਹੈਗੀ ਹੈ ਪੇਰ ਐਕਟੀਵਿਟੀ ਹੈਗੀ ਹੈ ਤੇ ਇਹ ਜਿਹੜੀ ਹੈਗੀ ਐਕਟੀਵਿਟੀ ਕਿਹੜੀ ਹੈਗੀ ਰੀਅਲ ਐਕਟੀਵਿਟੀ ਡਿਕਲੇਮੇਸ਼ਨ ਸਿਮੂਲੇਸ਼ਨ اور ایکسਚੇਂਜਿੰਗ ਨੋਟਸ اور ایکسਚੇਂਜਿੰਗ ਨੋਟਸ ਹਾਂਜੀ ਆਨਸਰ ਖੇਤੀ ਕਰੋ ਜੀ ਛੇਤੀ ਡੀ ਅਨਸਰ ਕਰ ਰਹੇ ਨੇ ਐਕਸਚੇਂਜਿੰਗ ਨੋਟਸ ਕਰ ਰਹੇ ਨੇ ਏ ਕਹਿ ਰਹੇ ਨੇ ਏ ਕਹਿ ਰਹੇ ਨੇ ਡੀ ਕਹਿ ਰਹੇ ਨੇ ਸੀ ਡੀ ਫਿਰ ਐਦਾ ਆਪਣੇ ਕੋਲ கரੈਕਟ ਆਨਸਰ ਹੈਗਾ ਸੀ ਸਿਮੂਲੇਸ਼ਨ ਸਿਮੂਲੇਸ਼ਨ ਜਦੋਂ ਵੀ ਤੁਹਾਨੂੰ ਨਾਮ ਆਏਗਾ ਜੇ ਤੁਹਾਨੂੰ ਐਗਜ਼ਾਮ ਦੇ ਵਿੱਚ ਸਿਮੂਲੇਸ਼ਨ ਕਰਕੇ ਕੋਈ ਵਰਡ ਆਇਆ ਤਾਂ ਸਿਮੂਲੇਸ਼ਨ ਦਾ मीनिंग ਹੁੰਦਾ ਇਮਿਟੇਸ਼ਨ ਸਿਮੂਲੇਸ਼ਨ ਦਾ ਮੀਨਿੰਗ ਹੀ ਆਪਣੇ ਕੋਲ ਹੈਗਾ ਇਮਿਟੇਸ਼ਨ ਇਮਿਟੇਸ਼ਨ ਕਿਸ ਚੀਜ਼ ਦੀ ਇਮਿਟੇਸ਼ਨ ਆਫ ਰੀਅਲ ਵਰਡ ਇਮਿਟੇਸ਼ਨ ਆਫ ਰੀਅਲ ਵਰਲਡ ਰੀਅਲ ਵਰਲਡ ਯਾਨੀ ਕਿ ਜਿਹੜੇ ਜਿਵੇਂ ਕਿ ਰੀਅਲ ਦੇ ਵਿੱਚ ਡਾਕਟਰ ਤੇ ਪੇਸ਼ੈਂਟ ਹੁੰਦੇ ਨੇ ਉਸੇ ਤਰੀਕੇ ਨਾਲ ਉਸੇ ਨੂੰ ਹੀ ਇਮਿਟੇਟ ਕਰਕੇ ਉਹ ਸਿੱਖ ਰਹੇ ਨੇ ਤਾਂ ਜਿਹੜੀ ਹੈਗੀ ਹੈ ਉਹ ਸਿਮੂਲੇਸ਼ਨ ਹੈਗੀ ਹੈ ਅਪਰੋਚ ਇੱਕ ਐਕਟੀਵਿਟੀ ਹੈਗੀ ਹੈ ਉਸ ਦੁਆਰਾ ਉਹ ਸਿੱਖ ਰਹੇ ਨੇ ਡੈਕਲੇਮੇਸ਼ਨ ਤਾਂ ਇੱਕ ਟਾਈਪ ਦਾ ਜਿਹੜਾ ਹੈਗਾ ਉਹ ਉਹ ਬਾਸਣ ਹੁੰਦਾ ਐਕਸਚੇਂਜਿੰਗ ਨੋਟਸ ਇਹ ਜਿਹੜੀ ਹੈਗੀ ਹੈ ਇਹ ਆਪਣੀ ਰਾਈਟਿੰਗ ਨਾਲ ریلیਟਡ ਹੈਗਾ ਰੀਅਲ ਐਕਟੀਵਿਟੀ ਨਹੀਂ ਹੈਗੀ ਉਹ ਕਿਉਂਕਿ ਬੱਚੇ ਜਿਹੜੇ ਹੈਗੇ ਨੇ ਉਹ ਡਾਕਟਰ ਐਂਡ ਪੇਸ਼ੈਂਟ ਨਹੀਂ ਹੁੰਦੇ ਯੂジング ਅ ਵਰਡ ਬੈਂਕ ਐਂਡ ਬ੍ਰੇਨਸਟੋਮਿੰਗ ਹੈਲਪਸ ਟੂ ਬਿਲਡ ਇੱਕ ਵਰਡ ਬੈਂਕ ਵਰਡ ਬੈਂਕ ਯੂਜ਼ ਕਰਨਾ ਜਿਵੇਂ ਕਿ ਡਿਕਸ਼ਨਰੀ ਵਰਡ ਬੈਂਕ ਆਪਾਂ ਮੰਨ ਲਈਏ ਡਿਕਸ਼ਨਰੀ ਵਰਡ ਬੈਂਕ ਆਪਾਂ ਯੂਜ਼ ਕਰਨਾ ਡਿਕਸ਼ਨਰੀ ਤੇ ਬ੍ਰੇਨਸਟੋਮ ਕਰਨਾ ਤੇ ਉਸ ਦੇ ਨਾਲ ਕੀ ਬਿਲਡ ਅਪ ਹੋਏਗਾ ਵੋਕੈਬਲਰੀ ਆਈਡੀਆਜ਼ राइटिंग स्किल्स और रीडिंग कॉम्प्रेहेंशन और रीडिंग कॉम्प्रेहेंशन बी आया एंशोर आइडियाज 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 तो आइडियाज फिर तो आइडियाज उन्हें क्या भी यूजिंग ए वर्ल्ड बैंक एंड ब्रेन स्टोमिंग ਦੁਬਾਰੇ ਪੜਨਾ ਕੁਐਸਚਨ ए वर्ल्ड बैंक एंड ब्रेनस्टॉर्मिंग एंड ब्रेनस्टॉर्मिंग न्यू न्यू ਆਈਡੀਆ ਜਨਰੇਟ ਫॉर ब्रेनस्टॉर्मिंग ਬੀ ਤੇ ਸੀ ਆ ਰਿਹਾ ਬਟ ਇਹਦਾ ਕਰੈਕਟ ਆਨਸਰ ਹੋਏਗਾ ਆਪਣੇ ਕੋਲ ਵੋਕੇਬਲਰੀ ਵੇਲਟ ਹੁੰਦੀ ਹੈ ਜੀ ਜਦੋਂ ਆਪਾਂ ਡਿਕਸ਼ਨਰੀ ਯੂਜ਼ ਕਰਦੇ ਆ ਡਿਕਸ਼ਨਰੀ ਦੇ ਵਿੱਚ ਕੋਈ ਵਰਡ ਦੇਖਦੇ ਆ ਤੇ ਬਾਅਦ ਦੇ ਵਿੱਚ ਉਸ ਵਰਡ ਦੇ ਰਿਕਾਰਡਿੰਗ ਉਸ ਦੇ ਵਰਡ ਉਸ ਵਰਡ ਦੇ ਰਿਗਾਰਡਿੰਗ ਕੁਝ ਸੋਚਦੇ ਆ ਬ੍ਰੇਨਸਟੋਰਮ ਕਰਦੇ ਆ ਕੋਈ ਆਈਡੀਆਸ ਸੋਚਦੇ ਆ ਤਾਂ ਉਹ ਜਿਹੜੀ ਵੋਕੇਬਲਰੀ ਹੈਗੀ ਆ ਉਹ ਜਿਹੜਾ ਵਰਡ ਹੈਗਾ ਆਪਣੀ ਵੋਕੇਬਲਰੀ ਦੇ ਵਿੱਚ ਐਡ ਹੋ ਜਾਂਦਾ ਹੈ ਫਿਰ ਉਹ ਜਿਹੜਾ ਹੈਗਾ ਆਪਣੀ ਵੋਕੇਬਲਰੀ ਦੇ ਵਿੱਚ ਜਿਹੜੀ ਆਪਣੀ ਐਕਟਿਵ ਐਪੈਸਿਵ ਜੋ ਵੀ ਵੋਕੇਬਲਰੀ ਹੈਗੀ ਆ ਉਹਦੇ ਵਿੱਚ ਉਹ ਵਰਡ ਆਪਣਾ ਐਡ ਹੋ ਜਾਂਦਾ ਹੈ ਨੋਟ ਟੇਕਿੰਗ ਇਜ਼ ਡਨ ਨੋਟ ਟੇਕਿੰਗ ਕਹਿੰਦਾ ਵੀ ਨੋਟ ਟੇਕਿੰਗ ਕਦੋਂ ਹੁੰਦੀ ਹੈ ਵਾਈਲ ਰੀਡਿੰਗ ਹੈ ਰਿਵਿਊ ਡਿਊਰਿੰਗ ਐਕਸਟੈਂਸਿਵ ਰੈਫਰੈਂਸ ਵਰਕ ਵਾਈਲ ਰਾਈਟਿੰਗ ਐਨ ਐਸੇ অর ਡਿਊਰਿੰਗ ਅ ਲੈਕਚਰ ਹਾਂ ਜੀ ਐਂਸਵਰਸ ਡਿਊਰਿੰਗ ਅ ਲੈਕਚਰ ਰਾਈਟਿੰਗ ਐਨ ਐਸੇ ਡਿਊਰਿੰਗ ਐਕਸਟੈਂਸਿਵ ਰੈਫਰੈਂਸ ਵਰਕ অর ਵਾਈਲ ਰੀਡਿੰਗ ਅ ਰਿਵਿਊ ਡੀ ਐਂਸਵਰ ਆਇਆ ਜੀ ਸਭ ਤੋਂ ਪਹਿਲਾਂ ਡੀ ਐਂਸਵਰ ਆਇਆ ਹੈ ਬਾਅਦ ਦੇ ਵਿੱਚ ਵੀ ਸੀ ਲੋਕ ਕਰ ਦਿਓ ਜੀ ਸੀ ਨਹੀਂ ਹੈਗਾ ਜੀ ਐਂਸਵਰ ਹੈਗਾ ਡੀ ਨੋਟ ਨੋਟ ਟੇਕਿੰਗ ਨੋਟ ਟੇਕਿੰਗ ਸਿੱਧਾ ਸਿੱਧਾ ਨੋਟ ਟੇਕਿੰਗ ਤੁਹਾਨੂੰ ਸਮਝਾ ਦਿੰਨੇ ਆ ਜਿਵੇਂ ਹੁਣ ਤੁਸੀਂ ਆਹ ਕਲਾਸ ਦੇਖ ਰਹੇ ਹੋਗੇ ਤਾਂ ਤੁਸੀਂ ਕਾਪੀ ਦੇ ਵਿੱਚ ਲਿਖ ਰਹੇ ਹੋਗੇ ਉਹੀ ਚੀਜ਼ ਨੂੰ ਨੋਟ ਟੇਕਿੰਗ ਕਹਿੰਦੇ ਨੇ ਤੇ ਉਹ ਜਿਹੜੀ ਨੋਟ ਟੇਕਿੰਗ ਹੈਗੀ ਆ ਉਹ ਡਿਊਰਿੰਗ ਅ ਲੈਕਚਰ ਹੁੰਦੀ ਹੈ ਉਹ ਡਿਊਰਿੰਗ ਅ ਲੈਕਚਰ ਹੁੰਦੀ ਹੈ ਨੈਕਸਟ ਆਪਣਾ ਹੈਗਾ ਵੈਨ ਦਾ ਟੀਚਰ ਕੁਆਇਟਲੀ ਵੈਨ ਦਾ ਟੀਚਰ ਕੁਆਇਟਲੀ ਆਬਜ਼ਰਵਸ ਦਾ ਸਟੂਡੈਂਟਸ ਡਿਊਰਿੰਗ ਅ ਕੋਲੈਬੋਰੇਟਿਵ ਗ੍ਰਾਮਰ ਐਕਟੀਵਿਟੀ ਦਾ ਐਕਟੀਵਿਟੀ ਪਲੇਜ਼ ਅ ਰੋਲ ਕੋਲੈਬੋਰੇਟਿਵ ਯਾਨੀ ਕਿ ਸਹਿਯੋਗਾਤਮਕ ਜਿਹੜੀ ਹੈਗੀ ਹੈ ਉਹ ਐਕਟੀਵਿਟੀ ਕਰਵਾ ਰਿਆ ਯਾਨੀ ਕਿ ਬਹੁਤ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਕੋਈ ਉਸਨੇ ਜਿਹੜਾ ਟੀਚਰ ਹੈਗਾ ਉਸਨੇ ਕੋਈ ਐਕਟੀਵਿਟੀ ਕਰਵਾਈ ਹੈ ਉਹਨਾਂ ਨੂੰ ਇੱਕ ਟਾਸਕ ਦਿੱਤਾ ਹੋਇਆ ਤੇ ਉਹ ਖੁਦ ਜਿਹੜਾ ਹੈਗਾ ਕੁਆਇਟਲੀ ਚੁੱਪਚਾਪ ਉਹਨਾਂ ਨੂੰ ਆਬਜ਼ਰਵ ਕਰ ਰਿਹਾ ਤਾਂ ਫਿਰ ਉਹ ਕੀ ਕਰ ਰਿਹਾ ਹੈ ਐਕਟੀਵਿਟੀ ਪਲੇਜ਼ ਅ ਰੋਲ ਦਾ ਐਕਟੀਵਿਟੀ ਜਿਹੜੀ ਹੈਗੀ ਆ ਫਿਰ ਉਹ ਕੀ ਭੂਮਿਕਾ ਨਿਭਾਏਗੀ ਐਕਟੀਵਿਟੀ ਜਿਹੜੀ ਹੈਗੀ ਆ ਉਹ ਕੀ ਚੀਜ਼ ਹੋਈ ਫਿਰ ਡਾਇਗਨੋਸਟਿਕ ਐਕਟੀਵਿਟੀ ਹੋਈ ਇਵੈਲੂਏਟਿਵ ਹੋਈ ਇੰਟਰਐਕਟਿਵ ਹੋਈ ਔਰ ਰਿਕਾਰਡ ਕੀਪਿੰਗ ਹੋਈ ਇੰਟਰਐਕਟਿਵ ਕਹਿੰਦੇ ਡਾਇਗਨੋਸਟਿਕ ਵੀ ਕਹਿੰਦੇ ਅ ਇੰਟਰਐਕਟਿਵ ਕਹਿੰਦੇ ਆਏ ਕਹਿੰਦੇ ਆਨਸਰ ਏ ਹੈਗਾ ਕਹਿੰਦੇ ਅ ਇਹਦਾ ਆਪਣੇ ਕੋਲ ਆਨਸਰ ਹੈਗਾ ਜੀ ਬਿਲਕੁਲ ਡਾਇਗਨੋਸਟਿਕ ਐਕਟੀਵਿਟੀ ਹੋਏਗੀ ਇਹ ਜਿਹੜੀ ਹੈਗੀ ਆਪਣੇ ਕੋਲ ਡਾਇਗਨੋਸਟਿਕ ਜਦੋਂ ਉਹ ਵੇਕ ਕਵਾਈਟਲੀ ਓਬਜ਼ਰਵ ਕਰੇਗਾ ਤਾਂ ਉਹ ਜਿਹੜਾ ਹੈਗਾ ਡਾਇਗਨੋਸਟਿਕ ਉਹ ਜਿਹੜਾ ਹੈਗਾ ਕੋਲੈਬੋਰੇਟਿਵ ਗ੍ਰਾਮਰ ਕੋਲੇ ਗਰੁੱਪ ਦੇ ਵਿੱਚ ਜਿਹੜਾ ਹੈਗਾ ਆਪਦੇ ਬੱਚਿਆਂ ਦੀਆਂ ਜਿਹੜੀਆਂ ਹੈਗੀਆਂ ਨੇ ਕਮੀਆਂ ਤੇ ਖੂਬੀਆਂ ਜਿਹੜੀਆਂ ਹੈਗੀਆਂ ਨੇ ਉਹ ਓਬਜ਼ਰਵ ਕਰ ਰਿਹਾ ਹੋਵੇਗਾ ਟੀਚਰ ਉਹ ਜਿਹੜਾ ਹੈਗਾ ਤੇ ਡਾਇਗਨੋਸਟਿਕ ਟੈਸਟ ਜਿਹੜਾ ਹੈਗਾ ਉਹ ਹਮੇਸ਼ਾ ਕਮੀਆਂ ਤੇ ਖੂਬੀਆਂ ਵੀਕਨੈਸ ਐਂਡ ਸਟਰੈਂਥ ਦੋਨਾਂ ਨੂੰ ਚੈੱਕ ਕਰਦਾ ਚਿਲड्रन ਕੈਨ ਬੈਸਟ ਲਰਨ ਲੈਂਗੁਏਜ ਵੈਨ ਦੇ ਹੈਵ ਅ ਗੁੱਡ ਟੈਕਸਟਬੁੱਕ ਪ੍ਰੋਫੀਸ਼ੀਐਂਟ ਲੈਂਗੁਏਜ ਟੀਚਰ ਇਨਹੀਬਿਸ਼ਨ ਔਰ ਮੋਟੀਵੇਸ਼ਨ ਹਾਂਜੀ प्रोफिशियंट लैंग्वेज टीचर इनहेबिशन और इनहेबिशन ਹਾਂਜੀ ਐ ਪ੍ਰੋਫੀਸ਼ੀਐਂਟ ਲੈਂਗੁਏਜ ਟੀਚਰ ਕਹਿੰਦੇ ਡੀ ਤੇ ਬੀ ਡੀ ਤੇ ਬੀ ਡੀ ਤੇ ਬੀ ਦੇ ਵਿੱਚ ਜਿਹੜੀ ਹੈਗੀ ਹੈ ਗੱਲ ਚੱਲ ਰਹੀ ਹੈ ਚਿਲड्रन ਕੈਨ ਬੈਸਟ ਲਰਨ ਲੈਂਗੁਏਜ ਵੈਨ ਦੇ ਹੈਵ ਜੇ ਜੇ ਬੱਚਾ ਜਿਹੜਾ ਹੈਗਾ ਮੋਟੀਵੇਟਿਡ ਹੋਏਗਾ ਤਾਂ ਉਹ ਜਿਹੜਾ ਹੈਗਾ ਬੈਸਟ ਲਰਨ ਲੈਂਗੁਏਜ ਜਿਹੜੀ ਹੈਗੀ ਆ ਬੈਸਟ ਤਰੀਕੇ ਨਾਲ ਯੂਜ਼ ਕਰ ਸਕੇਗਾ ਬਸ ਇੱਕ ਦੋ ਕਰਾ ਦਿੰਦੇ ਨੇ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਸਟੂਡੈਂਟਸ ਆਰ ਆਸਕਡ ਟੂ ਰੀਡ ਅ ਸ਼ੋਰਟ ਟੈਕਸਟ ਐਂਡ ਮੇਕ ਪੁਆਇੰਟਸ ਫਾਰ ਡਿਸਕਸ਼ਨ ਵਟ ਸਕਿਲਸ ਆਫ ਦਾ ਲਰਨਰ ਆਰ ਅਸੈਸਡ ਇਹਦਾ ਵੀ ਇੱਕ ਜਿਹੜਾ ਹੈਗਾ ਸਟੂਡੈਂਟਸ ਆਰ ਆਸਕਡ ਟੂ ਰੀਡ ਅ ਸ਼ੋਰਟ ਟੈਕਸਟ ਇੱਕ ਛੋਟਾ ਜਿਹੜਾ ਪੈਰਾਗ੍ਰਾਫ ਟਾਈਪ ਹੈਗਾ ਉਸ ਨੂੰ ਪੜਨ ਵਾਸਤੇ ਉਹਨਾਂ ਨੇ ਕਿਹਾ ਤੇ ਉਹਦੇ ਜਿਹੜੇ ਪੁਆਇੰਟ ਜਿਹੜੇ ਹੈਗੇ ਨੇ ਉਹਨਾਂ ਨੇ ਸਟੂਡੈਂਟਸ ਨੇ ਬਣਾਣੇ ਐ ਤੇ ਕਿਹੜੀ ਸਕਿੱਲ ਹੈਗੀ ਆ ਜਿਹੜੀ ਲਰਨਰਸ ਆਰ ਅਸੈਸਡ ਤੇ ਉਹਨਾਂ ਦੀ ਜਿਹੜੀ ਹੈਗੀ ਕਿਹੜੀ ਸਕਿੱਲ ਜਿਹੜੀ ਹੈਗੀ ਆ ਉਹ ਅਸੈਸ ਕੀਤੀ ਜਾ ਰਹੀ ਹੈ ਕਿਹੜੀ ਸਕਿੱਲ ਜਿਹੜੀ ਹੈ ਅਸੈਸ ਕੀਤੀ ਜਾ ਰਹੀ ਹੈ ਆਸਕਡ ਟੂ ਰੀਡ ਰੀਡ ਅ ਸ਼ੋਰਟ ਟੈਕਸਟ ਐਂਡ ਪੁਆਇੰਟ ਜਿਹੜੇ ਹੈਗੇ ਨੇ ਉਹਦੇ ਵਿੱਚੋਂ ਬਣਾਣੇ ਨੇ ਤਾਂ ਉਹ ਜਿਹੜੀ ਸਕਿੱਲ ਹੈਗੀ ਆ ਉਹ ਉਹ ਜਿਹੜੀ ਹੈਗੀ ਹੈ ਕਿਹੜੀ ਸਕਿਲ ਦੀ ਅਸੈਸਮੈਂਟ ਹੋ ਰਹੀ ਹੈ ਰੀਸਨਿੰਗ ਦੀ ਸਪੀਕਿੰਗ ਦੀ ਰਾਈਟਿੰਗ ਦੀ ਔਰ ਸਟੱਡੀ ਸਕਿਲ ਦੀ ਸਟੱਡੀ ਸਕਿਲ ਦੀ ਆਨਸਰ ਆ ਰਿਹਾ ਸਟੱਡੀ ਸਕਿਲ ਦੀ ਰੀਡਿੰਗ ਸਕਿਲ ਦੀ ਰੀਡਿੰਗ ਸਕਿਲ ਹੀ ਸਟੱਡੀ ਸਕਿਲ ਹੈਗੀ ਹੈ ਜੀ ਰੀਡਿੰਗ ਸਕਿਲ ਹੀ ਸਟੱਡੀ ਸਕਿਲ ਹੈਗੀ ਹੈ ਨੈਕਸਟ ਐਂਡ ਫਾਈਨਲ ਕੁਐਸਚਨ ਆਪਣਾ ਹੈਗਾ ਵਰਡ ਗੈਟਸ ਇਟਸ ਮੀਨਿੰਗ ਵਰਡ ਜਿਹੜਾ ਹੈਗਾ ਆਪਣਾ ਮੀਨਿੰਗ ਲੈਂਦਾ ਹੈ ਕਿੱਥੋਂ ਲੈਂਦਾ ਹੈ ਇਨ ਰਿਲੇਸ਼ਨ ਟੂ ਇਟਸ ਕੰਟੈਕਸਟਸ ਫਰੋਮ ਡਿਕਸ਼ਨਰੀ ਓਨਲੀ ਸਪੈਲਿੰਗ ਐਂਡ ਫਰੋਮ ਇਟਸ origin ਹਾਂ ਵੀ ਵਰਡ ਜਿਹੜਾ ਕਹਿੰਦੇ ਆ ਵੀ ਆਪ ਦਾ मीनिंग ਵਰਡ ਦਾ मीनिंग ਕਿੱਥੋਂ ਆਂਦਾ ਹੈ ਵੀ ਕੰਟੈਕਸਟ ਤੋਂ ਜਿਹੜਾ ਉਸ ਦਾ ਕੰਟੈਕਸਟ ਹੁੰਦਾ ਉਸ ਤੋਂ ਜਾਂ ਫਿਰ ਡਿਕਸ਼ਨਰੀ ਤੋਂ ਜਾਂ ਫਿਰ ਸਪੈਲਿੰਗ ਤੋਂ ਜਾਂ ਫਿਰ ਉਹ ਜਿਹੜਾ ਵਰਡ ਆ ਜਿੱਥੋਂ ਉਸ ਦੀ ਉਤਪਤੀ ਹੋਈ ਹੈ ਉਸ ਤੋਂ ਹੀ ਉਹਦਾ मीनिंग ਜਿਹੜਾ ਹੈਗਾ ਆ ਜਾਂਦਾ ਹੈ ਹਾਂ ਜੀ ਆਨਸਰਸ ਡੀ ਤੇ ਏ ਡੀ ਤੇ ਏ ਇਨ ਰਿਲੇਸ਼ਨ ਟੂ ਇਟਸ ਕੰਟੈਕਸਟਸ ਹਾਂਜੀ ਆਨਸਰ ਹੈਗਾ ਇਨ ਰਿਲੇਸ਼ਨ ਟੂ ਇਟਸ ਕੰਟੈਕਸਟ ਇਨ ਰਿਲੇਸ਼ਨ ਟੂ ਇਟਸ ਕੰਟੈਕਸਟ ਤੇ ਵਰਡ ਲੈਂਗੁਏਜ ਜਿਹੜੀ ਹੈਗੀ ਐ ਲੈਂਗੁਏਜ ਲੈਂਗੁਏਜ ਦੇ ਵਿੱਚ ਜਿਹੜੇ ਵਰਡs ਹੈਗੇ ਨੇ ਆਪਣੇ ਵਰਡs ਆਰ ਅਬਿਟ੍ਰੇਰੀ ਆਰ ਅਬਿਟ੍ਰੇਰੀ ਹੈਗੇ ਨੇ ਅਬਿਟ੍ਰੇਰੀ ਹੈਗੇ ਨੇ ਇਨ ਇਟਸ ਕੰਟੈਕਸਟਸ ਕੰਟੈਕਸਟ ਯਾਨੀ ਕਿ ਉਹ ਜਿੱਥੇ ਵਰਤੇ ਜਾ ਰਿਹਾ ਕੋਈ ਵਰਡ ਜਿੱਥੇ ਵਰਤਿਆ ਜਾ ਰਿਹਾ ਉਸ ਹਿਸਾਬ ਦੇ ਨਾਲ ਉਸ ਦਾ ਜਿਹੜਾ मीनिंग ਹੁੰਦਾ ਵਰਡ ਦਾ ਜਿੱਥੇ ਵੀ ਉਹ ਵਰਡ ਵਰਤਿਆ ਜਾ ਰਿਹਾ ਉਸ ਹਿਸਾਬ ਨਾਲ ਜਿਵੇਂ ਜਿਵੇਂ ਆਪਾਂ ਹੀ ਇਜ਼ ਹੀ ਇਜ਼ ਇਨ ਬੈਂਕ ਆਫ ਬੜੋਦਾ ਹੀ ਇਜ਼ ਇਨ ਬੈਂਕ ਆਫ ਬੜੋਦਾ ਔਰ ਹੀ ਇਜ਼ ਐਟ ਬੈਂਕ ਆਫ ਗੰਗਾ ਹੁਣ ਆਪਣੇ ਕੋਲ ਇਹ ਜਿਹੜੇ ਵਰਡ ਆਏ ਹੁਣ ਆਪਣੇ ਕੋਲ ਜਿਹੜੇ ਇਹ 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 ਜਿਹੜਾ ਬੈਂਕ ਆਇਆ ਜਾਂ ਜਿਹੜਾ ਇਹ ਆਪਣੇ ਕੋਲ ਜਿਹੜਾ ਬੈਂਕ ਆਇਆ ਸੇਮ ਵਰਡ ਹੈਗੇ ਨੇ ਸੇਮ ਵਰਡ ਹੈਗੇ ਨੇ ਬਟ ਦੋਨਾਂ ਦੇ मीनिंग ਇੱਥੇ ਤਾਂ ਆਪਣਾ ਬੈਂਕ ਹੈਗਾ ਤਾਂ ਇੱਥੇ ਆਪਣਾ ਹੈਗਾ ਕਿਨਾਰਾ ਇੱਥੇ ਆਪਣਾ ਹੈਗਾ ਕਿਨਾਰਾ ਯਾਨੀ ਕਿ ਜਿੱਥੇ ਆਪਾਂ ਵਰਡ ਨੂੰ ਯੂਜ਼ ਕਰ ਰਹੇ ਆ ਉਹ 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 ਥਾਂ ਹੀ ਉਸ ਵਰਡ ਦਾ ਜਿਹੜਾ ਹੈਗਾ मीनिंग ਡਿਸਾਈਡ ਕਰੇਗੀ ਨੈਕਸਟ ਥੈਂਕਸ ਅਸ ਦੇ ਵਾਸਤੇ ਐਨਆਈ ਹੋਪ ਹੈ ਕਿ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੀ ਹੋएगी ਤੇ ਜੇ ਲੱਗੀ ਹੈ ਤਾਂ ਕਮੈਂਟ ਕਰਦੇ ਰਹੋ ਤੇ ਸ਼ੇਅਰ ਕਲਾਸ ਨੂੰ ਕਰਦੇ ਹੋ ਲਾਈਕਸ ਵੀ ਕਰਦੇ ਹੋ ਮਿਲਦੇ ਆਂ ਫਿਰ ਕੱਲ ਸਟੈਬਲਿਸ਼ਡ ਐਂਡ ਸਟੇਟਿਊਡ ਥੈਂਕਸ ਹੈਵ ਅ ਨਾਈਸ ਡੇ